ਪਰਿਵਾਰ ਦੇ ਨਾਲ ਤੇ ਤੁਸੀਂ ਵੀ ਬਹੁਤ ਕੁਝ ਕਰਵਾ ਸਕਦੇ ਸੀ। ਇਹਨਾਂ ਨੂੰ ਦੇਖੋ ਜੀ, ਅਕਾਲੀਆਂ ਨੂੰ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਸੀ। ਇਹਨਾਂ ਨੇ ਗੁਰਦੁਆਰੇ ਦੇ ਸਰੋਵਰ ਤੱਕ ਵੀ ਨਹੀਂ ਪਾਣੀ ਪਹੁੰਚਾਇਆ। ਇਹਦੇ ਵਿੱਚ ਇੱਕ ਯਬ ਜਿਹਾ ਪਿਆ ਹੋਇਆ, ਕਿਉਂਕਿ ਮੇਨਕਾ ਗਾਂਧੀ ਜਿਹੜੇ ਨੇ ਨਾ ਉਹ ਕੁਛ ਕਰਨ ਨਹੀਂ ਦਿੰਦੇ। ਤੇ ਸੁਖਬੀਰ ਬਾਦਲ ਜੀ ਦੀ ਵਹਿਕਲ ਸੀਗੀ ਇੱਕ ਟਰੈਕਟਰ। ਮੈਨੂੰ ਤੁਸੀਂ ਦੱਸੋ ਆਲੀ ਟਰੈਕਟਰ ਕੀ ਉਹਨਾਂ ਕੋਲ? ਉਹਦੇ ਉਸ ਟਾਈਮ ਮੈਂ ਪੜ੍ਹਿਆ ਸੀ, ਮੈਂ ਬੜੀ ਅਮਿਊਜ਼ਡ ਹੋਈ ਸੀ ਕਿ ਆਹ ਦੇਖੋ ਕਿ ਸੁਖਬੀਰ ਬਾਦਲ ਜੀ ਦੇ ਕੋਲ ਇੱਕ ਟਰੈਕਟਰ ਹੈ। ਮੈਂ ਕਿਸੇ ਦਾ ਨਾਂ ਨਹੀਂ ਦਊਂਗਾ, ਪਹਿਲਾਂ ਹੀ ਸਲਾਹਾਂ ਹੋਣ ਜਾਣ ਲੱਗਦੀਆਂ ਕਿ ਰੇਤੇ ਵਾਲਾ ਖੱਡਾ ਫਲਾਨਾ ਅਸੀਂ ਕਬਜ਼ਾ ਕਰ ਲੈਣਾ। ਸਰਾਏ ਨਾਗਾ ਪਰਿਵਾਰ ਦੂਰ ਕਿਉਂ ਰਹਿੰਦਾ? ਕਿਉਂਕਿ ਅਸੀਂ ਬੇਈਮਾਨੀ ਨਹੀਂ ਕਰਨੀ ਜੀ। ਉਦੋਂ ਹੀ ਫਿਰ ਸੋਚਿਆ ਕਿ ਪਹਿਲੇ ਦੇਖ ਲਈਏ ਕਿ ਇੱਥੇ ਕੌਣ ਚਲਾ ਰਿਹਾ, ਜਿੱਥੇ ਉੱਥੇ ਅਕਾਲੀ ਚਲਾ ਰਹੇ ਨੇ। ਪਹਿਲਾਂ ਤੁਸੀਂ ਕਿੱਥੇ ਸੀ? ਹਲਕੇ ਦੇ ਇੰਚਾਰਜ ਹੋ, ਅਕਾਲੀ ਕਿੰਨਾ ਚਿਰ ਤੋਂ? ਤੇ ਮੈਂ ਪੁੱਛਿਆ ਸੀਗਾ ਕਿ ਇਹ ਜਰਾ ਚੈੱਕ ਕਰੋ ਕਿ ਲੀਗਲ ਹੈ ਕਿ ਲੀਗਲ, ਤੇ ਮੈਨੂੰ ਵਾਪਸ ਜਵਾਬ ਆਇਆ ਸੀ ਕਿ ਲੀਗਲ ਹੈ। ਇਹ ਤਾਂ ਸਾਰਾ ਸਰਾਸਰ ਜੋ ਵੀ ਹੈ, ਮੈਂ ਤਾਂ ਕਹਿੰਦੀ ਹਾਂ ਚੋਰੀ ਹੋ ਰਹੀ ਹੈ। ਮੈਂ ਦਿੱਲੀ ਜਾਂਦੀ ਹਾਂ, ਰਹਿੰਦੀ ਹਾਂ, ਦੇਖਿਆ ਉੱਥੇ ਕੀ ਹਾਲ ਹੈ। ਇਹ ਤਾਂ ਗੱਲਾਂ ਹੈ ਕਹਿਣ ਦੀਆਂ। 5 ਸਾਲ ਲੰਘ ਗਏ, ਉਹ ਤੋਂ ਪਹਿਲੇ 5 ਸਾਲ ਲੰਘ ਗਏ ਜਦ ਇਹਨਾਂ ਨੇ ਪਹਿਲੇ ਰੌਲਾ ਪਾਇਆ ਸੀ। 10 ਸਾਲ ਦੇ ਵਿੱਚ ਇਹਨਾਂ ਨੂੰ ਕੋਈ ਚੱਜ ਦਾ ਸਿੱਖ ਚਿਹਰਾ ਲੱਭਿਆ ਨਹੀਂ, ਕਿਉਂ ਨਹੀਂ ਲੱਭਿਆ? ਮਗਰ ਆਮ ਆਦਮੀ ਪਾਰਟੀ ਦੀ ਏਜੰਡਾ ਜਿਹੜੀ ਹੈ ਨਾ, ਗੱਲਾਂ ਜ਼ਿਆਦਾ ਕੰਮ ਘੱਟ ਹੈ। ਬੀਬੀ ਜੀ, ਤੁਹਾਡੇ ਬਰੀਵਾਲਾ ਜ਼ੈਲ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਏ, ਉਹਨਾਂ ਨੇ 20 ਲੱਖ ਦਾ ਚੈੱਕ ਫੜਾਇਆ ਸਰਪੰਚ ਨੂੰ, ਉਹਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦੇ ਵੇ ਸਰਪੰਚਾ, ਕੁਛ ਲਾ ਦੀ ਪਿੰਡ 'ਤੇ, ਇਹਦਾ ਤੁਹਾਡਾ ਕੀ ਕਹਿਣਾ ਹੈ? ਕੁਝ ਲਾ ਦੀ ਪਿੰਡ 'ਤੇ, ਬਾਕੀ ਖਾ ਜਾ। ਸਤਿ ਸ਼੍ਰੀ ਅਕਾਲ ਜੀ, ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਲਈ। ਜਿਵੇਂ ਤੁਹਾਨੂੰ ਪਤਾ ਹੈ ਕਿ 2022 ਦਾ ਇਲੈਕਸ਼ਨ ਨੇੜੇ ਆ ਰਿਹਾ, ਤਿਉਂ ਤੋਂ ਪੰਜਾਬ ਦੇ ਮੁੱਦੇ ਜਿਹੜੇ ਭਖਦੇ ਨਜ਼ਰ ਆ ਰਹੇ ਨੇ। ਇਸੇ ਤਹਿਤ ਅੱਜ ਅਸੀਂ ਗੱਲਬਾਤ ਕਰਾਂਗੇ ਸ਼੍ਰੀ ਮੁਕਤਸਰ ਸਾਹਿਬ ਦੀ ਸਿਆਸਤ ਦੀ। ਸ਼੍ਰੀ ਮੁਕਤਸਰ ਸਾਹਿਬ ਦੇ ਬਹੁਤ ਜ਼ਿਆਦਾ ਲੀਡਰਾਂ ਦੀ ਦੇਣ ਹੈ, ਪਰ ਮੁਕਤਸਰ ਸਾਹਿਬ ਇੱਕ ਪਛੜਿਆ ਹੋਇਆ ਜ਼ਿਲ੍ਹਾ ਕਹਿ ਸਕਦੇ ਕਿ ਜਿਸ ਨੂੰ ਪਹਿਲਾਂ ਗੰਦੇ ਸ਼ਹਿਰਾਂ ਦੇ ਵਿੱਚ ਇੱਕ ਦਰਜਾ ਵੀ ਮਿਲਦਾ। 1995 ਦੇ ਵਿੱਚ ਇੱਥੋਂ ਦੇ ਪਹਿਲੇ ਮੁੱਖ ਮੰਤਰੀ ਸੀ ਜਿਹੜਾ ਇਸ ਨੂੰ ਜ਼ਿਲ੍ਹਾ ਬਣਾਉਂਦੇ ਨੇ, ਉਹ ਹੈਗੇ ਸੀਗੇ ਸਰਦਾਰ ਹਰਚਰਨ ਸਿੰਘ ਬਰਾੜ, ਸਰਾਏ ਨਾਗਾ ਪਰਿਵਾਰ। ਅਸੀਂ ਅੱਜ ਉਸ ਪਰਿਵਾਰ ਦੇ ਵਿੱਚ ਬੈਠੇ ਹਾਂ। ਉਹ ਪਰਿਵਾਰ ਕਾਫੀ ਵਾਰ ਇੱਥੋਂ ਸਿਟਿੰਗ MLA ਰਹਿ ਚੁੱਕੇ ਨੇ, ਉਸ ਤੋਂ ਬਾਅਦ ਬਤੌਰ ਹਲਕਾ ਇੰਚਾਰਜ ਤਾਂ ਉਹਨਾਂ ਦੀ ਸੇਵਾ ਦੇ ਵਿੱਚ ਹੀ ਰਿਹਾ। ਸਾਡੇ ਨਾਲ ਬੀਬਾ ਕਰਨ ਕੌਰ ਬਰਾੜ ਅੱਜ ਮੌਜੂਦ ਰਹਿਣਗੇ। ਗੱਲਬਾਤ ਕਰਾਂਗੇ ਉਸ ਹਲਕੇ ਦੇ ਵਿਕਾਸ ਬਾਰੇ, ਹਲਕਾ ਦੇ ਕਾਰਜਾਂ ਬਾਰੇ, ਅਤੇ ਮੁਕਤਸਰ ਸਾਹਿਬ ਦੇ ਵਿੱਚ ਕੀ ਕੁਛ ਉੱਭਰ ਕੇ ਸਾਹਮਣੇ ਆ ਰਿਹਾ, ਉਸ ਦੀ ਆਉਣ ਵਾਲੀ ਸਿਆਸਤ ਬਾਰੇ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਮੈਡਮ ਜੀ, ਅਕਾਲ ਚੰਦ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਜੀ। ਮੈਮ, ਗੱਲਬਾਤ ਕਰਦੇ ਹਾਂ ਆਪਾਂ ਮੁਕਤਸਰ ਸਾਹਿਬ ਦੀ। ਮੁਕਤਸਰ ਸਾਹਿਬ ਚਾਹੇ ਸਰਾਏ ਨਾਗਾ ਪਰਿਵਾਰ ਦੀ ਦੇਣ ਹੈ ਕਿ ਜ਼ਿਲ੍ਹਾ ਬਣ ਜਾਂਦਾ, ਉਸ ਤੋਂ ਬਾਅਦ ਗੰਦੇ ਸ਼ਹਿਰਾਂ 'ਚ ਆ ਜਾਂਦਾ, ਇਹਦੇ ਪਿੱਛੇ ਕਿਸ ਦੀ ਨਲਾਇਕੀ ਮੰਨਦੇ ਹੋ? ਕਿ ਤੁਹਾਡਾ ਵੀ ਬਹੁਤ ਚਿਰ ਸਮਾਂ ਸਿਟਿੰਗ MLA ਰਹੋ, ਸਰਦਾਰ ਸੈਣੀ ਬਰਾੜ ਜੀ ਤੁਸੀਂ ਵੀ ਰਹੇ ਹੋ, ਉਸ ਤੋਂ ਬਾਅਦ ਬਤੌਰ ਹਲਕੇ ਦੇ ਵਿੱਚ ਵੀ ਰਹੇ ਹੋ, ਸੂਬੇ ਦੇ ਵਿੱਚ ਵੀ ਤੁਹਾਡੀ ਸਰਕਾਰ ਰਹੀ ਹੈ। ਦੇਖੋ, ਵੱਡੀ ਗੱਲ ਤਾਂ ਇਹ ਹੈ ਕਿ ਮੁਕਤਸਰ ਜਿਹੜਾ ਹੈ ਨਾ, ਇਹ ਇੱਕ ਟਾਪ ਸੀ, ਖਿਦਰਾਣੇ ਦੀ ਟਾਪ ਕਹਿੰਦੇ ਸੀਗੇ ਇਹਨੂੰ, ਕਿ ਮਤਲਬ ਕਿ ਇਹਦੇ ਵਿੱਚ ਜ਼ਿਆਦਾ ਪਾਣੀ ਉੱਭਰਦਾ ਉੱਪਰ ਆਉਂਦਾ ਸੀਗਾ। ਜਦ ਇਹ ਸ਼ਹਿਰ ਬਣਿਆ, ਇੱਥੇ ਜਗ੍ਹਾ ਜਗ੍ਹਾ ਛੱਪੜ ਹੁੰਦੇ ਸੀਗੇ, ਉਹ ਜਿਹੜੇ ਛੱਪੜ ਸੀਗੇ ਰੀਅਲ ਇਸਟੇਟ ਵਾਲਿਆਂ ਨੇ ਜੋ ਵੀ ਹੈਗੇ ਨੇ ਇਹਨਾਂ ਨੇ ਭਰ ਦਿੱਤੇ, ਅਤੇ ਹੁਣ ਨਿਕਾਸੀ ਹੈ ਨਹੀਂ। ਰੌਲਾ ਸਾਰਾ ਮੁਕਤਸਰ ਦਾ ਆਈ ਹੈ ਕਿ ਨਿਕਾਸੀ ਨਾਲੇ ਹੈ ਨਹੀਂ। ਇਹਦੇ ਉੱਤੇ ਵੀ ਤੁਸੀਂ ਦੇਖੋ, ਮੈਨੂੰ ਯਾਦ ਹੈ ਜਦ ਮੈਂ ਪਹਿਲੇ ਮੁਕਤਸਰ ਗਈ ਸੀਗੀ 1977 ਦੇ ਵਿੱਚ, ਜਦ ਸਨੀ ਜੀ ਪਹਿਲੀ ਇਲੈਕਸ਼ਨ ਲੜੇ ਸੀਗੇ, ਹਰੇਕ ਗਲੀ ਦੇ ਵਿੱਚ ਨਾਲੀਆਂ ਸੀ ਦੋਨੋਂ ਪਾਸੇ। ਹੁਣ ਸਾਰੀਆਂ ਨਾਲੀਆਂ ਬੰਦ ਨੇ ਅਤੇ ਸੀਵਰੇਜ ਦੇ ਢੱਕਣ ਲੱਗੇ ਨੇ, ਉਹਦੇ ਵਿੱਚ ਹੀ ਸਾਰਾ ਕੁਛ ਜਾਂਦਾ, ਮਿੱਟੀ ਵੀ ਉਹਦੇ ਵਿੱਚ, ਰੇਤਾ ਵੀ ਉਹਦੇ ਵਿੱਚ, ਪਲਾਸਟਿਕ ਵੀ ਉਹਦੇ ਵਿੱਚ, ਅਤੇ ਇਸੇ ਕਰਕੇ ਬੁਰਾ ਹਾਲ ਹੈ ਮੁਕਤਸਰ ਦਾ। ਉਹ ਜਿਹੜੀ ਪੁਰਾਣੀ ਨਿਕਾਸੀ ਸੀ ਉਹ ਖਤਮ ਹੋ ਗਈ ਹੈ। ਚਾਹੇ ਨਿਕਾਸੀ ਖਤਮ ਹੋ ਗਈ ਆ, ਸੀਵਰੇਜ ਪਏ, ਪਰ ਕੁਛ ਢੰਗ ਤਰੀਕਾ ਤਾਂ ਹੁੰਦਾ, ਨਕਸ਼ੇ ਤਾਂ ਪਾਸ ਹੁੰਦੇ ਨੇ। ਅੱਜ ਕੱਲ੍ਹ ਤੁਸੀਂ ਜਿਸ ਪਾਸਿਓਂ ਵੀ ਐਂਟਰੀ ਕਰਦੇ ਹੋ, ਤੁਸੀਂ ਵੀ ਕਰਦੇ ਹੋ, ਚਾਹੇ ਅਸੀਂ ਹਾਂ, ਚਾਹੇ ਕੋਈ ਬਾਹਰ ਦਾ ਬਛਿੰਦਾ ਹੋ ਕੇ ਐਂਟਰੀ ਕਰਦਾ, ਅਤੇ ਮੁਕਤਸਰ ਦੇ ਵਿੱਚ ਜਦੋਂ ਐਂਟਰੀ ਕਰਨ ਲੱਗਦਾ ਜਾਂ 10 ਕਿਲੋਮੀਟਰ ਪਹਿਲਾਂ ਹੀ ਦੱਸ ਦਿੰਦਾ ਕਿ ਮੁਕਤਸਰ ਸ਼ਹਿਰ ਆ ਗਿਆ, ਇੱਕ ਤਾਂ ਟੋਏ ਬਹੁਤ ਆ, ਇੱਕ ਜਦੋਂ ਐਂਟਰੀ ਕਰਨ ਲੱਗਦੇ ਹਾਂ ਤਾਂ ਹਰੇਕ ਮੋੜ 'ਤੇ ਤੁਹਾਨੂੰ ਪਾਣੀ ਦਿਸਦਾ ਮਿਲੂਗਾ, ਖੱਡੇ ਬਣੇ ਹੋਏ ਨੇ, ਸੀਵਰੇਜ ਦਾ ਜਿਹੜਾ ਪਾਣੀ ਉਹ ਗਲੀਆਂ ਦੇ ਵਿੱਚ ਭਰਿਆ ਹੋਇਆ। ਜਦੋਂ ਪਾਸ ਹੁੰਦਾ ਕੋਈ ਵੀ ਟੈਂਡਰ, ਉਸ 'ਤੇ ਇਸ ਚੀਜ਼ਾਂ ਦਾ ਹੱਲ ਤਾਂ ਕੱਢਣ ਲਈ ਕੋਈ ਨਾ ਕੋਈ ਆਮ ਸਲਿਊਸ਼ਨ ਬਣ ਚੁੱਕੇ, ਹੁਣ ਤਾਂ ਬੜੇ ਤਰ੍ਹਾਂ ਦੇ ਸਲਿਊਸ਼ਨ ਆ ਗਏ। ਦੇਖੋ ਜੀ, ਪਹਿਲੀ ਗੱਲ ਤਾਂ ਜਦ ਇਹ ਪਹਿਲੇ ਸੀਵਰੇਜ ਪਈ ਸੀ ਮੁਕਤਸਰ ਦੇ ਵਿੱਚ, ਉਦੋਂ ਬਰਾੜ ਸਾਹਿਬ ਮੁੱਖ ਮੰਤਰੀ ਸੀਗੇ। ਮੈਨੂੰ ਯਾਦ ਹੈ ਸਾਡਾ XCN ਉਦੋਂ ਅਗਰਵਾਲ ਹੁੰਦਾ ਸੀਗਾ,
ਕੋਟਕਪੂਰਾ ਰੋਡ ਦੇ ਉੱਤੇ ਉਦੋਂ ਜਦ ਪਈ ਸੀਗੀ ਸੀਵਰੇਜ, ਮੇਰੀ ਡਿਊਟੀ ਲਗਾਈ ਸੀਗੀ ਬਰਾੜ ਸਾਹਿਬ ਨੇ ਕਿ ਤੁਸੀਂ ਆਪ ਜਾ ਕੇ ਦੇਖਣਾ ਕਿ ਮਟੀਰੀਅਲ ਠੀਕ ਪੈਂਦਾ ਹੋਵੇ। ਨਾਲ ਮੇਰੇ ਸੀਗੇ ਗੁਰਵਿੰਦਰਜੀਤ ਸਿੰਘ ਜਿਹੜੇ ਤਰਖਾਣ ਵਾਲੇ ਸੀਗੇ, ਉਹ ਨਾਲ ਮੇਰੇ ਨਾਲ ਕੰਮ ਕਰਦੇ। ਤੁਸੀਂ ਸਾਰਾ ਕੋਟਕਪੂਰਾ ਦੇ ਰੋਡ ਦੇਖ ਲਓ, ਉੱਥੇ ਕਿਤੇ ਵੀ ਇਹ ਹੈ ਨਹੀਂ। ਅੱਬ ਮੁਸ਼ਕਲ ਇਹ ਹੈ ਕਿ ਜਦ ਅਗਲੀ ਸਰਕਾਰ ਆਈ, ਪਾਈਪ ਐਡੀ ਹੋਣੀ ਪੈਂਦੀ ਹੈ, ਪਾ ਦਿੰਦੇ ਨੇ ਇੰਨੀ। ਆਪਾਂ ਨੂੰ ਸਗੋਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਚਾਹੀਦੀ ਕਿਉਂਕਿ ਆਬਾਦੀ ਵਧੀ ਜਾਂਦੀ ਹੈ, ਮਗਰ ਉਹ ਛੋਟੀਆਂ ਪਾਈਪਾਂ ਕਰਕੇ ਲੋਕਾਂ ਦੀ, ਮੈਂ ਤਾਂ ਕਹੂੰਗੀ ਬੇਈਮਾਨੀ ਕਰਕੇ ਵੀ ਹੈ। ਸਾਡੇ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਹੀ ਆਉਂਦੀ ਹੈ, ਦੋ ਹੀ ਪਾਰਟੀਆਂ ਸੱਤਾ ਦੇ ਵਿੱਚ ਰਹੀਆਂ, ਕਾਂਗਰਸ ਤੇ ਅਕਾਲੀ ਦਲ। ਚਾਹੇ ਤੁਸੀਂ ਕਾਂਗਰਸ ਦੇ ਵਿੱਚ ਹੋਵੋਗੇ, ਵਿਰੋਧੀ ਧਿਰ 'ਚ ਤਾਂ ਹੋਵੋਗੇ। ਅਸੀਂ ਦਾ ਮੁੱਦਾ, ਇਹਦਾ ਮੁੱਦਾ ਮੈਂ ਜਗ੍ਹਾ ਜਗ੍ਹਾ ਹਮੇਸ਼ਾ, ਜਦ ਮੈਂ ਰਹੀ ਹਾਂ MLA, ਆ 5 ਸਾਲ ਤੁਸੀਂ ਮੇਰਾ ਰਿਕਾਰਡ ਦੇਖ ਲਓ ਜਾ ਕੇ ਵਿਧਾਨ ਸਭਾ ਦੇ ਵਿੱਚ, ਮੈਂ ਮੁੱਦੇ ਮੁਕਤਸਰ ਦੇ ਸਾਰੇ ਚੁੱਕੇ ਹਾਂ। ਉਹ ਰਿਕਾਰਡ ਦੇ ਵਿੱਚ ਲਿਖੇ ਹੁੰਦੇ ਨੇ ਕਿ ਮਿੰਟਸ ਦੇ ਵਿੱਚ ਆਉਂਦੇ ਨੇ ਕਿ ਕੀ ਕਿਹੜੇ MLA ਨੇ ਕਿਹਾ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਇਹਦੇ ਬਾਰੇ ਕੁਛ ਗੱਲ ਕਰੀਏ, ਮਗਰ ਮੁਸ਼ਕਲ ਇਹ ਹੈ ਕਿ ਅਨੋਖੀ ਗੱਲ ਹੈ, ਮੁਕਤਸਰ ਸ਼ਹਿਰ ਜਿਹੜਾ ਕਿ ਮੁਕਤਸਰ ਹਲਕਾ ਕਿਹੜਾ, ਇਹਦੇ ਵਿੱਚ ਹਮੇਸ਼ਾ ਲੋਕ ਜ਼ਿਆਦਾ ਵਿਰੋਧੀ ਧਿਰ ਦੇ ਵਿੱਚ ਬਿਠਾਉਂਦੇ ਨੇ ਨੇਤੇ ਨੂੰ। MLA ਜਦ ਵੀ ਕੋਈ ਬਣਦਾ, ਤੁਸੀਂ 77 ਤੋਂ ਲੈ ਕੇ ਅੱਜ ਤੱਕ ਦੇਖ ਲਓ, 77 ਤਾਂ ਮੈਂ ਆਈ ਸੀ, ਉਹ ਤੋਂ ਪਹਿਲੇ ਵੱਡੇ ਬੀਬੀ ਜੀ ਸਾਡੇ ਇਲੈਕਸ਼ਨ ਲੜੇ ਸੀਗੇ ਮਲੋਟ ਤੋਂ, ਉਦੋਂ ਮੁਕਤਸਰ ਖੁੱਲਿਆ ਸੀਗਾ, ਪਹਿਲੇ ਰਿਜ਼ਰਵ ਸੀਗਾ। 77 ਦੇ ਵਿੱਚ ਸਨੀ ਜੀ ਜਿੱਤੇ ਅਕਾਲੀ ਰਾਜ, 80 ਦੇ ਵਿੱਚ ਬਰਾੜ ਸਾਹਿਬ ਨੂੰ ਹਰਾਇਆ ਕਾਂਗਰਸ ਰਾਜ, ਉਹ ਤੋਂ ਬਾਅਦ 85 ਦੇ ਵਿੱਚ ਸਾਡੀ ਵੱਡੀ ਬੀਬੀ ਜੀ, ਉਹ ਵੀ ਪੋਲੀਟਿਕਸ ਦੇ ਵਿੱਚ ਸੀਗੇ, ਗੁਰਵਿੰਦਰ ਕੌਰ ਬਰਾੜ ਜੀ, ਉਹ ਜਿੱਤੇ ਅਤੇ ਵਿਰੋਧੀ ਧਿਰ ਦੇ ਨੇਤਾ ਬਣ ਗਏ। ਆ 92 ਦੇ ਵਿੱਚ ਪਹਿਲੀ ਵਾਰੀ ਆਪਾਂ ਸਹੀ ਤਰੀਕੇ ਨਾਲ ਬਰਾੜ ਸਾਹਿਬ ਨੂੰ ਜਿਤਾਇਆ, ਜਦ ਆਪਣਾ ਢਾਂਚਾ ਸੀਗਾ ਕਿ ਕਾਂਗਰਸ ਦਾ ਰਾਜ ਸੀਗਾ, ਅਤੇ ਪਹਿਲੇ ਉਹ ਇੱਥੇ ਬਣੇ ਸੀਗੇ ਸਿੰਚਾਈ ਮੰਤਰੀ ਅਤੇ ਪਾਵਰ ਮੰਤਰੀ, ਅਤੇ ਉਸ ਤੋਂ ਬਾਅਦ ਬਣੇ ਸੀਗੇ ਆਪਣੇ ਸਿਹਤ ਮੰਤਰੀ ਅਤੇ ਫਿਰ ਮੁੱਖ ਮੰਤਰੀ, ਅਤੇ ਉਦੋਂ ਹੀ ਸਾਰੀ ਤਰੱਕੀ ਹੋਈ ਹੈ ਕਿਉਂਕਿ ਢਾਂਚੇ ਦੇ ਵਿੱਚ। ਉਸ ਤੋਂ ਬਾਅਦ ਫਿਰ ਤੁਸੀਂ ਦੇਖੋ, 7 ਦੇ ਵਿੱਚ ਸਨੀ ਜੀ ਜਿੱਤੇ ਅਕਾਲੀ ਰਾਜ, 12 ਦੇ ਵਿੱਚ ਮੈਂ ਜਿੱਤੀ ਅਕਾਲੀ ਰਾਜ, ਅਤੇ ਹੁਣ ਆਪਣੀ ਸਰਕਾਰ ਆਈ ਹੈ ਕਾਂਗਰਸ ਦੀ, ਅਤੇ ਰੋਜ਼ੀ ਬਰਕਨ ਦੀ MLA ਹੈਗਾ ਅਕਾਲੀਆਂ ਦਾ, ਅਤੇ ਇਹ ਬਹੁਤ ਚਾਹੇ ਸਰਕਾਰ ਨਹੀਂ ਆਉਂਦੀ, ਠੀਕ ਹੈ ਤੁਹਾਡੀ ਗੱਲ, ਜੱਬ ਆ ਸਰਕਾਰ ਨਹੀਂ ਆਉਂਦੀ, ਮੰਨ ਲਓ ਸਰਕਾਰ ਦੀ ਪਾਵਰ ਤਾਂ ਬਹੁਤ ਹੁੰਦੀ ਹੈ, ਹਲਕੇ ਦੇ ਇੰਚਾਰਜ ਨੂੰ ਬਹੁਤ ਕੁਛ ਦੇ ਸਕਦੇ ਆ, ਬੜੀ ਵੱਡੀ ਦੇਣ ਹੁੰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ 'ਚ MLA ਬਣਾਉਣਾ ਹੁੰਦਾ, ਸ਼ਾਇਦ ਹੋ ਸਕਦਾ ਕਿ ਲੋਕ ਸੁਧਰ ਜਾਣ, ਉਸੇ ਨੂੰ MLA ਬਣਾਉਣ 'ਤੇ ਉਸੇ ਦੀ ਸਰਕਾਰ ਆ ਜਾਵੇ, ਪਰ ਕਿਤੇ ਨਾ ਕਿਤੇ ਫਰਜ਼ ਤਾਂ ਬਣਦੇ ਆ। ਚਾਹੇ ਜਿਵੇਂ ਅਕਾਲੀ ਦਲ ਸੀ ਸਰਕਾਰ, ਰੋਜ਼ੀਬੰਦੀ ਹਲਕਾ ਇੰਚਾਰਜ ਸੀ, ਉਹ ਵੀ ਬਹੁਤ ਕੁਛ ਕਰ ਸਕਦਾ ਸੀਗਾ, ਤੁਸੀਂ ਵੀ ਹੋ, ਸਰਕਾਰ ਤੁਹਾਡੀ ਹੈ, ਤੁਹਾਡੀ ਰਿਸ਼ਤੇਦਾਰੀ ਵੀ ਬੜੀ ਗੂੜੀ ਹੈ ਉਸ ਪਰਿਵਾਰ ਦੇ ਨਾਲ, ਮੁੱਖ ਮੰਤਰੀ ਪਰਿਵਾਰ ਦੇ ਨਾਲ, ਅਤੇ ਤੁਸੀਂ ਵੀ ਬਹੁਤ ਕੁਛ ਕਰਵਾ ਸਕਦੇ ਸੀ। ਦੇਖੋ ਜੀ, ਕਰਵਾਉਣ ਦੀ ਕੋਸ਼ਿਸ਼ ਹੁਣ ਵੀ ਕਰ ਰਹੇ ਹਾਂ। ਆ ਜਿਹੜਾ ਤੁਹਾਡਾ ਰੇਲਵੇ ਓਵਰ ਬ੍ਰਿਜ ਦੀ ਜੇ ਕੋਈ ਜ਼ਿਕਰ ਕਰੇ, ਇਹ ਠੰਡੇ ਡੱਬੇ 'ਚ ਪਿਆ ਸੀ, 2 ਵਾਰੀ ਤਾਂ ਸੁਖਬੀਰ ਬਾਦਲ ਉਹਦਾ ਨੀਂਹ ਪੱਥਰ ਰੱਖਿਆ ਸੀ। ਮੈਨੂੰ ਪਤਾ ਮੈਂ ਕਿੱਡੀ ਮੁਸ਼ਕਲ ਨਾਲ ਇਹਨੂੰ ਕੱਢਿਆ ਅਤੇ ਇਹਨੂੰ ਚਾਲੂ ਕਰਾਇਆ, ਇਹਦੀ ਜਦ ਨੀਂਹ ਪੱਥਰ ਰੱਖਿਆ, ਭੂਮੀ ਪੂਜਨ ਹੋਈ ਹੈ, ਸਾਨੂੰ ਇਹਦੀ ਫਾਈਲ ਹੀ ਨਹੀਂ ਲੱਭਦੀ ਸੀ ਪਹਿਲੇ, ਇਹਦਾ ਕੰਮ ਆਪਾਂ ਕਰਾਇਆ, ਇਹ ਕਾਂਗਰਸ ਨੇ ਕਰਾਇਆ। ਅੰਮ੍ਰਿਤ ਸ਼ਹਿਰ ਦੀ ਜਿਹੜੀ ਸਕੀਮ ਹੈ, ਕਿੰਨੀ ਦੇਰ ਦੀ ਅਸੀਂ ਸੁਣਿਆ ਸੀਗਾ ਕਿ ਅੰਮ੍ਰਿਤ ਸਕੀਮ ਦੇ ਵਿੱਚ ਮੁਕਤਸਰ ਨੇ ਪੈਣਾ, ਪਾਈਪ ਲਾਈਨ ਆਉਣੀ ਹੈ। ਸਭ ਤੋਂ ਵੱਡਾ ਯੱਬ ਆਪਣੇ ਸ਼ਹਿਰ ਦੇ ਵਿੱਚ ਇਹੀ ਹੈ ਨਾ ਕਿ ਜਦ ਕੋਈ ਬੰਦੀ ਲੱਗਦੀ ਹੈ ਅਤੇ ਜ਼ਹਿਰੀਲਾ ਪਾਣੀ ਹੈਗਾ ਸਾਡੇ ਕੋਲ, ਸ਼ਹਿਰ ਦੇ ਵਿੱਚ ਤਾਂ ਦੂਸ਼ਿਤ ਪਾਣੀ ਹੈਗਾ ਕਿਉਂਕਿ ਪਾਣੀ ਅਨਹੈਲਥੀ ਹੈ। ਹੁਣ ਇੱਕ ਸਿੱਧੀ ਪਾਈਪ ਲਾਈਨ ਸਿਰੰਦ ਫੀਡਰ ਤੋਂ ਆ ਰਹੀ ਹੈ, ਉਹ ਹੁਣ ਰਜਵਾਹੇ ਦੇ ਕੋਲ ਪਹੁੰਚ ਗਈ ਹੈ। ਮਤਲਬ ਕਿ ਜੋ ਕਰ ਸਕਦੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਇਹਨਾਂ ਨੂੰ ਦੇਖੋ ਜੀ, ਅਕਾਲੀਆਂ ਨੂੰ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਸੀ, ਇਹਨਾਂ ਨੇ ਗੁਰਦੁਆਰੇ ਦੇ ਸਰੋਵਰ ਤੱਕ ਵੀ ਨਹੀਂ ਪਾਣੀ ਪਹੁੰਚਾਇਆ, ਉਹ ਵੀ ਸਾਡੇ ਕਾਂਗਰਸ ਨੇ ਹੀ ਪਹੁੰਚਾਇਆ, ਇਹ ਇਸ ਰਾਜ ਦੇ ਵਿੱਚ ਹੋਇਆ। ਤੁਸੀਂ ਦੇਖੋ, ਬਰਾੜ ਸਾਹਿਬ ਨੇ ਜ਼ਿਲ੍ਹਾ ਬਣਾਇਆ, ਸਾਰੇ ਹਥਾੜ ਦੇ ਵਿੱਚ ਜਿੰਨੀਆਂ ਨਹਿਰਾਂ ਬਰਾੜ ਸਾਹਿਬ ਨੇ ਕੱਢੀਆਂ, ਜੋ ਇੱਥੇ ਕੋਟਕਪੂਰਾ ਦਾ ਜਿਹੜਾ ਉਹ ਫਲਾਈਓਵਰ ਹੈ ਉਹ ਵੀ ਅਸੀਂ ਬਣਾਇਆ। ਅੱਛਾ, ਨਹਿਰਾਂ ਦੀ ਗੱਲ 'ਤੇ ਆ ਜਾਂਦੇ ਹਾਂ, ਨਹਿਰਾਂ ਤੁਸੀਂ ਕੱਢੀਆਂ? ਬਿਲਕੁਲ ਕੱਢੀਆਂ। ਜਦੋਂ ਨਹਿਰਾਂ ਬਣਦੀਆਂ ਜਾਂ ਇਹ ਪਿੰਡਾਂ ਦੇ ਵਿੱਚ ਕੱਸੀਆਂ ਸੂਏ ਜਿਹਨੂੰ ਕਹਿ ਦਿੰਦੇ ਆ, ਸਵਾਗਤ ਅਕਾਲੀ ਦਲ ਵਾਲੇ ਕਰ ਜਾਂਦੇ ਆ। ਮੇਰੀ ਗੱਲ ਸੁਣੋ, ਇਹ ਤਾਂ ਗੱਲਾਂ ਹੁੰਦੀਆਂ ਨਾ ਕਿ ਦਰਿਆ ਕੋਈ ਕੱਢੇ ਤੇ ਉਹਦੀ ਮੋਗੀ ਲੱਗ ਗਈ ਤੇ ਉਹ ਟੁੱਟੀ ਦੀ ਬੱਲੇ ਬੱਲੇ। ਇਹ ਤਾਂ ਰੋਜ਼ੀ ਬਰਕੰਦੀ ਨੇ ਉੱਥੇ ਮੋਗੀਆਂ ਲਵਾਈਆਂ ਜਿਹੜੇ ਨਹਿਰਾਂ ਦੇ ਬਰਾੜ ਸਾਹਿਬ ਨੇ ਕੱਢੀਆਂ, ਉਲੀਕੀਆਂ, ਉਹ ਸਾਰਾ ਹਥਾੜ ਮੈਂ ਦੇਖਿਆ ਉੱਥੇ, ਤਾਂ ਪੈਸਾ ਉਹ ਤੋਂ ਰੱਖਿਆ ਗਿਆ ਸੀ ਇਸ ਚੀਜ਼ ਲਈ, ਉਲੀਕੀਆਂ ਬਣੀਆਂ ਇਹ ਬਰਾੜ। ਤੁਹਾਨੂੰ ਹੋਰ ਵੀ ਦੱਸਦੀ ਜੀ, ਸਰਦਾਰ ਹਰਚਰਨ ਸਿੰਘ ਬਰਾੜ ਜਦ ਭਾਖੜਾ ਡੈਮ ਬਣਿਆ ਸੀ ਉਦੋਂ ਡਿਪਟੀ ਮੰਤਰੀ ਸੀਗੇ ਇਰੀਗੇਸ਼ਨ ਦੇ, ਹੁੱਡਾ ਸਾਹਿਬ ਦਾ ਬਾਪ ਉਦੋਂ ਮੰਤਰੀ ਸੀ, ਭਾਖੜਾ ਦੇ ਵਿੱਚ ਵੀ ਉਹਨਾਂ ਦਾ ਹੱਥ ਹੈ, ਅਤੇ ਹੁਣੇ ਉਹ ਖੜੇ ਹੈ ਕਿਉਂਕਿ ਕੋਈ ਇਮਾਨਦਾਰ ਚੰਗਾ ਬੰਦਾ ਅੱਗੇ ਲੱਗਿਆ ਸੀਗਾ ਜਿਨ੍ਹਾਂ ਨੇ ਕਦੀ ਕੋਈ ਪੈਸਾ ਨਹੀਂ ਖਾਧਾ, ਕਿ ਸਹੀ ਤਰੀਕੇ ਨਾਲ ਢਾਂਚੇ ਨਾਲ ਉਹ ਸਾਰਾ ਬਣਿਆ।
ਤੇ ਮੈਂ ਕਹਿੰਦੀ ਹਾਂ ਕਿ ਮੈਨੂੰ ਬੜਾ ਮਾਣ ਹੈ ਕਿ ਮੈਂ ਬਰਾੜ ਸਾਹਿਬ ਦੀ ਨੂੰ ਹੈ, ਕਿਉਂਕਿ ਜੋ ਕੰਮ ਉਹਨਾਂ ਨੇ ਕੀਤੇ ਨੇ ਮੇਰਾ ਨਹੀਂ ਖਿਆਲ ਕਿਸੇ ਹੋਰ ਨੇਤਾ ਨੇ ਪੰਜਾਬ ਲਈ ਕੀਤਾ ਹੋਵੇ। ਬਿਲਕੁਲ ਸੈਲਫਲੈਸ, ਆਪਣੇ ਵੱਲ ਕਦੀ ਨਹੀਂ ਸੋਚਿਆ। ਤੁਸੀਂ ਯਕੀਨ ਨਹੀਂ ਕਰੋਗੇ, ਇਹ ਜਦ ਬਣੇ ਸੀਗੇ ਸਿੰਚਾਈ ਮੰਤਰੀ, ਪਹਿਲੀ ਵਾਰ ਇੱਥੇ ਵਾਪਸ ਰਾਏਨਾਗਾ ਆਇਆ, ਗੱਡੀ ਦੇ ਵਿੱਚੋਂ ਨਿਕਲਦੇ ਸਾਰ ਪਹਿਲਾ ਕੰਮ ਉਹਨਾਂ ਨੇ ਕਿਹਾ ਸਾਨੀ ਜੀ ਨੂੰ, ਬਾਗ ਲਾ ਲਿਆ ਪੂਰਾ, ਨਹੀਂ ਤਾਂ ਤੇਰਾ ਪਾਣੀ ਬੰਦ ਕਰ ਦੇਣਾ। ਕਿਹਦਾ ਪਾਣੀ ਬੰਦ ਕਰਨ ਲੱਗੇ ਸੀ? ਆਪਣਾ। ਇੰਨੇ ਅਸੂਲੀ ਪੱਕੇ ਸੀ, ਵੈਰੀ ਓਨੈਸਟ। ਫਾਦਰ ਇੱਕ ਪੁੱਤਰ ਦਾ ਪਾਣੀ ਬੰਦ ਕਰਨ ਲੱਗੇ? ਪੁੱਤਰ ਦਾ ਕੀ, ਆਪਣਾ ਹੀ ਸੀ, ਇੱਕੋ ਹੀ ਤਾਂ ਉਹਨਾਂ ਦਾ ਇਕਲੌਤਾ ਮੁੰਡਾ ਸੀਗਾ, ਆਪਣਾ ਹੀ ਬੰਦ ਕੇ ਬਾਗ ਦੇ ਵਿੱਚ ਸਾਡੇ ਉੱਤੇ ਨਾ ਕੋਈ ਉਂਗਲ ਚੱਕੇ ਕਿ ਆਪਣਾ ਬਾਗ ਪੂਰਾ ਕਰ ਲਿਆ। ਉੱਥੇ ਹੋਣੇ ਕਿ ਅਸੀਂ ਕੋਈ ਪੇੜ ਕੱਟੇ ਸੀ, ਪਹਿਲੇ ਤਾਂ ਸਾਡਾ ਇੱਥੇ ਮਾਲਟਿਆਂ ਦਾ ਬਹੁਤ ਵੱਡਾ ਬਾਗ ਹੁੰਦਾ ਸੀ, ਫਿਰ ਉਹ ਜਦ ਪਾਣੀ ਉੱਤੇ ਆ ਗਿਆ ਉਹ ਸਾਰਾ ਮਰ ਗਿਆ। ਹੁਣ ਅਸੀਂ ਨਾਖਾਂ ਦਾ ਲਾਇਆ, ਉਹ ਹੌਲੀ ਹੌਲੀ ਲੱਗਿਆ ਨਾ, ਇੱਕਦਮ ਸਾਰਾ ਇਕੱਠਾ ਲਾਓਗੇ ਤਾਂ ਉਹਦੀ ਦੇਖਭਾਲ ਨਹੀਂ ਹੁੰਦੀ, ਅਤੇ ਉਹ ਪੂਰਾ ਨਹੀਂ ਸੀਗਾ ਨਹਿਰੀ ਪਾਣੀ ਦੇ ਹਿਸਾਬ ਨਾਲ, ਉਹ ਪੂਰਾ ਉਂਗਲ ਚੁੱਕ ਕੇ ਕਿਹਾ ਕਿ ਕਰ ਲਓ, ਕਿਉਂਕਿ ਨਹੀਂ ਤਾਂ ਪਾਣੀ ਕੱਟ ਦੂੰਗਾ ਮੈਂ ਤੇਰਾ। ਮੈਡਮ ਇੱਕ ਦੱਸ ਸਕਦੇ ਹੋ, ਕਾਂਗਰਸ ਸਰਕਾਰ ਦੇ ਵਿੱਚ ਰਹੇ ਹੋ, ਕੋਈ 10 ਕੰਮ ਜਿਹੜੇ ਕੀਤੇ ਹੋਣ ਮੁਕਸਰ? ਪਹਿਲੀ ਗੱਲ ਤਾਂ ਜੀ ਜ਼ਿਲ੍ਹਾ ਬਣਾਇਆ, ਫਿਰ ਜਿਹੜੀ ਸੀਵਰੇਜ ਸਿਸਟਮ ਲੱਗੀ ਹੈ ਉਹ ਸਾਰੀ ਆਈ, ਹਸਪਤਾਲ ਜਿਹੜਾ ਹੈਗਾ ਉਹ ਵੀ ਬਰਾੜ ਸਾਹਿਬ ਨੇ ਬਣਵਾਇਆ, ਜਿਹੜਾ ਆਪਣਾ ਹੈਗਾ ਸਰਕਾਰੀ ਹਸਪਤਾਲ। ਕੋਰਟਸ ਕੰਪਲੈਕਸ ਅਸੀਂ ਬਣਾਈ, ਅੱਛਾ DC ਦਫ਼ਤਰ ਸਾਰੇ ਅਸੀਂ ਬਣਾਏ। ਫਿਰ ਆਈ ਕੈਪਟਨ ਸਾਹਿਬ ਦੀ ਵਾਰੀ, ਗੇਟ ਜਿਹੜੇ ਸਾਰੇ ਨੇ ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ ਜਿਹੜਾ ਦਿੱਤਾ, ਪਹਿਲੇ ਮੁਕਤਸਰ ਹੀ ਕਹਿੰਦੇ ਸੀ, ਉਹ ਬਰਾੜ ਕੈਪਟਨ ਸਾਹਿਬ ਨੇ ਕੀਤਾ, ਸਟੇਡੀਅਮ ਉਹਨਾਂ ਨੇ ਬਣਾਇਆ, ਆ ਡਿਸਟ੍ਰਿਕਟ ਬਣੀਆ। ਇਹ ਕਾਂਗਰਸ ਨੇ ਕੀਤਾ ਜੀ, ਬਾਦਲ 5 ਵਾਰੀ ਬਣਿਆ ਮੁੱਖ ਮੰਤਰੀ, 5 ਵਾਰੀ ਬਾਦਲ ਸਾਹਿਬ ਬਣੇ ਨੇ ਇਸੇ ਇਲਾਕੇ ਦੇ, ਇਸੇ ਜ਼ਿਲ੍ਹੇ ਦੇ ਨੇ। ਉਹਨਾਂ ਨੇ ਕੀ ਕੀਤਾ, ਮੁਕਤਸਰ ਲਈ ਪੰਥਕ ਪਾਰਟੀ ਕਹਿੰਦੇ ਨੇ ਆਪਣੇ ਆਪ ਨੂੰ, ਅਤੇ ਜੇ ਪੰਥ ਦੇ ਨਾਲ ਇਹਨਾਂ ਨੂੰ ਕੁਛ ਸੀਗਾ, ਅਤੇ ਧਾਰਮਿਕ ਸ਼ਹਿਰ ਸੀ ਸ੍ਰੀ ਮੁਕਤਸਰ ਸਾਹਿਬ, ਕੀ ਕੀਤਾ ਉਹਨਾਂ ਨੇ ਇੱਥੇ? ਮੈਨੂੰ ਯਾਦ ਹੈ ਕਿ ਜਦ ਪਿਛਲੀ ਵਾਰੀ ਬਰਾੜ ਬਾਦਲ ਸਾਹਿਬ ਆਏ ਸੀਗੇ ਇੱਥੇ ਆਪਣੇ ਮੁਕਤਸਰ, ਪਹਿਲੀ ਵਾਰੀ ਕੋਈ ਸੰਗਤ ਦਰਸ਼ਨ ਕਰਨ ਆਏ ਸੀ, ਜਦ ਮੈਂ ਮਿਲੇ ਸੀਗੇ, ਇੱਕ ਅਵਾਰਾ ਪਸ਼ੂ ਗਲੀ ਦੇ ਵਿੱਚੋਂ ਭੱਜ ਕੇ ਜਿੱਥੇ ਬੈਠੇ ਸੀ ਉਹਨਾਂ ਦੇ ਵੱਲ ਆਇਆ, ਅਤੇ ਬਚਾ ਤਾਂ ਲਿਆ, ਮੁੱਖ ਮੰਤਰੀ ਸੀ, ਮਗਰ ਕੰਮ ਕੀ ਹੋਇਆ ਅਵਾਰਾ ਪਸ਼ੂਆਂ ਦਾ? ਤਾਂ ਕੁਛ ਨਹੀਂ ਹੋਇਆ, DSP ਨੂੰ ਸਸਪੈਂਡ ਕਰਤਾ, ਆਹ ਇਲਾਜ ਸੀ। ਵੈਸੇ ਮੈਡਮ ਵਾਰਾ ਪਸ਼ੂਆਂ ਦੀ ਤੁਸੀਂ ਗੱਲ ਆਪ ਹੀ ਛੇੜ ਲਈ, ਸਵਾਲ ਮੇਰਾ ਵੀ ਸੀਗਾ ਕਿ ਵਾਰਾ ਪਸ਼ੂਆਂ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੈ ਮੁਕਤਸਰ ਦੇ, ਚਾਹੇ ਤਾਂ ਨਾਲ ਲੱਗਦੇ ਖੇਤਾਂ ਵਾਲੇ ਹੋਣ, ਚਾਹੇ ਉਹ ਬਾਜ਼ਾਰ ਦੇ ਵਿੱਚ ਹੋਣ। ਕੋਈ ਗਰੀਬ ਆਉਂਦਾ ਹੈ, ਉਹ ਰੇਹੜੀ ਤੋਂ ਕੋਈ ਸੌਦਾ ਲੈਂਦਾ, ਸਬਜ਼ੀ ਲੈਂਦਾ, ਲਿਫਾਫਾ ਹੱਥ 'ਚ ਹੁੰਦਾ, ਅਤੇ ਵਾਰਾ ਪਸ਼ੂ ਆਉਂਦਾ ਅਤੇ ਖੋਹ ਕੇ ਲੈ ਜਾਂਦਾ, ਚਾਹੇ ਕਿਸੇ ਦੇ 500 ਦਾ ਸੌਦਾ ਲਿਆ ਹੋਵੇ ਉਹ ਖੋਹ ਕੇ ਲੈ ਜਾਂਦਾ, ਜਾਂ ਕਿਸੇ ਦੇ ਨਜ਼ਦੀਕ ਦੇ ਖੇਤ ਆ ਉੱਥੇ ਸਾਰਾ ਖਤਮ ਕਰ ਦਿੱਤਾ ਜਾਂਦਾ। ਬਹੁਤ ਸਾਰੀਆਂ ਗਊਸ਼ਾਲਾ ਹੈਗੀਆਂ, ਪਰ ਸਰਕਾਰ ਕੀ ਕਰ ਰਹੀ ਹੈ? ਦੇਖੋ ਜੀ, ਤੁਸੀਂ ਇਹਦੀ ਗੱਲ ਕੀਤੀ ਹੈ, ਤੁਸੀਂ ਤਾਂ ਕਹਿ ਰਹੇ ਹੋ ਕਿ ਰੋਟੀ ਪਾਣੀ ਚੁੱਕ ਕੇ ਲੈ ਜਾਂਦੇ, ਲੋਕਾਂ ਨੂੰ ਮਾਰਿਆ ਵੀ ਹੈ। ਬਿਲਕੁਲ, ਹਾਂਜੀ, ਅਟੈਕ ਕਰਕੇ ਮਾਰਿਆ ਵੀ ਹੈ। ਇਹਦੇ ਵਿੱਚ ਇੱਕ ਯਬ ਜਿਹਾ ਪਿਆ ਹੋਇਆ, ਕਿਉਂਕਿ ਮੇਨਕਾ ਗਾਂਧੀ ਜਿਹੜੇ ਨੇ ਨਾ, ਉਹ ਕੁਛ ਕਰਨ ਨਹੀਂ ਦਿੰਦੇ। ਆ ਕੁੱਤਿਆਂ ਦਾ ਵੀ ਦੇਖ ਲਓ, ਅੱਜ ਇਹਨਾਂ ਦੀ ਹੋ ਸੀਗੀ ਕਿ ਸਟੈਰਲਾਈਜੇਸ਼ਨ ਕੈਂਪੇਨ ਹੋਣੀ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਯੱਬ ਪਾਇਆ। ਕੁੱਤਿਆਂ ਨਾਲ ਵੀ ਇਹੀ ਹਾਲ ਹੈ। ਇੱਕ ਤਾਂ ਪਸ਼ੂ ਬਹੁਤ ਜ਼ਿਆਦਾ ਨੇ, ਮੈਂ ਮੰਨਦੀ ਹਾਂ, ਮਗਰ ਇਹਦਾ ਕੋਈ ਇਲਾਜ ਹੋਰ ਹੋ ਨਹੀਂ ਸਕਦਾ। ਗਊਸ਼ਾਲਾ ਜਿੰਨੀਆਂ ਹੈਗੀਆਂ, ਇੱਕ ਉਹਨਾਂ ਨੇ ਬਣਾਈ ਸੀਗੀ ਰੱਤਾ ਖੇੜਾ, ਉੱਥੇ ਕਿਸੇ ਰੱਤਾ ਟਿੱਬੇ, ਉੱਥੇ ਜਾਣ ਹੀ ਨਹੀਂ ਦਿੰਦੇ, ਕਹਿੰਦੇ ਨੇ ਭਰਿਆ ਹੋਇਆ। ਵੈਸੇ ਉੱਥੋਂ ਵੀ ਕਹਿੰਦੇ ਭੁੱਖਮਰੀ ਦਾ ਬਹੁਤ ਬੁਰਾ ਹਾਲ ਹੈ ਕਿ ਉੱਥੇ ਪਸ਼ੂ ਨੂੰ ਪੱਠੇ ਨਹੀਂ ਪੂਰਾ ਰਿਹਾ। ਬਹੁਤ ਮਾੜੀ ਗੱਲ ਹੈ ਜੀ, ਇੱਕ ਪਾਸੇ ਤਾਂ ਕਹਿੰਦੇ ਆ ਗਊ ਮਾਤਾ, ਅਤੇ ਦੂਜੇ ਪਾਸੇ ਆਹ ਹੀ ਹਾਲ ਹੈ। ਮੈਂ ਤਾਂ ਕਹਿੰਦੀ ਹਾਂ ਜੀ ਕਿ ਇਹਦਾ ਜ਼ਰੂਰ ਕੋਈ ਜੰਗੀ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਕੰਮ ਹੋਣਾ ਚਾਹੀਦਾ, ਕਿਉਂਕਿ ਤੁਸੀਂ ਆਪਣਾ ਮੁਕਤਸਰ ਤਾਂ ਛੱਡੋ, ਸਾਰਾ ਪੰਜਾਬ ਛੱਡੋ, ਸਾਰੇ ਇੰਡੀਆ ਦੇ ਵਿੱਚ ਇਹੀ ਹਾਲ ਹੈ। ਜਿੱਥੇ ਤੁਸੀਂ ਜਾਓ ਅਵਾਰਾ ਪਸ਼ੂ ਸਾਰੀ ਜਗ੍ਹਾ, UP ਜਾ ਕੇ ਦੇਖੋ ਬੁਰਾ ਹਾਲ ਹੈ ਜੀ, ਉੱਥੇ ਤਾਂ ਐਂ ਆਉਂਦੀਆਂ ਜਿਵੇਂ ਕੋਈ ਹੜ੍ਹ ਆ ਗਿਆ, ਬਹੁਤ ਜ਼ਿਆਦਾ ਨੇ ਆਪਣੇ ਰਾਜਸਥਾਨ। ਅਵਾਰਾ ਪਸ਼ੂ ਨੂੰ ਧਰਮ ਦੇ ਨਾਲ ਜੋੜ ਕੇ ਜੇਕਰ ਕੋਈ ਉਸਨੂੰ ਬੰਨ ਲੈਂਦਾ ਤੇ ਉਸਤੇ ਪਰਚੇ ਕੱਟ ਦਿੱਤੇ ਜਾਂਦੇ, ਪਰ ਜਦੋਂ ਅਵਾਰਾ ਪਸ਼ੂ ਕਿਸੇ ਨੂੰ ਟੱਕਰ ਮਾਰ ਕੇ ਮਾਰ ਦਿੰਦਾ, ਉਹਦੇ ਤੇ ਕੋਈ ਕਾਰਵਾਈ ਨਹੀਂ? ਮੈਂ ਮੰਨਦੀ ਹਾਂ ਜੀ, ਗਲਤ ਗੱਲ ਹੈ, ਮਗਰ ਹੁਣ ਤਾਂ ਇਹ ਵੀ ਕਹਿੰਦੇ ਨੇ ਕਿ ਇੱਕ ਜਿਹੜੀ ਨਸਲ ਹੈਗੀ ਆਪਣੀ ਸਾਹੀਵਾਲ ਵਗੈਰਾ, ਉਹ ਹੀ ਨੇ ਗਊ ਮਾਤਾ, ਅਤੇ ਜਿਹੜੇ ਬਾਹਰੋਂ ਆਏ ਨੇ ਉਹ ਇੰਟਰਨੈਸ਼ਨਲ ਬਰੀਡ ਹੈ, ਉਹ ਕਹਿੰਦੇ ਨੇ ਉਹ ਗਊ ਮਾਤਾ ਨਹੀਂ ਹੈ। ਅਤੇ ਇਹ ਸਾਰੇ ਪਾਸੇ, ਇਹ ਤਾਂ ਜੀ ਨੈਸ਼ਨਲ ਲੈਵਲ ਦੇ ਉੱਤੇ ਹੋਊਗਾ ਜੀ, ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੂਬੇ ਦੀ ਸਰਕਾਰ ਕਰੇ, ਇਹ ਸੂਬੇ ਦੀ ਸਰਕਾਰ ਦਾ ਕੰਮ ਨਹੀਂ ਹੈ, ਇਹ ਹੈਗਾ ਮੋਦੀ ਸਾਹਿਬ ਦਾ ਸਰਕਾਰ ਹੈ, ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ। ਮਤਲਬ ਇਹ ਸੈਂਟਰ ਕਰ ਸਕਦਾ ਪੰਜਾਬ ਸਰਕਾਰ ਦੇ ਕੁਛ ਵੀ ਹੱਥ ਵਸ ਨਹੀਂ ਜੀ, ਕਿਉਂਕਿ ਇਹ ਉਹ ਜਦ ਵੀ ਕੀਤਾ, ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਕਿ ਸਟੈਰਲਾਈਜੇਸ਼ਨ ਦੀ ਸ਼ੁਰੂ ਕਰ ਰਹੇ ਸੀਗੇ ਮੁਕਤਸਰ ਦੇ ਵਿੱਚ ਕੁੱਤਿਆਂ ਦੀ, ਅਤੇ ਉਦੋਂ ਹੀ ਮੇਨਕਾ ਗਾਂਧੀ ਨੇ ਉੱਥੇ ਸਟੇਅ ਕਰਵਾਤਾ, ਉਹ ਰੌਲਾ ਪੈ ਗਿਆ ਸੀਗਾ।
ਔਰ ਤੁਸੀਂ ਮੈਨੂੰ ਦੱਸੋ ਉਹਦੇ ਵਿੱਚ ਇਹੀ ਹੈ ਨਾ ਕਿ ਇੱਥੇ ਕੋਈ ਹੋਰ ਇੱਥੇ ਅਵਾਰਾ ਕੁੱਤੇ ਨਾ ਹੋਣ ਅਤੇ ਲੋਕਾਂ ਨੂੰ ਵੱਢਣ ਨਾਲ, ਹਿਫਾਜ਼ਤ ਦੀ ਗੱਲ ਹੀ ਸੀਗੀ ਨਾ, ਸੇਫਟੀ ਦਾ ਅਸੀਂ ਮਾਰ ਤਾਂ ਨਹੀਂ ਰਹੇ ਸੀ ਕਿਸੇ ਨੂੰ, ਇਹ ਸਰਕਾਰ ਨੇ ਸ਼ੁਰੂ ਕੀਤਾ ਸੀ ਅਤੇ ਇੱਥੇ ਇਹਨਾਂ ਦੀ ਇੱਕ ਦੋ ਕੋਈ ਵਕੀਲ ਵੀ ਸੀਗੇ, ਉਹਨਾਂ ਨੇ ਉਦੋਂ ਨਾਲ ਦੀ ਨਾਲ ਮੇਨਕਾ ਗਾਂਧੀ ਨੂੰ ਫੋਨ ਕੀਤਾ ਅਤੇ ਉੱਥੋਂ ਫੋਨ ਆ ਗਿਆ ਕਿ ਜੀ ਸੈਂਟਰ ਤੋਂ ਉਦੋਂ ਮੰਤਰੀ ਸੀ, ਇਹ ਕੁਛ ਹੁੰਦਾ। ਜਿਹੜੀ ਤੁਸੀਂ ਪੁੱਲ ਦੀ ਗੱਲ ਕੀਤੀ ਹੈ, ਜਿਸ ਦਿਨ ਨੀਂਹ ਪੱਥਰ ਰੱਖਦੇ ਨੇ, ਕਾਂਗਰਸ ਦੇ ਕਾਫੀ ਨੇਤਾ ਉੱਥੇ ਮੌਜੂਦ ਸੀ, ਤੁਸੀਂ ਵੀ ਉੱਥੇ ਮੌਜੂਦ ਸੀ, ਉਸ ਤੋਂ ਬਾਅਦ ਸ਼ਾਇਦ ਆਪਣੀ ਇੰਟਰਵਿਊ ਵੀ ਹੁੰਦੀ ਹੈ, ਤੁਸੀਂ ਕਿਹਾ ਸੀ ਕਿ 9 ਮਹੀਨੇ ਦੇ ਵਿੱਚ ਬਣ ਕੇ ਅਤੇ ਤਿਆਰ ਹੋ ਜਾਊਗਾ, ਕਾਫੀ 9 ਮਹੀਨੇ ਬੀਤ ਚੁੱਕੇ। ਦੇਖੋ ਜੀ, ਇਹਦੇ ਵਿੱਚ ਦੋ ਮੁਸ਼ਕਲਾਂ ਪਈਆਂ, ਇੱਕ ਤਾਂ ਇਹਦੀ ਸੀਵਰੇਜ 'ਤੇ ਜਿਹੜੀ ਸੀਗੀ ਬਿਜਲੀ ਦੀ ਲਾਈਨਾਂ ਦੀ, ਔਰ ਦੂਜੀ ਸਭ ਤੋਂ ਵੱਡਾ ਯੱਬ ਕਰੋਨਾ, ਇਹਦੇ ਨਾਲ ਦਿਹਾੜੀ ਵੀ ਨਹੀਂ ਹੋਈ ਲੋਕਾਂ ਦੀ, ਲੇਬਰ ਦੀ ਸਾਰੇ ਪਾਸੇ ਪ੍ਰੋਬਲਮ ਪੈ ਗਿਆ ਜੀ, ਹਰੇਕ ਗੱਲ ਦੇ ਵਿੱਚ ਜੇ ਤੁਸੀਂ ਕੋਈ ਵੀ ਗੱਲ ਕਰੀਏ ਤਾਂ ਕਰੋਨਾ ਦੇ ਕਰਕੇ ਸਾਰਾ ਕੁਛ ਪਿੱਛੇ ਪਿਆ ਹੋਇਆ। ਜੇ ਆਪਾਂ ਕੋਈ ਵੀ ਕੰਮ ਕਰੋ ਤੁਸੀਂ ਦੇਖੋ, ਇਹ ਤਾਂ ਨਹੀਂ 2022 ਦੇ ਇਲੈਕਸ਼ਨ ਦੇ ਨੇੜੇ ਆ ਕੇ ਉਦਘਾਟਨ ਕਰ ਦਿਆਂਗੇ ਤੇ ਗੱਡੀ ਚੜਾ ਦਿਆਂਗੇ ਤੇ ਵੋਟਾਂ ਦਾ ਚੱਕਰ ਤਾਂ ਨਹੀਂ? ਦੇਖੋ ਜੀ, ਇਹ ਤਾਂ ਹੁਣ ਆਲਮੋਸਟ ਕੰਪਲੀਟ ਹੀ ਹੈ ਜੀ, ਤੇ ਕੈਪਟਨ ਸਾਹਿਬ ਨੇ ਵੀ ਕਿਹਾ ਹੈਗਾ ਕਿ ਇਹ ਦਸੰਬਰ ਤੱਕ ਬਣਨਾ ਚਾਹੀਦਾ, ਮਗਰ ਮੈਂ ਜੋ ਪਤਾ ਕਰਦੀ ਰਹਿੰਦੀ ਹਾਂ ਜਾ ਕੇ ਦੇਖਦੀ ਵੀ ਹਾਂ ਕਿ ਕਿੰਨਾ ਕੰਮ ਹੈ, ਕਹਿੰਦੇ ਨੇ ਅਕਤੂਬਰ ਤੱਕ ਹੋ ਜਾਣਾ। ਇੱਕ ਹੋਰ ਇੱਥੇ ਹੁਣ ਨਵਾਂ ਇੱਕ ਡਿਮਾਂਡ ਆਈ ਹੈ, ਉਹਦੇ ਉੱਤੋਂ ਜੇ ਡਿਲੇ ਹੋ ਗਏ ਮੈਂ ਕਹਿ ਨਹੀਂ ਸਕਦੀ, ਕਿਉਂਕਿ ਲੋਕਾਂ ਨੇ ਕਿਹਾ ਹੈਗਾ ਕਿ ਜੇ ਪੁਰਾਣੀ ਮੰਡੀ ਦਾਣਾ ਮੰਡੀ ਤੋਂ ਟਿੱਬੀ ਸਾਹਿਬ ਰੋਡ 'ਤੇ ਜਿਹੜੀ ਹੈਗੀ ਕ੍ਰੋਸਿੰਗ ਉਹ ਹੋਣੀ ਚਾਹੀਦੀ ਹੈ, ਅਤੇ ਜੇ ਉਹ ਹੋਵੇ ਤਾਂ ਫਿਰ ਉਹ ਬ੍ਰਿਜ ਦੇ ਨੀਚੋਂ ਜਾਣੀ ਪੈਣੀ, ਤਾਂ ਫਿਰ ਉਹ ਐਕਸਟੈਂਸ਼ਨ ਆ ਗਈ ਨਾ, ਉਹਦੇ ਐਸਟੀਮੇਟ ਅਸੀਂ ਮੰਗੇ ਹਾਂ। ਮੈਂ ਮਨਪ੍ਰੀਤ ਬਾਦਲ ਜੀ ਨਾਲ ਗੱਲ ਵੀ ਕੀਤੀ ਕਿ ਜੇ ਇਹ ਪਾਸ ਹੋ ਗਿਆ ਤਾਂ ਸਾਨੂੰ ਤੁਸੀਂ ਦੇ ਦਿਓਗੇ ਪੈਸੇ, ਉਹਨਾਂ ਨੇ ਮੈਨੂੰ ਪੋਜ਼ਿਟਿਵਲੀ ਹਾਂ ਕਿਹਾ ਹੋਇਆ, ਮਗਰ ਇਹਦੀ ਹੁਣ ਪੱਕਾ ਨਹੀਂ ਕਿ ਬਣਦੀ ਹੈ ਕਿ ਨਹੀਂ ਬਣਦੀ, ਕਿਉਂਕਿ ਉਹ ਵੀ ਦੇਖਣਾ ਪੈਂਦਾ ਫੀਜ਼ਿਬਿਲਿਟੀ, ਕਿੱਥੇ ਦੁਕਾਨ ਵਾਲੇ ਨਾ ਉਹ ਨਾ ਰੁੱਸ ਜਾਣ, ਇਹ ਸਾਰੇ ਪਾਸੇ ਦੇਖਣਾ ਪੈਂਦਾ ਹੈ। ਵੈਸੇ ਮੈਡਮ ਉੱਥੇ ਥਾਂ ਬਹੁਤ ਘੱਟ ਆ, ਪਹਿਲਾਂ ਇਹ ਚੀਜ਼ ਦਾ ਸੋਚ ਕੇ ਸਟੈਪ ਲੈਣਾ ਚਾਹੀਦਾ ਸੀ ਜਦੋਂ ਨਕਸ਼ਾ ਤਿਆਰ ਹੋ ਰਿਹਾ ਸੀ ਇਹ ਚੀਜ਼ ਦੀ। ਉੱਥੇ ਦੁਕਾਨਦਾਰਾਂ ਨਾਲ ਮੈਂ ਖੁਦ ਗੱਲ ਕੀਤੀ, ਉਹ ਕਹਿੰਦੇ ਕਿ ਸਾਡੀ ਸਾਰੀ ਉਮਰ ਦੀ ਰੋਜ਼ੀ ਰੋਟੀ ਜਿਹੜੀ ਖਰਾਬ ਹੋਣ ਜਾ ਰਹੀ ਹੈ। ਇੱਕ ਤਾਂ ਇਹ ਹੈ ਕਿ ਉਹਦਾ ਕੱਟ ਬਣ ਕੇ ਪੁੱਲ ਦੇ ਥੱਲੋਂ ਦੀ ਆ ਕੇ ਕਿਸਾਨ ਬਹੁਤ ਔਖੇ ਹੋਣਗੇ, ਕਿਉਂਕਿ ਜਿੰਨਾ ਕਰੀਏ ਫਾਟਕਾਂ ਤੋਂ ਪਰਲੇ ਪਾਸੇ ਦੀ ਗੱਲ ਕਰੀਏ, ਸਾਡੇ ਪਿੰਡ ਕਹਿ ਲਓ ਜਾਂ ਹੋਰਨਾਂ ਪਿੰਡ ਕਹਿ ਲਓ, ਉਹਨਾਂ ਦਾ ਜਿੰਨਾ ਵੀ ਅਨਾਜ ਆਉਂਦਾ ਹੈ ਤਾਂ ਇਸੇ ਰਸਤੇ ਮੰਡੀ ਦੇ ਵਿੱਚ ਐਂਟਰ ਕਰਦਾ, ਜਿੰਨਾ ਅਨਾਜ ਆਉਂਦਾ ਹੈ। ਦੂਸਰੀ ਗੱਲ, ਉਹ ਅਨਾਜ ਲੈ ਕੇ ਕਿਹੜੇ ਰਸਤੇ ਤੋਂ ਆਉਣਗੇ? ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਬੁਰਾ ਹਾਲ ਆ, ਜਿਸ ਦਿਨ ਕਿਸਾਨ ਫਸਲ ਵੱਢਣੀ ਸ਼ੁਰੂ ਕਰ ਦਿੰਦਾ ਅਤੇ ਕਿਤੇ ਇੱਕ ਟਰਾਲੀ ਜਦੋਂ ਸ਼ਹਿਰ 'ਚ ਵੜਦੀ ਹੈ ਅਤੇ ਸ਼ਹਿਰ ਵਾਲੇ ਲੋਕਾਂ ਦਾ ਇੰਨਾ ਕੁ ਬੁਰਾ ਹਾਲ ਹੋ ਜਾਂਦਾ, ਕਿਉਂਕਿ ਸ਼ਹਿਰ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਕਰਾਊਡ ਆ। ਮੈਂ ਆਪ ਮੰਨਦੀ ਹਾਂ ਇਸ ਗੱਲ ਨੂੰ, ਮੈਂ ਜਦ ਇਹ ਦੇਖਿਆ ਸੀਗਾ ਕਿ ਸਕੀਮ ਪਾਸ ਕੀਤੀ ਗਈ ਹੈ ਅਤੇ ਕੰਮ ਸ਼ੁਰੂ ਹੋ ਗਿਆ, ਉਹ ਤੋਂ ਬਾਅਦ ਜਾ ਕੇ ਗੁਰੂ ਹਰ ਸਹਾਏ ਦੇਖਿਆ, ਅਬੋਹਰ ਜਾ ਕੇ ਦੇਖਿਆ, ਉੱਥੇ ਬੜੇ ਫਲਾਈਓਵਰ ਬਣੇ ਹੈ। ਮੇਰਾ ਬਸ ਚੱਲੇ ਜ਼ੋਰ ਲਗਾ ਕੇ ਅਸੀਂ ਰਜਬਾਹੇ ਦੇ ਵੱਲ ਵੀ ਇੱਕ ਓਵਰਬ੍ਰਿਜ ਬਣਾਵਾਂਗੇ ਕਿ ਆਹ ਜਿਹੜੀ ਟਰੱਕਾਂ ਵਗੈਰਾ ਦਾ ਜਿਹੜਾ ਹੈਗਾ ਕੰਮ ਉਹ ਸ਼ਹਿਰ ਦੇ ਵਿੱਚ ਨਾ ਆਵੇ। ਮਗਰ ਹੁਣ ਇਹ ਜਿਹੜਾ ਕੰਮ ਸ਼ੁਰੂ ਇਹ ਕੀਤਾ ਤਾਂ ਸੀਗਾ ਸਕੂਲ ਦੇ ਬੱਚਿਆਂ ਲਈ ਅਤੇ ਸ਼ਹਿਰ ਨੂੰ ਜੋੜਨ ਲਈ, ਇਹਦਾ ਇੱਕ ਅੰਡਰਬ੍ਰਿਜ ਦਾ ਵੀ ਪਾਸ ਹੋਇਆ ਹੋਇਆ, ਉਹਦਾ ਵੀ ਕੰਮ ਸ਼ੁਰੂ ਹੋਣਾ ਹੈਗਾ। ਉਹਦੇ ਵਿੱਚ ਕੋਈ ਇਨਕਰੋਚਮੈਂਟਸ ਨੇ, ਉਹ ਬੂੜਾ ਗੁਜਰ ਰੋਡ ਦੇ ਉੱਤੇ, ਉਹ ਇੱਕ ਵਾਰੀ ਸੁਧਰ ਗਈ ਗੱਲ। ਵੈਸੇ ਇਤਿਹਾਸਿਕ ਜ਼ਿਲ੍ਹਾ, ਤੁਹਾਡੇ ਪਰਿਵਾਰ ਦੀ ਦੇਣ ਮੰਨ ਲੈਂਦੇ ਹਾਂ, ਪਰ ਇੱਕ ਓਵਰਬ੍ਰਿਜ ਨਹੀਂ ਬਣਿਆ, ਕਿੰਨਾ ਸਮਾਂ ਬੀਤ ਚੁੱਕਿਆ, ਮੰਨਦੇ ਨਹੀਂ ਕਿ ਕਿੰਨੀਆਂ ਸਰਕਾਰਾਂ ਬਦਲੀਆਂ? ਸ਼ਰਮਨਾਕ ਗੱਲ ਹੈ। ਦੇਖੋ ਜੀ, ਪਹਿਲੀ ਗੱਲ ਤਾਂ ਮੁਕਤਸਰ ਇੱਥੇ ਹੀ ਖਤਮ ਹੋ ਜਾਂਦਾ ਸੀਗਾ, ਇਹ ਜਿਹੜੀ ਨਵੀਂ ਬਣੀਆਂ ਸੀ ਬਾਅਦ 'ਚ ਦੂਜੇ ਪਾਸੇ ਜਿਹੜਾ ਆਪਣਾ ਕੋਟਲੀ ਰੋਡ ਵਗੈਰਾ ਆ ਸਾਰਾ ਜਿਹੜਾ ਪਾਸਾ ਹੈ ਇਹ ਹੁੰਦਾ ਨਹੀਂ ਸੀ ਜਦ ਪਹਿਲੇ ਸਟੇਸ਼ਨ ਇੱਥੇ ਸੀ। ਇੱਥੇ ਮਾਲ ਗੋਦਾਮ ਨਹੀਂ ਹੋਣਾ ਚਾਹੀਦਾ ਸੀ, ਸ਼ਹਿਰ ਦੇ ਵਿਚਕਾਰੇ ਤੁਸੀਂ ਸ਼ੰਟਿੰਗ ਕਰੋਗੇ ਅਤੇ ਆਏ ਦਿਨ ਉੱਥੇ ਸਾਰਾ ਕੁਛ ਬੰਦ ਹੁੰਦਾ। ਮਾਲ ਗੋਦਾਮ ਨੂੰ ਜਾਂ ਤਾਂ ਅੱਗੇ ਕਰ ਦੇਣਾ ਚਾਹੀਦਾ ਸੀਗਾ ਮਹਾਬਦਰ ਵੱਲ ਅਤੇ ਜਾਂ ਉਦੇ ਕਰਨ ਦੇ ਪਿੱਛੇ, ਤਾਂ ਜਾ ਕੇ ਕੰਮ। ਕਾਲਜ ਦੇ ਨੇੜੇ ਲੰਘਦਾ, ਉੱਥੇ ਕਾਫੀ ਥਾਂ ਖੁੱਲ੍ਹਾ ਹੈਗਾ, ਜਦੋਂ ਰੈਕ ਲੱਗਦਾ ਸਾਰੀਆਂ ਗੱਡੀਆਂ ਸ਼ਹਿਰ ਦੇ ਵਿੱਚ ਵੜ ਜਾਂਦੀਆਂ ਤੇ ਬੁਰਾ ਹਾਲ ਆ। ਮੈਂ ਮੰਨਦੀ ਹਾਂ ਜੀ, ਇਸੇ ਕਰਕੇ ਤਾਂ ਇਹ ਬਣਿਆ ਹੈ, ਪਰ ਕਿ ਸੁਖਬੀਰ ਬਾਦਲ ਨੇ ਜਦ ਨੀਂਹ ਪੱਥਰ ਰੱਖ ਦਿੱਤਾ, ਨਾਲ ਇਹਨਾਂ ਦਾ ਇਹਨਾਂ ਨੇ ਥੋੜ੍ਹਾ ਬਹੁਤਾ ਪੈਸਾ ਵੀ ਇਹਨਾਂ ਨੇ ਜਮ੍ਹਾਂ ਕੀਤਾ ਸੀਗਾ, ਫਿਰ ਇਹਨੂੰ ਰੱਦ ਕਰਨ ਦੇ ਲਈ ਕੋਈ ਗੱਲ ਨਹੀਂ ਬਣਦੀ। ਪਰ ਜੋ ਮੈਂ ਦੱਸ ਰਹੀ ਹਾਂ ਜੀ ਕਿ ਅਬੋਹਰ, ਗੁਰੂ ਹਰ ਸਹਾਏ, ਬਾਕੀ ਜਿਹੜੇ ਮੈਂ ਇਲਾਕਿਆਂ 'ਚ ਦੇਖਿਆ, ਇੱਕ ਇੱਕ ਤਾਂ ਬਥੇਰੇ ਨੇ, ਇੱਕ ਨਹੀਂ, ਅਤੇ ਮੈਨੂੰ ਪੂਰੀ ਉਮੀਦ ਹੈ ਜੀ ਕਿ ਅਸੀਂ ਜ਼ੋਰ ਲਾਵਾਂਗੇ, ਹੁਣ ਇੱਕ ਹੋਰ ਕੱਢਾਂਗੇ ਕਿ ਜਿਹੜੀ ਵੱਡੀ ਟ੍ਰੈਫਿਕ ਹੈ, ਹੈਵੀ ਟ੍ਰੈਫਿਕ ਜਿਹੜੀ ਹੋਏਗੀ ਜਲਾਲਾਬਾਦ ਰੋਡ ਨੂੰ ਜਿਹੜੀ ਜਾਣੀ ਹੈ, ਗੁਰੂ ਹਰ ਸਾਹਿਬ ਵੱਲ ਜਾਣੀ ਹੈ, ਉਹ ਬਾਹਰੋਂ ਬਾਹਰ ਜਾਏ, ਖਾਲੀ ਜਿੰਨੇ ਮੰਡੀ ਦੇ ਵਿੱਚ ਕੰਮ ਹੋਵੇ ਉਹੀ ਟ੍ਰੈਫਿਕ ਅੰਦਰ ਹੈ, ਕਿਉਂਕਿ ਤੁਸੀਂ ਦੇਖਿਆ ਸਟੇਸ਼ਨ ਰੋਡ ਤਾਂ ਪਹਿਲੇ ਹੀ ਕਲੋਗਡ ਹੀ ਰਹਿੰਦਾ ਸਾਰੇ ਵਕਤ, ਉੱਥੇ ਟ੍ਰੈਫਿਕ ਜੈਮ ਸੀ ਨੇ, ਅਤੇ ਆਪਣੀ ਕਾਮ ਮੰਡੀ ਦੇ ਵਿੱਚ ਤੁਸੀਂ ਇਹ ਕੁਛ ਓਵਰਬ੍ਰਿਜ ਉੱਥੋਂ ਹੀ ਸ਼ੁਰੂ ਹੁੰਦਾ ਅਤੇ ਉੱਥੇ ਮੁਸ਼ਕਲ ਪਊਗੀ।
ਤੁਸੀਂ ਗੱਡੀਆਂ ਦੀ ਗੱਲ ਕਰ ਰਹੇ ਸੀ, ਨਾਲ ਲੱਗਦਾ ਸਵਾਲ ਕਰ ਲੈਂਦੇ ਹਾਂ ਟਰੱਕ ਯੂਨੀਅਨ 'ਤੇ। ਜਦੋਂ ਕਾਂਗਰਸ ਸਰਕਾਰ ਆਉਂਦੀ ਹੈ ਟਰੱਕ ਯੂਨੀਅਨ ਭੰਗ ਕਰ ਦਿੱਤੀ ਜਾਂਦੀ ਹੈ, ਟਰੱਕਾਂ ਵਾਲੇ ਜਿੰਨੇ ਵੀ ਡਰਾਈਵਰ ਹੋਣ ਚਾਹੇ ਮਾਲਕ ਹੋਣ ਕਾਂਗਰਸ ਤੋਂ ਕਾਫੀ ਨਾਰਾਜ਼ ਨਜ਼ਰ ਆਉਂਦੇ ਆ। ਦੇਖੋ ਜੀ, ਉੱਥੇ ਠੱਗੀ ਬੜੀ ਹੋ ਰਹੀ ਸੀਗੀ। ਇਹਦੇ ਵਿੱਚ ਉੱਪਰੋਂ ਆਇਆ ਸੀਗਾ ਡਿਸੀਜਨ ਕਿ ਟਰੱਕ ਯੂਨੀਅਨ ਭੰਗ ਹੋਣੇ ਨੇ, ਅਤੇ ਇਹਦੇ ਵਿੱਚ ਮੇਰਾ ਹੱਥ ਤਾਂ ਬਿਲਕੁਲ ਕੋਈ ਨਹੀਂ ਸੀਗਾ। ਮੈਂ ਤਿੰਨ ਵਾਰੀ ਤਾਂ ਮੈਂ ਡੀ ਸੀ ਸਾਹਿਬ ਦੇ ਕੋਲ ਗਈ ਹੈ ਇਹਨਾਂ ਦੇ ਨਾਲ ਕਿ ਜਿੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਰੱਖੇ ਸੀ ਉਹ ਖੋਲ੍ਹੀਏ, ਅਤੇ ਇਹਨਾਂ ਨੂੰ ਬਹਿਣ ਦੀ ਥਾਂ ਤਾਂ ਹੋਣੀ ਚਾਹੀਦੀ ਹੈ। ਬਾਕੀ ਜਿਹੜੇ ਟਰੱਕ ਯੂਨੀਅਨ ਦੇ ਕੰਮ ਨੇ ਜੀ, ਇਹ ਤਾਂ ਸਰਕਾਰਾਂ ਕਰਦੀਆਂ। ਇਹਦੇ ਵਿੱਚ ਮੈਂ ਤਾਂ ਸਰਕਾਰ ਦੇ ਵਿੱਚ ਵੀ ਨਹੀਂ ਹੈ। ਕਾਂਗਰਸ ਇੱਕ ਲੀਡਰ ਸਮਝ ਲਓ ਚਾਹੇ ਤੁਸੀਂ ਮੈਂਬਰ ਸਮਝ ਲਓ ਜ਼ਰੂਰ ਹੈ, ਮਗਰ ਮੈਂ ਨੀਤੀ ਤਾਂ ਨਹੀਂ ਨਾ ਬਣਾਉਂਦੀ। ਜਿੱਥੇ ਤੱਕ ਆਪਾਂ ਮਦਦ ਕਰ ਸਕਦੇ ਜ਼ਰੂਰ ਕਰਦੇ ਹਾਂ, ਮਗਰ ਜੋ ਕੁਛ ਟਰੱਕ ਯੂਨੀਅਨ ਦੇ ਵਿੱਚ ਹੋ ਰਿਹਾ ਸੀਗਾ ਅਕਾਲੀਆਂ ਦੇ ਰਾਜ ਦੇ ਵਿੱਚ, ਉਹ ਸਹੀ ਤਾਂ ਨਹੀਂ ਨਾ ਹੋ ਰਿਹਾ ਸੀ। ਇਹਨਾਂ ਨੇ ਐਂ ਕਰਕੇ ਸਟਰੈਂਗਲ ਹੋਲਡ ਬਣਾਈ ਹੋਈ ਸੀ, ਅਤੇ ਉੱਥੇ ਗਲਤ ਕੰਮ ਵੀ ਬਹੁਤ ਹੋ ਰਹੇ ਸੀਗੇ। ਇਹਦਾ ਸੋਚਣਾ ਪੈਂਦਾ ਹੈ, ਅਤੇ ਇਹ ਕੈਪਟਨ ਸਾਹਿਬ ਨੇ ਸਾਰੀ ਜਗ੍ਹਾ ਕੀਤਾ, ਖਾਲੀ ਮੁਕਤਸਰ ਦਾ ਤਾਂ ਨਹੀਂ ਨਾ। ਬਾਕੀ ਬਹੁਤ ਸਾਰੀਆਂ ਥਾਵਾਂ 'ਤੇ ਬਹਾਲ ਹੋ ਗਿਆ ਨਾ, ਮੁਕਤਸਰ ਨੂੰ ਲੈ ਕੇ ਹਜੇ ਵੀ ਵਿਵਾਦ। ਉਹ ਜੀ ਇਲੀਗਲੀ ਹੋਇਆ ਜੋ ਹੋਇਆ, ਅਸੀਂ ਗਲਤ ਕੰਮ ਨਹੀਂ ਕਰਦੇ। ਗੱਲ ਤਾਂ ਸਾਰੀ ਇੱਥੇ ਆਉਂਦੀ ਹੈ, ਅਸੀਂ ਨਾ ਤਾਂ ਕਦੀ ਪੈਸਾ ਬਣਾਇਆ ਇਲੀਗਲੀ, ਨਾ ਕੋਈ ਪੁੱਠੇ ਕੰਮ ਕੀਤੇ ਹੈ। ਤੁਸੀਂ ਸਾਡਾ ਸਾਰਾ ਰਿਕਾਰਡ ਕੱਢ ਕੇ ਦੇਖ ਲਓ, ਸਾਡੇ ਬਾਰੇ ਕੋਈ ਨਹੀਂ ਉਂਗਲ ਚੁੱਕ ਸਕਦਾ ਕਿ ਅਸੀਂ ਕੋਈ। ਲੋਕੀ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਕਿ ਸਰਾਇਨਾਗਲ ਬਰਾੜ ਪਰਿਵਾਰ ਦਾ ਫੋਰਨ ਦੇ ਵਿੱਚ ਵੀ ਘੋੜਿਆਂ ਦੇ ਸਟੱਡ ਫਾਰਮ ਬੜੇ ਬੜੇ ਤਗੜੇ ਆ, ਅਤੇ ਉੱਥੇ ਵੀ ਇਹਨਾਂ ਦਾ ਬੜਾ ਤਗੜਾ ਕਾਰੋਬਾਰ। ਸਰਾਸਰ ਝੂਠ ਹੈ ਜੀ। ਮੈਂ ਤਾਂ ਕਹਿੰਦੀ ਹਾਂ ਕਿ ਕੋਈ ਬਣਾ ਕੇ ਕਮੇਟੀ ਜਾ ਕੇ ਦੇਖੋ, ਜੇ ਸਾਡੀ ਉੱਥੇ ਇੱਕ ਇੰਚ ਵੀ ਕੋਈ ਜ਼ਮੀਨ ਹੋਵੇ, ਸਾਡੀ ਜਾਇਦਾਦ, ਸਾਡਾ ਕਾਰੋਬਾਰ, ਸਾਡੀ ਕਮਾਈ ਪਿੰਡ ਸਰਾਇਨਾਗਾ ਦੇ ਵਿੱਚ ਹੈ। ਇੱਕ ਸਾਡੇ ਕੋਲ ਘਰ ਜ਼ਰੂਰ ਹੈ ਦਿੱਲੀ 'ਚ, ਜੋਰਬਾਗ ਦੇ ਵਿੱਚ, ਜੋ ਬਰਾੜ ਸਾਹਿਬ ਨੇ 1960 ਦੇ ਵਿੱਚ ਬਣਾਇਆ ਸੀ ਆਪਣੀ ਇਮਾਨਦਾਰੀ ਦੀ ਕਮਾਈ ਦੇ ਵਿੱਚੋਂ। ਨਾਲ ਸਾਡੇ ਕੋਲ ਥੋੜ੍ਹੀ ਜਿਹੀ ਪ੍ਰੋਪਰਟੀ ਹੈਗੀ ਚੰਡੀਗੜ੍ਹ ਦੇ ਵਿੱਚ, ਅਤੇ ਇੱਕ ਕੋਠੀ ਹੈਗੀ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਮੇਰੀ ਛੋਟੀ ਨਨਾਣ ਸਾਹਿਬ ਰਹਿੰਦੇ ਨੇ, ਅਤੇ ਬਾਕੀ ਸਾਰਾ ਕੁਛ ਜੋ ਵੀ ਅਸੀਂ ਸਾਡਾ ਹੈਗਾ ਇੱਥੇ ਹੈ। ਥੋੜ੍ਹੀ ਜਿਹੀ ਜ਼ਮੀਨ ਦਿੱਲੀ ਦੇ ਬਾਹਰ ਯੂਪੀ ਦੇ ਵਿੱਚ ਹੈਗੀ, ਉਹ ਵੀ ਖਾਸ ਨਹੀਂ, ਪਰ ਆਹੀ ਹੈ ਸਾਡਾ ਕੋਲ। ਮੈਂ ਤਾਂ ਆਪਣਾ ਡਿਕਲੇਅਰ ਕੀਤਾ ਸੀ, ਇੱਕ ਇੱਕ ਚੀਜ਼ ਡਿਕਲੇਅਰ ਕੀਤੀ ਸੀ ਜਦ ਮੈਂ MLA ਦੇ ਕਾਗਜ਼ ਭਰੇ ਸੀ, ਅਤੇ ਇੱਥੇ ਤੱਕ ਲੋਕਾਂ ਨੇ ਕਹਿਤਾ ਸੀ ਕਿ ਸਭ ਤੋਂ ਅਮੀਰ MLA ਹੈਗੀ ਆਪਣੇ ਪੰਜਾਬ ਦੀ ਕਰਨ ਕੌਰ ਬਰਾੜ, ਅਤੇ ਉਹਦੇ ਵਿੱਚ ਮੈਂ ਲਿਖੀ ਸੀ ਆਪਣੀ ਗੱਡੀ, ਆਪਣੇ ਗਹਿਣੇ, ਆਪਣੀ ਪ੍ਰੋਪਰਟੀ, ਆਪਣੀ ਜੋ ਵੀ ਸੀ। ਅਤੇ ਸੁਖਬੀਰ ਬਾਦਲ ਜੀ ਦੀ ਵਹੀਕਲ ਸੀਗੀ ਇੱਕ ਟਰੈਕਟਰ। ਹੁਣ ਮੈਨੂੰ ਤੁਸੀਂ ਦੱਸੋ, ਓਨਲੀ ਟਰੈਕਟਰ ਕੀ ਉਹਨਾਂ ਕੋਲ? ਉਹਦੇ ਉਸ ਟਾਈਮ ਮੈਂ ਪੜ੍ਹਿਆ ਸੀ, ਮੈਂ ਬੜੀ ਅਮਿਊਜ਼ਡ ਹੋਈ ਸੀ ਕਿ ਆਹ ਦੇਖੋ ਕਿ ਸੁਖਬੀਰ ਬਾਦਲ ਜੀ ਦੇ ਕੋਲ ਇੱਕ ਟਰੈਕਟਰ ਹੈ। ਮੇਰੇ ਕੋਲ ਹਰੇਕ ਪਰਿਵਾਰ ਜਦੋਂ ਇਲੈਕਸ਼ਨ ਲੜਦਾ ਜਾਂ ਸਿਆਸਤ 'ਚ ਉਤਰਦਾ, ਤੁਸੀਂ ਤਾਂ ਮੁੱਖ ਮੰਤਰੀ ਪਰਿਵਾਰ ਦੇ ਵਿੱਚੋਂ, 18 ਸਾਲ ਦਾ ਬੱਚਾ ਹੋਵੇ ਚਾਹੇ 15 ਸਾਲ ਦੀ ਧੀ ਹੋਵੇ, ਉਹਨੂੰ ਵੋਟਾਂ ਮੰਗਣ ਲਈ ਵਿੱਚ ਤੋਰ ਦਿੰਦੇ ਆ। ਸਰਾਇਨਾਗਾ ਪਰਿਵਾਰ ਆਪਦੇ ਬੱਚਿਆਂ ਨੂੰ ਦੂਰ ਕਿਉਂ ਰੱਖਦਾ ਹੈ ਕਿ ਸਿਆਸਤ ਪਸੰਦ ਨਹੀਂ ਆ ਰਹੀ? ਦੇਖੋ ਜੀ, ਸਾਡੇ ਨਾਲ ਇੱਕ ਬਹੁਤ ਵੱਡਾ ਧੱਕਾ ਹੋਇਆ ਕਿ ਸਨੀ ਜੀ ਪੂਰੇ ਹੋ ਗਏ ਆਪਣੇ ਟਾਈਮ ਤੋਂ ਪਹਿਲੇ ਜੀ। ਮੇਰੇ ਬੱਚੇ ਉਦੋਂ ਆਪ ਪੈਰਾਂ 'ਤੇ ਖੜ੍ਹੇ ਨਹੀਂ ਹੋਏ ਸੀ ਪੂਰੇ। ਵੱਡਾ ਬੇਟਾ ਦੀ ਸ਼ਾਦੀ ਹੋਈ ਸੀ, ਕਰਨ ਵੀ ਛੋਟੇ ਦੀ ਵੀ ਉਦੋਂ ਹੀ ਨਵੀਂ ਨਵੀਂ ਸ਼ਾਦੀ ਹੋਈ ਸੀਗੀ। ਸਾਰਾ ਕਾਰੋਬਾਰ ਸਨੀ ਜੀ ਅਤੇ ਮੈਂ ਸਾਂਭਦੇ ਸੀਗੇ। 2.5 ਸਾਲ ਦੇ ਲਈ ਤਾਂ ਸਨੀ ਜੀ ਨੂੰ ਕੈਂਸਰ ਸੀਗਾ, ਸਾਨੂੰ ਉਹਨਾਂ ਨੂੰ ਦੀ ਜਾਨ ਬਚਾਉਣ ਦੇ ਵਿੱਚ ਟਾਈਮ ਲੱਗ ਗਿਆ, ਅਤੇ ਉਹ ਤੋਂ ਬਾਅਦ ਆਪਣਾ ਜਿਹੜਾ ਢਾਂਚਾ ਸੀਗਾ ਉਹਨੂੰ ਠੀਕ ਕਰਨ ਦੇ ਲਈ ਟਾਈਮ ਲੱਗਦਾ ਹੈਗਾ ਕਿ ਕਮਾਈਆਂ ਦੇ ਉੱਤੇ ਫੇਰ ਆ ਜਾਈਏ, ਕਿਉਂਕਿ ਸਾਨੂੰ ਸੈੱਟਬੈਕ ਵੀ ਬਹੁਤ ਵੱਡਾ ਹੋਇਆ, ਕਿਉਂਕਿ ਅਸੀਂ ਇਮਾਨਦਾਰੀ ਦੀ ਕਮਾਈ ਕਰਦੇ ਹਾਂ, ਅਸੀਂ ਕਦੀ ਕੋਈ ਹੇਰਾ ਫੇਰੀ ਨਹੀਂ ਕੀਤੀ। ਵੱਡਾ ਬੇਟਾ ਮੇਰਾ ਹੁਣ ਘੋੜਿਆਂ ਦੇ ਕੰਮ ਸਾਂਭਦਾ, ਅਤੇ ਟੱਚ ਵੁੱਡ ਬਹੁਤ ਵਧੀਆ ਸਾਂਭ ਰਿਹਾ ਹੈਗਾ। ਅਸੀਂ ਇੱਕ ਡਾਬੀ ਵੀ ਜਿੱਤ ਚੁੱਕੇ ਹਾਂ, ਚੈਂਪੀਅਨ ਬੜੇ, ਅਸੀਂ ਨੰਬਰ 2 ਜਾਂ 3 'ਤੇ ਹਾਂ ਸਾਰੇ ਮੁਲਕ ਦੇ ਵਿੱਚ ਸਟੱਡ ਫਾਰਮਿੰਗ ਦੇ ਵਿੱਚ, ਅਤੇ ਨੈਸ਼ਨਲ ਹੋਰਸ ਬਰੀਡਿੰਗ ਸੁਸਾਇਟੀ ਦੇ ਉਹ ਇੱਕ ਬੋਰਡ ਦੇ ਮੈਂਬਰ ਹੈ, ਸਭ ਤੋਂ ਛੋਟੀ ਉਮਰ ਦਾ ਤੇਗਬੀਰ। ਮੇਰਾ ਵਿਚਕਾਰਲਾ ਬੇਟਾ ਜਿਹੜਾ ਹੈਗਾ ਉਹ ਲੱਗਿਆ ਹੋਇਆ ਜੀ, ਸਾਡੀ ਜਿਹੜੀ ਜ਼ਮੀਨ 60 ਕਿੱਲੇ ਨੇ ਦਿੱਲੀ ਦੇ ਕੋਲ, ਉਹ ਸਾਂਭਦਾ, ਅਤੇ ਨਾਲ ਸਾਡੇ ਕੇਸ ਕੂਸ ਚੱਲਦੇ ਨੇ ਉਹਨਾਂ ਦੇ ਸਾਰੇ, ਉਹ ਦੇਖਦਾ ਹੈਗਾ। ਨਾਲ ਮੇਰਾ ਛੋਟਾ ਬੇਟਾ ਦੇਖਦਾ, ਖੇਤੀ ਕਰਦਾ ਕਰਨਵੀਰ। ਕਰਨਵੀਰ ਆਪਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਮੁਕਤਸਰ ਦਾ। ਇਹ ਤਾਂ ਨਹੀਂ ਕਿ ਅਸੀਂ ਨਹੀਂ ਕਰਦੇ, ਜਦ ਵੀ ਮੈਨੂੰ ਲੋੜ ਪੈਂਦੀ ਹੈ, ਮਗਰ ਜੇ ਅਸੀਂ ਸਾਰੀ ਸਿਆਸਤ ਦੇ ਵਿੱਚ ਪੈ ਗਏ ਤਾਂ ਫਿਰ ਅਸੀਂ ਕਮਾਈਆਂ ਕਿਵੇਂ ਕਰਾਂਗੇ? ਇੱਕ ਜਣਾ ਹੀ ਹੁੰਦਾ ਜਿਹੜਾ ਤੁਸੀਂ ਕੋਲ ਬਰਾੜ ਸਾਹਿਬ ਕਰਦੇ ਸੀਗੇ, ਉਦੋਂ ਅਸੀਂ ਸਾਂਭਦੇ ਸੀਗੇ ਘਰ ਬਾਰ, ਸਨੀ ਜੀ ਅਤੇ ਮੈਂ। ਹੁਣ ਮੈਂ ਅੱਗੇ ਲੱਗੀ ਹਾਂ ਅਤੇ ਉਹ ਕਰ ਰਹੇ ਨੇ।
ਜਦੋਂ MLA ਦੇ ਕਾਗਜ਼ ਭਰੇ ਜਾਂਦੇ ਨੇ, ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਪਹਿਲਾਂ ਹੀ ਸਲਾਹਾਂ ਹੋਣ ਜਾਣ ਲੱਗਦੀਆਂ ਕਿ ਰੇਤੇ ਵਾਲਾ ਖੱਡਾ ਫਲਾਨਾ ਅਸੀਂ ਕਬਜ਼ਾ ਕਰ ਲੈਣਾ, ਸਰਾਇਨਾਗਾ ਪਰਿਵਾਰ ਦੂਰ ਕਿਉਂ ਰਹਿੰਦਾ? ਕਿਉਂਕਿ ਅਸੀਂ ਬੇਈਮਾਨੀ ਨਹੀਂ ਕਰਨੀ ਜੀ। ਮੈਂ ਗਈ ਸੀਗੀ, ਰੇਤਾ ਦਾ ਖੱਡਾ ਇੱਕ ਹੈਗਾ ਨਾ ਚੱਕ ਬਧਾਈ ਦੇ ਵਿੱਚ, ਮੈਂ ਕਾਗਜ਼ ਦੇਖਣ ਗਈ ਸੀ। ਲੀਗਲ ਹੈ ਕਿ ਇਨਲੀਗਲ? ਇਨਲੀਗਲ ਹੈ ਮੇਰੇ ਹਿਸਾਬ ਦੇ ਨਾਲ, ਮੈਂ SDM ਸਾਹਿਬ ਨੂੰ ਕਿਹਾ ਵੀ ਹੋਇਆ, ਕਿਉਂਕਿ ਮੈਂ ਪਹਿਲੇ DC ਸਾਹਿਬ ਨਾਲ ਗੱਲ ਕੀਤੀ ਸੀਗੀ ਕਿ ਜਦ ਮੈਂ ਜਾ ਕੇ ਕਾਗਜ਼ ਮੰਗੇ ਸੀਗੇ, ਮੈਨੂੰ ਕੋਈ ਤਸੱਲੀਦਾਰ ਗੱਲ ਨਹੀਂ ਲੱਗੀ। ਉੱਥੇ ਇੱਕ ਤਾਂ ਪੋਕਲੇਨ ਮਸ਼ੀਨ ਹੈ ਜਿਹੜੀ ਬੈਂਡ ਹੈ, ਨਾਲ ਉੱਥੇ ਕਿਸ਼ਤੀਆਂ ਪੰਪ ਦੇ ਜਿਹੜੇ ਪੰਪ ਲਗਾ ਕੇ ਰੇਤਾ ਇੱਦਾਂ ਨਹੀਂ ਕੱਢ ਸਕਦੇ, ਉਹ ਇਨਲੀਗਲੀ ਹੈ। ਉਹ ਵੀ ਇਲੀਗਲ ਹੈ। ਮੈਂ ਕਿਉਂ ਗਈ ਸੀ ਜੀ? ਦੋ ਰੀਜ਼ਨਸ। ਇੱਕ ਤਾਂ ਸੁਖਬੀਰ ਬਾਦਲ ਉਂਗਲ ਚੁੱਕੀ ਜਾ ਰਿਹਾ ਸੀਗਾ ਕਿ ਆਹ ਦੇਖੋ ਜੀ ਰੇਤੇ ਦੇ ਖੱਡੇ ਆਪ ਚਲਵਾ ਕੇ। ਮੈਂ ਉਹ ਸਵਾਲ ਸੀ ਜਿਸ ਦਿਨ ਸੁਖਬੀਰ ਨੂੰ ਰੇਤੇ ਦੇ ਖੱਡਿਆਂ ਦਾ ਚੇਤਾ ਆਉਂਦਾ, ਤੁਸੀਂ ਯਕਦਮ ਮੁਕਤਸਰ ਦੇ ਰੇਤੇ ਦੇ ਖੱਡਿਆਂ ਦਾ ਛਾਪਾ ਮਾਰ ਦਿਓ। ਮੈਂ ਉਦੋਂ ਹੀ ਫਿਰ ਸੋਚਿਆ ਕਿ ਪਹਿਲੇ ਦੇਖ ਲਈਏ ਕਿ ਇੱਥੇ ਕੌਣ ਚਲਾ ਰਿਹਾ, ਅਤੇ ਉੱਥੇ ਅਕਾਲੀ ਚਲਾ ਰਹੇ ਨੇ। ਮੈਡਮ ਪਹਿਲਾਂ ਤੁਸੀਂ ਕਿੱਥੇ ਸੀ? ਹਲਕੇ ਦੇ ਇੰਚਾਰਜ ਹੋ, ਕਾਲੀ ਕਿੰਨਾ ਚਿਰ ਪਹਿਲਾਂ ਸੀ ਜੀ ਕਿ ਇੱਥੇ ਇਲੀਗਲ ਸੀਗਾ? ਇੱਕ ਵਾਰ ਵਰਕਰਾਂ ਵੀ ਗੱਲ ਨਹੀਂ ਕੀਤੀ? ਮੈਂ ਤੁਹਾਨੂੰ ਦੱਸਦੀ ਹਾਂ ਜੀ, ਮੈਨੂੰ ਨਵੰਬਰ ਦੇ ਵਿੱਚ ਕਿਸੇ ਨੇ ਕਿਹਾ ਸੀ, ਉਦੋਂ ਮੈਂ ਪੁਲਿਸ ਨਾਲ ਗੱਲ ਕੀਤੀ ਸੀਗੀ, ਅਤੇ ਮੈਂ ਪੁੱਛਿਆ ਸੀਗਾ ਕਿ ਇਹ ਜਰਾ ਚੈੱਕ ਕਰੋ ਕਿ ਇਲੀਗਲ ਹੈ ਕਿ ਇਲੀਗਲ, ਅਤੇ ਮੈਨੂੰ ਵਾਪਸ ਜਵਾਬ ਆਇਆ ਸੀ ਕਿ ਇਲੀਗਲ ਹੈ। ਉਹ ਤੋਂ ਬਾਅਦ ਮੈਨੂੰ ਇਹਦਾ ਮਤਲਬ ਕੀ ਸੀ? ਪੁਲਿਸ ਮਿਲੀ ਸੀ? ਹੋਣੀ ਹੈ ਜੀ, ਮੈਂ ਹੁਣ ਕੀ ਕਹਿ ਸਕਦੀ ਹਾਂ, ਕੋਈ ਗੱਲ ਹੋਣੀ ਹੈ ਉਹਨਾਂ ਨੇ, ਕੋਈ ਹੋਣੀ ਹੈ, ਆਈ ਕਾਂਟ ਸੇ। ਇੰਨਾ ਮੈਨੂੰ ਪਤਾ ਕਿ ਮੈਂ ਫੋਨ ਕਰਕੇ ਪਤਾ ਕਰਵਾਇਆ ਸੀਗਾ ਕਿ ਤੁਸੀਂ ਜਾ ਕੇ ਦੇਖੋ। ਦੂਜੀ ਵਾਰੀ ਦੂਜੀ ਗੱਲ ਇਹ ਹੋਈ ਸੀਗੀ ਕਿ ਉੱਥੇ ਜਿਹੜੇ ਆਲੇ ਦੁਆਲੇ ਆਪਣੇ ਸਪੋਰਟਰ ਨੇ ਫੱਤਣ ਵਾਲੇ ਦੇ ਵਿੱਚ, ਕਾਲਗੜ੍ਹ ਦੇ ਵਿੱਚ, ਉਹ ਬੜੇ ਮੁਸ਼ਕਲ ਦੇ ਵਿੱਚ ਪਏ ਹੋਏ ਸੀਗੇ। ਕਹਿੰਦੇ ਸੀਗੇ ਕਿ ਸਾਡੇ ਤਾਂ ਖੇਤਾਂ ਦੇ ਵਿੱਚ ਪਾਣੀ ਭਰਨ ਲੱਗ ਪਿਆ, ਕਿਉਂਕਿ ਇਹਨਾਂ ਨੇ ਡੂੰਘਾ ਐਡਾ ਕੱਟ ਕੇ ਕੱਢ ਦਿੱਤਾ ਕਿ ਅਸੀਂ ਫਲੱਡ ਹੋ ਜਾਂਦੇ ਹਾਂ। ਤਾਂ ਮੈਂ ਗਈ ਸੀਗੀ ਜੀ, ਮੈਂ ਗਈ ਸੀਗੀ ਦੇਖਣ, ਔਰ ਜਦ ਮੈਂ ਗਈ ਹਾਂ ਉਸ ਤੋਂ ਬਾਅਦ ਮੈਂ DC ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੂੰ ਮੈਂ ਮਹੂਲੀਅਤ ਦਿੱਤੀ ਸੀਗੀ ਕਿ ਤੁਸੀਂ ਮੈਨੂੰ ਕਾਗਜ਼ ਦਿਖਾ ਦਿਓ, ਮੈਂ ਹਫ਼ਤਾ ਦਿੱਤਾ ਸੀ। ਉਸ ਤੋਂ ਬਾਅਦ SDM ਦੀ ਡਿਊਟੀ ਲੱਗਦੀ ਹੈ ਖੱਡੇ ਦੇ ਉੱਤੇ, ਮੈਂ ਜੋ DC ਸਾਹਿਬ ਨੂੰ ਪੁੱਛਿਆ, SDM ਸਾਹਿਬ ਨਾਲ ਵੀ ਗੱਲ ਕੀਤੀ, ਮਗਰ ਅਫਸੋਸ ਨਾਲ ਇੱਕ ਹੜਤਾਲ ਚੱਲ ਰਹੀ ਹੈ, ਇਹਨਾਂ ਦੇ ਸਾਰੀ ਜਿਹੜੀ ਸਬੋਰਡੀਨੇਟ ਸਟਾਫ ਹੈ ਨਾ, ਉਹ ਕੋਈ ਕਾਗਜ਼ ਇਹਨਾਂ ਦੀ ਹੜਤਾਲ ਚੱਲ ਰਹੀ ਹੈ, ਪਰ ਮੈਨੂੰ ਲੱਗਦਾ ਖੱਡਾ ਜਿਉਂ ਦਾ ਤਿਉਂ ਉਦਾਂ ਜਿਉਂ ਦਾ ਤਿਉਂ ਹੈ, ਜੋ ਉਹਨਾਂ ਨੇ ਤਾਂ ਸਗੋਂ ਹੋਰ ਵੀ ਕੱਢਤਾ। ਇੱਕ ਕੋਈ ਔਰਤ ਸੀਗੀ ਸੁਣਿਆ, ਉਹ ਕਹਿੰਦੀ ਕਿ ਬੀਬੀ ਦਾ ਕੀ ਉੱਥੇ ਹੱਕ ਜਾਣ ਦਾ, ਕਿਉਂ ਮੈਂ ਆਈ ਐਮ ਆ ਸਿਟੀਜ਼ਨ ਔਫ ਪੰਜਾਬ, ਮੈਂ ਕਿਉਂ ਨਹੀਂ ਜਾ ਸਕਦੀ, ਮੇਰੀ ਪਾਰਟੀ ਇਜ਼ ਇਨ ਪਾਵਰ, ਜੇ ਮੇਰੀ ਮਰਜ਼ੀ ਹੋਵੇ ਮੈਂ ਜਾ ਕੇ ਕਿਸੇ ਨੂੰ ਪੁੱਛਿਆ, ਮੈਂ ਇਹ ਤਾਂ ਨਹੀਂ ਕਿਹਾ ਬੰਦ ਕਰੋ ਖੋਲੋ, ਮੈਂ ਕਿਹਾ ਮੈਨੂੰ ਕਾਗਜ਼ ਸਿਖਾਓ। ਹਾਂ, ਮੈਂ ਕੋਈ ਲੋ ਤਾਂ ਨਹੀਂ ਬ੍ਰੇਕ ਕੀਤਾ। ਉਸ ਤੋਂ ਬਾਅਦ ਇੱਥੇ ਉਹ ਲੈ ਕੇ ਆਏ ਸੀਗੇ ਕੋਈ ਕਾਗਜ਼, ਮਗਰ ਬਿਲਕੁਲ ਰੱਦੀ ਕਾਗਜ਼ ਸੀ, ਉਹਦੇ ਵਿੱਚ ਕੁਝ ਹੈ ਹੀ ਨਹੀਂ ਸੀ। ਕੋਣੀ ਦੇ ਕੋਈ ਬੰਦੇ ਨੇ, ਇੱਕ ਵਿੱਚ ਕੋਈ ਸੁਨਿਆਰਾ ਵੀ ਹੈਗਾ, ਕੋਈ ਜੱਟ ਵੀ ਨੇ, ਉਹ ਚਲਾ ਰਹੇ ਨੇ ਖੱਡਾ। ਜਿੰਦੀ ਜ਼ਮੀਨ ਹੈ ਉਹ ਇਨਵੋਲਵ ਹੈ ਵਿੱਚ? ਉਹਨੇ ਠੇਕੇ 'ਤੇ ਦਿੱਤੀ ਹੈ ਜੀ, ਹੁਣ ਮੈਨੂੰ ਨਹੀਂ ਪਤਾ ਉਹਦਾ ਹਿੱਸਾ ਹੈ ਕਿ ਨਹੀਂ ਹੈਗਾ। ਉਹਨਾਂ ਨੇ ਤਾਂ ਜੋ ਮੈਨੂੰ ਦੱਸਿਆ, ਉੱਥੇ ਕੋਈ ਡਾਕਟਰ ਹੈ, ਉਹਦੀ ਕਹਿੰਦਾ ਕਿ ਮੈਂ ਇਸ ਜ਼ਮੀਨ ਦਾ ਮਾਲਕ ਹੈ ਅਤੇ ਮੈਂ ਠੇਕੇ 'ਤੇ ਦਿੱਤੀ ਹੈ। ਅਤੇ ਮੈਂ ਇੱਕੋ ਗੱਲ ਇਹਨਾਂ ਨੂੰ ਪੁੱਛੀ ਸੀ, ਮੈਨੂੰ ਇਹ ਦੱਸੋ ਕਿ ਜਿਹੜਾ ਪਾਣੀ ਵਿੱਚੋਂ ਨਿਕਲਦਾ ਕਾਲਾ ਛੋਰਾ ਪੈਦਾ ਕਰਦਾ, ਜਿਹੜਾ ਨਾਲ ਦੀਆਂ ਜ਼ਮੀਨਾਂ ਦਾ ਨੁਕਸਾਨ ਕਰੂਗਾ, ਉਹਦੀ ਭਰਾਈ ਕੌਣ ਕਰੂਗਾ? ਉਹੀ ਤਾਂ ਰੌਲਾ ਹੈ, ਤੁਸੀਂ ਇਹ ਗੱਲ ਕਰਦੇ ਹੋ ਜੀ। ਇੱਕ ਸੜਕ ਬਣੀ ਹੋਈ ਹੈ ਜਿਹਦੇ ਉੱਤੋਂ ਇਹਨਾਂ ਦੇ ਟਰਾਲਿਆਂ ਨੂੰ ਜਾਣਾ ਚਾਹੀਦਾ, ਮਗਰ ਉਹ ਜਾਂਦੀ ਹੈਗੀ ਕੱਸੀ ਦੇ ਉੱਤੋਂ, ਸਾਰੇ ਟਰਾਲੇ ਕੱਸੀ ਦੇ ਉੱਤੋਂ ਜਾ ਰਹੇ ਹਨ ਅਤੇ ਸਾਰੀ ਕੱਸੀ ਭੰਨੀ ਪਈ ਹੈ। ਜੋ ਇਹਨਾਂ ਨੇ ਮੈਨੂੰ ਕਾਗਜ਼ ਦਿਖਾਏ ਸੀ ਉਹਦੇ ਵਿੱਚ ਇੱਕ ਜ਼ਰੂਰ ਮੈਂ ਗੱਲ ਨੋਟ ਕੀਤੀ ਸੀ ਕਿ ਉਹਦੇ ਵਿੱਚ ਲਿਖਿਆ ਸੀ 64 ਜਾਂ 65 ਲੱਖ ਹਰ ਸਾਲ ਉਹ ਸੜਕ ਦੀ ਅਪਕੀਪ ਦੇ ਲਈ, ਮੁਰੰਮਤ, ਜੇ ਕੋਈ ਟੁੱਟੇ ਟਰਾਲਿਆਂ ਕਰਕੇ ਉਹ ਇਹਨਾਂ ਭਰਾਈ ਕਰੂਗਾ ਖੱਡੇ ਦੇ ਜਿਹੜੇ ਮਤਲਬ ਚਲਾ ਰਹੇ ਭਰਾਈ ਕਰਨਗੇ? ਹਾਂਜੀ, ਕਿੰਨੀ ਉਹ ਮੁਰੰਮਤਾਂ ਕਰਨਗੇ, ਸਾਰਾ ਠੀਕ ਕਰਨਗੇ, ਮਗਰ ਉਹਨਾਂ ਨੇ ਤਾਂ ਕੱਖ ਨਹੀਂ ਕੀਤਾ। ਮੈਨੂੰ ਤਾਂ ਇਹ ਨਹੀਂ ਪਤਾ ਚੱਲਿਆ ਕਿ ਕਿੰਨੀ ਜ਼ਮੀਨ ਠੇਕੇ 'ਤੇ ਹੈ, ਕੋਈ ਕਾਗਜ਼ੀ ਕਾਰਵਾਈ ਹੈ ਹੀ ਨਹੀਂ ਇਹਨਾਂ ਦੀ, ਕਿੰਨਾ ਰੇਤਾ ਇਹਨਾਂ ਨੂੰ ਅਲਾਊਡ ਹੈ ਕੱਢਣ ਲਈ, ਕਿੰਨੇ ਫੁੱਟ ਤੱਕ ਇਹ ਜਾ ਸਕਦੇ ਨੇ, ਕੁਛ ਨਹੀਂ। ਇਹ ਤਾਂ ਸਾਰਾ ਸਰਾਸਰ ਜੋ ਵੀ ਹੈ, ਮੈਂ ਤਾਂ ਕਹਿੰਦੀ ਹਾਂ ਚੋਰੀ ਹੋ ਰਹੀ ਹੈ। ਔਰ ਮੈਂ ਜਿੰਨੀ ਜੋਗੀ ਹਾਂ, ਅਕਾਲੀ ਦਲ ਦਾ ਕਿੰਦਾ ਹੱਥ ਮੰਨਦੇ ਹੋ? ਉਹ ਕਹਿੰਦੇ ਸੀ ਜੀ ਉੱਥੇ ਇੱਕ ਮਨੀ ਬਰਾੜ ਨੇ ਕੌਣੀ ਵਾਲਿਆਂ ਦੇ, ਉਹਨਾਂ ਦੇ ਕੋਲ ਠੇਕਾ ਹੈ। ਉਹ ਤਾਂ ਕਹਿੰਦਾ ਮੈਂ ਤਾਂ ਖਾਲੀ ਮੈਨੇਜਰ ਹਾਂ ਜੀ, ਮੈਂ ਤਾਂ ਪਤਾ ਨਹੀਂ ਕੋਈ ਪ੍ਰਾਈਮ ਵਿਜ਼ਨ ਕੰਪਨੀ ਆ ਉਹਨਾਂ ਦੀ ਹੈਗੀ ਜੀ, ਮਗਰ ਸਾਰੀ ਐਵੇਂ ਫੋਕੀ ਗੱਲ ਹੈ ਜੀ, ਇਹ ਚਲਾ ਰਹੇ ਨੇ ਅਕਾਲੀ, ਔਰ ਇਹ ਪਹਿਲੇ ਵੀ ਚੱਲ ਰਿਹਾ ਸੀ, ਹੁਣ ਵੀ ਚੱਲ ਰਿਹਾ, ਅਕਾਲੀ ਚਲਾ ਰਹੇ ਨੇ। ਅਤੇ ਮੈਂ ਗਈ ਸੀ ਇਸੇ ਕਰਕੇ ਕਿ ਸੁਖਬੀਰ ਬਾਦਲ ਨੇ ਇੱਥੇ ਆ ਕੇ ਜੇ ਰੌਲਾ ਪਾਇਆ ਨਾ, ਤਾਂ ਸਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਕਿ ਕਿਹਦਾ ਹੱਥ ਹੈ ਇਹਦੇ ਪਿੱਛੇ, ਤਾਂ ਗਈ ਸੀ। ਹੁਣ ਕੀ ਲੱਗਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਵੀ ਇਨਸਾਫ ਨਹੀਂ ਮਿਲਿਆ, ਸਰਕਾਰ ਦੇ 4.5 ਸਾਲ ਬੀਤ ਚੁੱਕੇ, ਮੈਨੂੰ ਤੁਹਾਡੇ ਕਹਿ ਸਕਦੇ ਹਾਂ ਕਿ ਫੈਮਿਲੀ ਦੀ ਸਰਕਾਰ ਹੈ, ਗੁਟਕਾ ਸਾਹਿਬ ਦੀ ਸਹੁੰ ਨੂੰ ਲੈ ਕੇ ਕਾਫੀ ਚਰਚਾ ਹੁਣ ਬਣਦੀ ਹੈ, ਲੋਕ ਸਵਾਲ ਕਰਨ ਲੱਗ ਪਏ ਨੇ, ਉਸ ਤੋਂ ਬਾਅਦ ਸਿੱਧੂ ਦੀ ਤਾਜਪੋਛੀ ਹੁੰਦੀ ਹੈ, ਮੈਨੂੰ ਸਿੱਧੂ ਦੀ ਤਾਜਪੋਛੀ ਤੋਂ ਬਾਅਦ ਲੋਕਾਂ ਨੂੰ ਉਮੀਦ ਤਾਂ ਜਾਗੀ ਹੈ,
ਪਰ 2022 ਦੇ ਇਲੈਕਸ਼ਨ ਤੇ ਕੁਝ ਲੋਕ ਕਹਿ ਰਹੇ ਕਿ ਸਿਆਸਤ ਕਰ ਰਹੇ। ਦੇਖੋ ਜੀ, ਪਹਿਲੀ ਗੱਲ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਹਾਈ ਕੋਰਟ ਸੈਂਟਰ ਦੇ ਨੀਚੇ ਹੁੰਦੀ ਹੈ। ਇਹ ਜੋ ਵੀ ਹੋ ਰਿਹਾ ਇਹ ਕੈਪਟਨ ਸਾਹਿਬ ਦੀ ਮਿਲੀ ਭੁਗਤ ਨਾਲ ਨਹੀਂ ਹੋ ਰਿਹਾ, ਇਹ ਹੋ ਰਿਹਾ ਹੈਗਾ ਕਿਉਂਕਿ ਬਾਦਲਾਂ ਦੀ ਮੋਦੀ ਸਰਕਾਰ ਦੇ ਨਾਲ ਪਹਿਲੇ ਪੂਰੀ ਰਜ਼ਾਮੰਦੀ ਸੀਗੀ, ਹੁਣ ਉਹ ਟੁੱਟੀ ਹੈ ਅਤੇ ਮੈਨੂੰ ਉਮੀਦ ਹੈ ਕਿ ਹੋ ਜੂ। ਲੱਗਦਾ ਇਹਦਾ ਚੀਜ਼ ਦਾ ਹੱਲ ਹੋ ਜਾਏਗਾ, ਰੱਬ ਕਰੇ ਹੋ ਜਾਏਗਾ ਜੀ। ਅਸੀਂ ਸਾਰੇ ਸਿੱਖ ਹੈ, ਅਸੀਂ ਸਾਰੇ ਗੁਰਦੁਆਰੇ ਵੀ ਜਾਂਦੇ ਹਾਂ ਅਤੇ ਸਾਡੇ ਗੁਰੂ ਮਾਨਯੋਗ ਗ੍ਰੰਥ ਸਾਡੇ ਗੁਰੂਆਂ ਨੇ ਸਾਨੂੰ ਕਿਹਾ। ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਹੈ ਜ਼ਰੂਰ, ਵੈਸੇ ਉਹਨਾਂ ਦਾ ਮਤਲਬ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਅਮਲ ਕਰੋ। ਲੋਕਾਂ ਨੇ ਮੂਰਤ ਬਣਾਤਾ, ਸ਼ਬਦ ਦਾ ਅਮਲ ਕੋਈ ਨਹੀਂ ਕਰ ਰਿਹਾ। ਮੈਂ ਜਾਂਦੀ ਹਾਂ, ਜਿੱਥੇ ਵੀ ਜਾਂਦੀ ਮੈਂ ਗੁਰਦੁਆਰਿਆਂ ਦੇ ਵਿੱਚ ਵੀ ਇਹ ਗੱਲ ਕਰਦੀ ਹਾਂ ਕਿ ਸਾਨੂੰ ਸਿੱਖਿਆ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਕਿਵੇਂ ਜੀਵਨ ਜੀਵੇ ਉਹਦੇ ਬਾਰੇ ਜ਼ਿਆਦਾ ਜ਼ਰੂਰੀ ਹੈ। ਆਪਾਂ ਨੂੰ ਉਸ ਵੱਲ ਦੇਖਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਜਦ ਮੈਂ ਛੋਟੀ ਜਿਹੀ ਹੁੰਦੀ ਸੀ ਜੀ, ਗੁਰਦੁਆਰਿਆਂ ਦੇ ਵਿੱਚ ਸਾਡੇ ਟੱਬਰਾਂ ਦੇ ਵਿੱਚ ਸਾਨੂੰ ਸਾਖੀਆਂ ਸੁਣਾਈਆਂ ਜਾਂਦੀਆਂ, ਹੁਣ ਕੋਈ ਬੱਚਾ ਨਹੀਂ ਜਾਣਦਾ। ਇਹਦੇ ਬਾਰੇ ਸਾਨੂੰ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ। ਮੈਂ ਤਾਂ SGPC ਦੇ ਜਿਹੜੇ ਮਾਲਕ ਨੇ, ਹੈੱਡ ਨੇ, ਉਹਨਾਂ ਨੂੰ ਵੀ ਕਹਿ ਕੇ ਆਈ ਸੀ ਇਹ ਗੱਲ। ਆਪਣੇ ਜਥੇਦਾਰ ਅਕਾਲ ਤਖ਼ਤ ਉਦੋਂ ਗਿਆਨੀ ਗੁਰਬਚਨ ਸਿੰਘ ਹੁੰਦੇ ਸੀ, ਉਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਿੱਖੀ ਜਿਹੜੀ ਹੈਗੀ ਉਹਨੂੰ ਤੁਸੀਂ ਖਤਮ ਕਰ ਰਹੇ ਹੋ ਅਤੇ ਲੋਕ ਡੇਰਾਵਾਦ ਵੱਲ ਤੁਰੀ ਜਾ ਰਹੇ ਹਾਂ ਕਿਉਂਕਿ ਤੁਸੀਂ ਉਪਰਾਲਾ ਪੂਰਾ ਨਹੀਂ ਕਰ ਰਹੇ। ਕਰਨਾ ਚਾਹੀਦਾ, ਮਤਲਬ ਨਲੈਕੀਆ, ਢਿੱਲਪੁਣਾ। ਨਲੈਕੀਆ ਮੈਂ ਕਿਉਂ ਕਹਾਂ? ਆਪਣੇ ਦੇਖੋ, ਮਰਨਾ ਤਾਂ ਅਸੀਂ ਸਾਰਿਆਂ ਨੇ ਹੀ ਹੈ, ਮਗਰ ਜੇ ਕਿਸੇ ਨੂੰ ਐਡਾ ਵੱਡਾ ਅਹੁਦਾ ਮਿਲੇ ਕਿ ਤੁਸੀਂ ਜਥੇਦਾਰ ਅਕਾਲ ਤਖ਼ਤ ਹੋ, ਤੁਸੀਂ SGPC ਦੇ ਪ੍ਰਧਾਨ ਹੋ ਅਤੇ ਤੁਸੀਂ ਫਿਰ ਸਿੱਖੀ ਦੇ ਪਾਸਿਓਂ ਹਟ ਕੇ ਪੋਲੀਟਿਕਸ ਦੇ ਵਿੱਚ ਪੈ ਜਾਓ, ਤਾਂ ਮੈਂ ਤਾਂ ਕਹਿੰਦੀ ਮਾੜੀ ਗੱਲ ਹੈ। ਧਰਮ ਧਰਮ ਹੈ, ਰਾਜਨੀਤੀ ਰਾਜਨੀਤੀ ਹੈ। ਅਤੇ ਸਾਡੇ ਵਰਗੇ, ਹੁਣ ਤੁਸੀਂ ਮੇਰੀ ਗੱਲ ਕਰੋ, ਮੇਰਾ ਟੱਬਰ, ਵੈਸੇ ਤੁਹਾਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿਆਸਤ ਕਰਦੇ ਨੇ ਕੁਝ ਪਾਰਟੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪਰਸਨਲੀ ਸਿਆਸਤ ਤੋਂ ਪਾਸੇ ਹਟ ਕੇ ਗੱਲ ਕਰ ਰਹੇ ਹਾਂ। ਨਹੀਂ ਜੀ, ਮੈਂ ਤਾਂ ਕਹਿੰਦੀ ਕਿ ਬੇਅਦਬੀ ਹੋਣੀ ਨਹੀਂ ਚਾਹੀਦੀ ਸੀ ਇਹਦੇ ਵਿੱਚ। ਪਤਾ ਨਹੀਂ ਕੀ ਸਿਆਸਤ ਸੀ, ਕੀ ਸੀ, ਬਹੁਤ ਮਾੜੀ ਗੱਲ ਹੋਈ ਜੋ ਹੋਈ। ਅਸੀਂ ਸਾਰੇ ਸੜਕਾਂ ਦੇ ਉੱਤੇ ਆਪ ਬੈਠੇ ਧਰਨਿਆਂ ਦੇ ਉੱਤੇ, ਉਦੋਂ ਮੈਂ ਬਰਗਾੜੀ ਗਈ ਸੀ, ਆਪ ਗਈ ਸੀਗੀ ਉੱਥੇ ਜਾ ਕੇ ਦੇਖਣ ਗਈ ਸੀਗੀ, ਜਦ ਉੱਥੇ ਰੋਜ਼ ਇਕੱਠ ਹੁੰਦਾ ਸੀ ਸ਼ੁਰੂ ਦੇ ਵਿੱਚ, ਕਾਲੇ ਝੰਡਿਆਂ ਲੈ ਕੇ ਇੱਥੇ ਸੜਕ ਦੇ ਉੱਤੇ ਅਸੀਂ ਵੀ ਬੈਠੇ ਹਾਂ, ਅਸੀਂ ਵੀ ਸਿੱਖ ਹੈ ਬਈ। ਔਰ ਮੈਂ ਇਹ ਗੱਲ ਤੁਹਾਨੂੰ ਕਹਿਣ ਲੱਗੀ ਸੀ ਨਾ, ਮੇਰਾ ਪਿਛੋਕੜ ਹੈਗਾ ਪਾਕਿਸਤਾਨ ਦਾ। ਅਸੀਂ ਆਪਣੇ ਜਾਇਦਾਦਾਂ 250 ਸਾਲ ਪੁਰਾਣੇ ਘਰਾਂ ਨੂੰ ਛੱਡ ਕੇ ਧਰਮ ਦੇ ਖਾਤਰ ਇੱਧਰ ਆਏ, ਸਾਰਾ ਕੁਛ ਛੱਡ ਕੇ, ਨਹੀਂ ਤਾਂ ਮੁਸਲਮਾਨ ਬਣ ਜਾਂਦੇ, ਬੈਠੇ ਰਹਿੰਦੇ ਧਰਮ ਦੇ ਖਾਤਰ। ਅਤੇ ਸਾਨੂੰ ਜ਼ਿਆਦਾ ਠੇਸ ਲੱਗਦਾ ਕਿਉਂਕਿ ਅਸੀਂ ਸਾਰਾ ਕੁਛ ਕੁਰਬਾਨ ਕਰਕੇ ਆਏ ਇੱਥੇ, ਅਤੇ ਉਹ ਕੁਰਬਾਨੀ ਕਿੱਥੇ ਗਈ ਫਿਰ ਸਾਡੀ? ਜਿਹੜੇ ਤੁਹਾਡੇ SGPC ਮੈਂਬਰ ਬਣਦੇ ਨੇ, ਦਿਆਲ ਸਿੰਘ ਕੋਲਿਆਂ ਵਾਲੀ, ਉਹਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ, ਇਹ SGPC ਮੈਂਬਰ ਬਣਨਾ ਚਾਹੀਦਾ ਸੀ? ਸੋਚੋ, ਇਹੋ ਜਿਹੇ ਬੰਦਿਆਂ ਨੂੰ ਤੁਸੀਂ ਗੁਰਦੁਆਰਿਆਂ ਦੇ ਇੰਚਾਰਜ ਲਗਾਓਗੇ, ਉਹਨਾਂ ਨੂੰ ਆਗੂ ਬਣਾਓਗੇ? ਮੈਂ ਤਾਂ ਕਹਿੰਦੀ ਹਾਂ ਇਹਨਾਂ ਨੂੰ ਪਹਿਲੇ ਕੋਈ ਟੈਸਟ ਦੇਣਾ ਚਾਹੀਦਾ ਕਿ ਤੁਹਾਨੂੰ ਗੁਰਮੁਖੀ ਦਾ, ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰੋ, ਧਰਮ ਦੇ ਬਾਰੇ ਕੁਛ ਤੁਸੀਂ ਜਾਣਦੇ ਹੋ। ਹਰੇਕ ਦੂਜੇ ਮਜ਼ਹਬ ਦੇ ਵਿੱਚ ਜਿਹੜਾ ਵੀ ਕੋਈ ਪ੍ਰੀਸਟ ਵੀ ਬਣਦਾ ਨਾ, ਉਹਦੀ ਕੋਈ ਇਮਤਿਹਾਨ ਹੁੰਦਾ, ਉਹਨੂੰ ਸਿਖਾਇਆ ਜਾਂਦਾ, ਫਿਰ ਹੀ ਬਣਦੇ ਨੇ। ਸਾਡੇ ਤਾਂ ਇੱਥੇ ਖਾਲਾ ਜੀ ਦਾ ਵਾੜਾ, ਜੋ ਮਰਜ਼ੀ ਕਰ ਲਓ। ਇੱਥੇ ਮੇਰੇ ਪਿੰਡ ਦੇ ਵਿੱਚ ਸਾਡੇ ਦੂਜੇ ਪਾਤਸ਼ਾਹੀ ਦਾ ਜਨਮ ਸਥਾਨ ਹੈ, ਔਰ ਕੰਮ ਕੌਣ ਕਰਾਉਂਦਾ? ਸਾਰਾ ਆਪਾਂ। ਮਤਲਬ ਗੱਲ ਤਾਂ ਇੱਥੇ ਆ ਗਈ ਨਾ ਕਿ ਕਿਸੇ ਨੂੰ ਇੰਟਰਸਟ ਹੀ ਨਹੀਂ ਕਿ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਇਸ ਪਿੰਡ, ਜਿਹੜਾ ਨਿੱਕਾ ਜਿਹਾ ਪਿੰਡ ਹੈ ਜੀ ਸਾਡਾ, ਇੱਥੇ 2000 ਦੇ ਨੀਚੇ ਵੋਟਾਂ ਪੈਂਦੀਆਂ। ਪਹਿਲੀ ਪਾਤਸ਼ਾਹੀ ਇੱਥੇ ਗੁਰਦੁਆਰੇ 'ਚ ਆ ਕੇ ਇੱਕ ਕੋੜੀ ਦਾ ਇਲਾਜ ਕਰਕੇ ਗਏ ਜੀ, ਗੁਰੂ ਨਾਨਕ ਦੇਵ ਜੀ। ਗੁਰੂ ਅੰਗਦ ਦੇਵ ਜੀ ਇੱਥੇ ਪੈਦਾ ਹੋਏ ਜੀ, ਔਰ ਜਦ ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ਹੋਈ ਉਦੋਂ ਸਾਡੇ 10ਵੇਂ ਪਾਤਸ਼ਾਹ ਵੀ ਇੱਥੇ। ਤਿੰਨ ਗੁਰੂਆਂ ਦੇ ਪੈਰ ਇਸ ਪਿੰਡ ਦੇ ਵਿੱਚ ਪਏ ਨੇ। ਮਾਲਵੇ ਦੇ ਵਿੱਚ ਮੈਨੂੰ ਦੱਸੋ ਹੋਰ ਕਿਹੜਾ ਪਿੰਡ ਹੋਣਾ? ਬਹੁਤ ਘੱਟ ਹੈ, ਕਿਤੇ ਹੀ ਵਿਰਲੀ ਥਾਂ ਦੇ ਉੱਤੇ। ਅਸੀਂ ਬੜੇ ਖੁਸ਼ਕਿਸਮਤ ਆ, ਅਸੀਂ ਇਹੋ ਜਿਹੀ ਪਵਿੱਤਰ ਧਰਤੀ 'ਤੇ ਰਹਿੰਦੇ ਹਾਂ। ਅਤੇ ਇਸੇ ਕਰਕੇ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈਗਾ ਇੱਕ ਇੰਟਰਵਿਊ ਦੇ ਵਿੱਚ
ਕਿ ਜਦ ਮੇਰਾ ਵਿਆਹ ਹੋਇਆ ਸੀ, ਬਰਾੜ ਸਾਹਿਬ ਨੇ ਮੈਨੂੰ ਇਹ ਖਾਸ ਗੱਲ ਕਹੀ ਸੀ ਕਿ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ, ਅਸੀਂ ਇੱਥੇ ਕੋਈ ਵੀ ਗਲਤ ਕੰਮ ਨਹੀਂ ਕਰ ਸਕਦੇ, ਅਸੀਂ ਧਰਤੀ ਦੀ ਉਲੰਘਣਾ ਨਹੀਂ ਕਰਨੀ, ਬੇਅਦਬੀ ਨਹੀਂ ਹੋਣ ਦੇਣੀ। ਅਤੇ ਅਸੀਂ, ਮੈਨੂੰ ਬੜਾ ਮਾਣ ਹੈ ਕਿ ਮੈਂ ਇਸ ਪਰਿਵਾਰ ਦੇ ਵਿੱਚ ਵਿਆਹੀ ਗਈ ਹਾਂ, ਕਿਉਂਕਿ ਸਾਰੇ ਸ਼ਰੀਫ ਨੇ। ਮੇਰੇ ਫਾਦਰ ਇਨ ਲਾਅ ਦੇ ਬਾਰੇ ਜੇ ਕੋਈ ਗੱਲ ਕਰਦਾ ਤਾਂ ਕਹਿੰਦੇ ਨੇ ਕਿ ਪੰਜਾਬ ਦੀ ਚਿੱਟੀ ਚਾਦਰ, ਜਿਹਦੇ ਐਡਾ ਚਿੱਟਾ ਨਹੀਂ ਲੱਗਿਆ, ਕਦੀ ਕੋਈ ਗਲਤ ਕੰਮ ਕੀਤਾ ਹੀ ਨਹੀਂ, ਅਤੇ ਰੱਬ ਕਰੇ ਕਿ ਸਾਡਾ ਟੱਬਰ ਐਂ ਰਹੂ। ਸਿਆਸਤ ਦੇ ਵਿੱਚ ਬੇਦਾਗ ਹੀ ਰਹਿਣਾ ਸਾਰੀ ਉਮਰ, ਕੋਸ਼ਿਸ਼ ਹੈ, ਕੋਸ਼ਿਸ਼ ਪੂਰੀ ਹੈ ਜੀ। ਅਸੀਂ ਜੀ ਜੇ ਕੋਈ ਕੰਮ ਕਰਦੇ ਹਾਂ, ਇਹ ਨਹੀਂ ਮੈਂ ਕਹਿੰਦੀ ਕਿ ਸਾਨੂੰ ਫਾਇਦਾ ਨਹੀਂ ਹੁੰਦਾ। ਜੇ ਹੁਣ ਇਹ ਸੜਕ ਬਣ ਜਾਏਗੀ, ਮੈਨੂੰ ਵੀ ਫਾਇਦਾ, ਮੈਂ ਵੀ ਉਸੇ ਸੜਕ 'ਤੇ ਜਾਣਾ। ਜੇ ਖੇਤਾਂ ਦੇ ਵਿੱਚ ਪਾਣੀ ਪਹੁੰਚਦਾ ਤਾਂ ਸਾਡੇ ਖੇਤਾਂ ਨੂੰ ਵੀ ਪਾਣੀ ਆਉਂਦੇ। ਲਿਫਟ ਪੰਪ ਤਾਂ ਸਕੀਮ ਹੀ ਬਰਾੜ ਸਾਹਿਬ ਨੇ ਸ਼ੁਰੂ ਕੀਤੀ ਸੀ ਟੇਲਾਂ ਦੇ ਲਈ, ਉਹ ਸਾਰਿਆਂ ਨੂੰ ਫਾਇਦਾ, ਆਪਾਂ ਨੂੰ ਵੀ ਫਾਇਦਾ। ਅਸੀਂ ਕਹਿੰਦੇ ਤਰੱਕੀ ਦੇ ਵੱਲ ਤੁਰੋ, ਮਗਰ ਬੇਈਮਾਨੀ ਨਾ ਕਰੋ। ਤਾਂ ਜੋ ਰੱਬ ਨੇ ਦਿੱਤਾ, ਸਭ ਤੋਂ ਵੱਡੀ ਤੁਹਾਨੂੰ ਦੇਣ ਜਿਹੜੀ ਰੱਬ ਦੇ ਸਕਦੇ, ਉਹ ਹੈ ਸੰਤੁਸ਼ਟੀ, ਕਿ ਜੋ ਤੁਹਾਡੇ ਕੋਲ ਹੈ ਤੁਸੀਂ ਉਹਦੇ ਨਾਲ ਸੰਤੁਸ਼ਟ ਹੋ, ਉਹਦੇ ਨਾਲ ਕਰੋ ਕੰਮ, ਔਰ ਕੰਮ ਕਰਕੇ ਆਪਣੀ ਕਮਾਈਆਂ ਕਰੋ। ਬੇਈਮਾਨੀਆਂ ਨਾਲ ਕੀ ਮਿਲਦਾ? ਕੁਛ ਨਹੀਂ ਮਿਲਦਾ, ਬਹੁਤ ਜ਼ਰੂਰੀ। ਹੁਣ ਕਿਸਾਨੀ ਅੰਦੋਲਨ ਦੀ ਵੀ ਗੱਲ ਕਰ ਲੈਂਦੇ ਹਾਂ। ਕਿਸਾਨੀ ਅੰਦੋਲਨ ਜੇਕਰ ਗੱਲ ਕਰੀਏ, ਨੌਜਵਾਨਾਂ ਨੂੰ ਨਸ਼ੇ ਦੇ ਵੱਲ ਧੱਕਣ ਦੇ ਵਿੱਚ ਸਰਕਾਰਾਂ ਦਾ ਬਹੁਤ ਵੱਡਾ ਰੋਲ ਰਿਹਾ। ਕਾਂਗਰਸ ਸਰਕਾਰ ਨੇ ਵੀ ਕਿਹਾ ਨਸ਼ਾ ਖਤਮ ਕਰ ਦੇਵਾਂਗੇ, ਲੱਕ ਤੋੜ ਦੇਵਾਂਗੇ, ਪਰ ਹੋਇਆ ਨਹੀਂ। ਅੱਜ ਵੀ ਤੁਸੀਂ ਵੇਖੋ, ਹਾਏ ਦਿਨ ਕਿਤੇ ਨਾ ਕਿਤੇ ਨੌਜਵਾਨੀ ਜਿਹੜੀ ਉਹ ਖਾਸ ਕਰਕੇ ਚਿੱਟੇ ਦਾ ਨਸ਼ਾ ਲਾ ਕੇ ਉਹਦੀ ਕਿਤੇ ਨਾ ਕਿਸੇ ਮਾਂ ਦਾ ਪੁੱਤ, ਕਿਸੇ ਭੈਣ ਦਾ ਭਰਾ ਇਸ ਦੁਨੀਆਂ ਤੋਂ ਜਾ ਰਿਹਾ। ਨੌਜਵਾਨੀ ਇਸ ਪਾਸੇ ਹੈ, ਕੁਝ ਬਾਹਰਲੇ ਮੁਲਕਾਂ ਨੂੰ, ਬਜ਼ੁਰਗ ਜਿਹੜੇ ਸਾਡੇ ਉੱਥੇ ਬੈਠੇ ਆ। 2022 ਦਾ ਇਲੈਕਸ਼ਨ ਆ ਰਿਹਾ, ਕਿਸ ਦੇ ਆਧਾਰ 'ਤੇ ਆਪਾਂ ਵੋਟ ਮੰਗਣ ਜਾਵਾਂ? ਦੇਖੋ ਜੀ, ਜਿੰਨੇ ਜੋਗੇ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਆਏ ਦਿਨ ਤੁਸੀਂ ਦੇਖੋ ਟੀਵੀ ਦੇ ਉੱਤੇ ਕਿ ਉਹ ਫੜ ਰਹੇ ਨੇ, ਕਹਿੰਦੇ ਨੇ ਕਿ ਬਹੁਤ ਬੰਦੇ ਫੜੇ ਗਏ ਨੇ, ਅਰੈਸਟ ਕੀਤੇ ਹੋਏ ਨੇ, ਮਗਰ ਇਹ ਜਿਹੜਾ ਯੱਬ ਹੈ ਨਾ, ਇਹ ਪਹਿਲਾ ਯੱਬ ਨਹੀਂ। ਵੱਡਾ ਸਾਡਾ ਸਭ ਤੋਂ ਵੱਡਾ ਜਿਹੜਾ ਡਿਸਐਡਵਾਂਟੇਜ ਹੈ ਪੰਜਾਬ ਦੇ ਵਿੱਚ, ਇੱਕ ਤਾਂ ਅਸੀਂ ਲੈਂਡ ਲੋਕਡ ਹੈ ਅਤੇ ਇੱਥੇ ਖਾਲੀ ਖੇਤੀ ਹੈ, ਜਿਵੇਂ ਤੁਸੀਂ ਕਿਹਾ ਕਿਸਾਨਾਂ ਦੀ ਅੰਦੋਲਨ ਦੀ ਗੱਲ। ਜਦ ਵੱਡਾ ਪੰਜਾਬ ਸੀਗਾ, ਉਦੋਂ ਅੱਧਾ ਤਾਂ ਸਾਡਾ ਪਾਕਿਸਤਾਨ ਤੁਰ ਗਿਆ, ਉਹ ਤੋਂ ਬਾਅਦ ਤਿੰਨ ਟੋਟੇ ਕਰਤਾ, ਹਰਿਆਣਾ, ਹਿਮਾਚਲ ਅਤੇ ਪੰਜਾਬ, ਪੰਜ ਤਾਂ ਰਹੇ ਹੀ ਨਹੀਂ ਸਾਡੇ ਕੋਲ, ਕੁਛ ਜਾੜ ਕੇ ਚੰਡੀਗੜ੍ਹ ਬਣਾਤਾ। ਹਾਂਜੀ ਹਾਂਜੀ, ਹੁਣ ਤੁਸੀਂ ਦੇਖੋ ਉਹ ਤੋਂ ਬਾਅਦ ਅਗਲਾ ਕੀ ਕੰਮ ਹੁੰਦਾ ਕਿ ਉਗਰਵਾਦੀਆਂ ਦਾ ਦੌਰਾ ਆ ਗਿਆ, ਟੈਰੋਰਿਜ਼ਮ, ਕਿ ਜੀ ਖਾਲਿਸਤਾਨ ਬਣਾਉਣਾ, ਫਲਾਣਾ ਕਰਨਾ, ਇਹ ਹੋਣਾ, ਉਹਦੇ ਵਿੱਚ ਇੱਕ ਪੂਰੀ ਪੀੜ੍ਹੀ ਖਤਮ ਹੋ ਗਈ, ਬੜੇ ਨੌਜਵਾਨ ਮਾਰੇ ਗਏ, ਅਤੇ ਉਹ ਤੋਂ ਬਾਅਦ ਨਸ਼ੇ ਆ ਗਏ। ਵੱਡੀ ਗੱਲ ਤਾਂ ਇਹ ਹੈ ਬੇਰੁਜ਼ਗਾਰੀ, ਇੱਥੇ ਸਾਡੇ ਕਾਰਖਾਨੇ ਲੱਗਣੇ ਚਾਹੀਦੇ ਨੇ, ਇੱਥੇ ਸਾਡੇ ਲੋਕ ਜਿਹੜੇ ਨੇ। ਹੁਣ ਤੁਸੀਂ ਕਿਸਾਨੀ ਦੀ ਗੱਲ ਕਰਦੇ ਹੋ, ਅੰਦੋਲਨ ਚੱਲ ਰਿਹਾ, ਉਹ ਤੋਂ ਪਹਿਲੇ ਜਦ ਟੈਰੋਰਿਜ਼ਮ ਵੀ ਸੀਗਾ, ਕਿਸੇ ਦਾ ਖੇਤ ਖਾਲੀ ਨਹੀਂ ਸੀ, ਲੋਕ ਆਪਣੀ ਫਸਲ ਕੱਟ ਕੇ ਨਾਲ ਦੀ ਨਾਲ ਤਿਆਰੀ ਕਰਕੇ ਅਗਲੀ ਫਸਲ ਬੀਜਦੇ ਨੇ, ਕਮਾਈਆਂ ਉੱਥੇ ਹੀ ਨੇ। ਸਾਨੂੰ ਹੋਰ ਕੋਈ ਸਾਧਨ ਲੱਭਣਾ ਪੈਣਾ, ਕਿਉਂਕਿ ਅਸੀਂ ਖਾਲੀ ਇਹਦੇ ਵਿੱਚ। ਹੁਣ ਦੱਸੋ, ਮੈਨੂੰ ਮੌਕਾ ਮਿਲਿਆ ਸੀਗਾ ਹਰਸਿਮਰਤ ਬਾਦਲ ਨੂੰ, ਅਸੀਂ ਇੱਕ ਕਿਸਾਨੀ ਡਿਪੈਂਡੈਂਟ ਸਟੇਟ ਹੈ, ਅਤੇ ਇੱਥੇ ਇਹਨੂੰ ਕੀ ਬਣਾਇਆ ਸੀਗਾ, ਮੰਤਰੀ ਫੂਡ ਪ੍ਰੋਸੈਸਿੰਗ, ਜੋ ਅਸੀਂ ਇੱਥੇ ਉਤਪਾਦਨ ਕਰਦੇ ਉਹਦੀਆਂ ਹੀ ਫੈਕਟਰੀਆਂ ਹੀ ਲੱਗ ਜਾਂਦੀਆਂ ਇੱਥੇ। ਕੋਈ ਡੱਬਿਆਂ ਦੇ ਵਿੱਚ ਅਸੀਂ ਕੁਛ ਪਾ ਦਿੰਦੇ ਖੁਰਾਕ, ਅਸੀਂ ਕੁਛ ਨਾ ਕੁਛ ਫੂਡ ਪ੍ਰੋਸੈਸਿੰਗ ਦੇ ਵਿੱਚ ਤਾਂ ਐਡੀ ਵੱਡੀ ਇੰਡਸਟਰੀ ਹੈ। ਤੁਸੀਂ ਬਾਹਰ ਜਾਓ ਜੀ ਮੁਲਕਾਂ ਦੇ ਵਿੱਚ, ਇੱਕ ਸਟੇਟ ਹੈ ਆਪਣੇ ਅਮਰੀਕਾ ਦੇ ਵਿੱਚ ਆਇਓਵਾ, ਉੱਥੇ ਖਾਲੀ ਖੇਤੀ ਹੈ, ਉਹਦੇ ਨਾਲ ਜਿਹੜਾ ਸਟੇਟ ਹੈ ਉਹ ਹੈ ਮਿਨੀਸੋਟਾ, ਉੱਥੇ ਸਾਰੇ ਫੈਕਟਰੀਆਂ ਲੱਗੀਆਂ, ਕਿੱਥੇ ਆਇਓਵਾ ਅਤੇ ਕਿੱਥੇ ਮਿਨੀਸੋਟਾ, ਉਹੀ ਕੁਛ ਉਹ ਪ੍ਰੋਸੈਸ ਕਰਕੇ ਅੱਗੇ ਬਣਾ ਕੇ ਵੇਚਦੇ ਨੇ। ਅਤੇ ਸਾਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਐਂ ਤਾਂ ਸਾਡੀ, ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦਾ ਕੀ ਹੋ ਰਿਹਾ, ਪਹਿਲੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਪਾਰਟੀਸ਼ਨ ਹੋ ਗਈ, ਫਿਰ ਉਹ ਤੋਂ ਬਾਅਦ ਉਗਰਵਾਦੀ ਆ ਗਏ, ਫਿਰ ਨਸ਼ੇ ਆ ਗਏ, ਅਤੇ ਉਹ ਤੋਂ ਬਾਅਦ ਅਗਲਾ ਕੀ ਹੋਇਆ, ਹੁਣ ਲੋਕ ਬਾਹਰ ਤੁਰੀ ਜਾਂਦੇ ਨੇ। ਨਿੱਕੇ ਨਿੱਕੇ ਬੱਚਿਆਂ ਨੂੰ ਪੁੱਛੋ ਤੂੰ ਕੀ ਕਰਨਾ ਵੱਡਾ ਹੋ ਕੇ, ਕਹਿੰਦਾ ਮੈਂ ਤਾਂ ਬਾਹਰ ਜਾ ਰਿਹਾ। ਐਕਸੋਡਸ ਹੀ ਹੋ ਗਈ ਨਾ ਕਿ ਅਸੀਂ ਇੱਥੇ ਰਹਿਣਾ ਹੀ ਨਹੀਂ। ਲੋਕ ਪੰਜਾਬ ਛੱਡ ਕੇ ਕੋਈ ਕੈਨੇਡਾ ਜਾ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ, ਕੋਈ ਨਿਊਜ਼ੀਲੈਂਡ ਜਾ ਰਿਹਾ, ਕੋਈ ਸਾਊਥ ਅਮਰੀਕਾ ਵੀ ਪਹੁੰਚਣ ਨੂੰ ਫਿਰ ਰਹੇ ਨੇ। ਜੀ ਮੈਡਮ, ਅਗਲਾ ਸਵਾਲ ਮੇਰਾ ਇਹ ਹੈ ਕਿ ਅਕਾਲੀ ਦਲ 'ਤੇ ਦੋਸ਼ ਲੱਗਦੇ ਨੇ ਕਿ 15 ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਹੈ, ਇਹਨਾਂ ਦੀ ਸਰਕਾਰ ਸੀਗਾ ਅਤੇ ਇਹਨਾਂ ਦਾ ਰੋਲ ਰਿਹਾ, ਅਤੇ ਇਹਨਾਂ 'ਤੇ ਕਈ ਇਲਜ਼ਾਮ ਵੀ ਲਾ ਦਿੰਦੇ ਇਹਨਾਂ ਦੀ ਸਰਕਾਰ ਦੇ ਵਿੱਚ ਜੋ ਕੁਛ ਹੋਇਆ, ਅਤੇ ਦੋਸ਼ੀ ਬਾਦਲ ਪਰਿਵਾਰ ਆ। 1984 ਦਾ ਕਾਂਗਰਸ 'ਤੇ ਲੱਗਦਾ, ਕਿਤੇ ਤਾਂ ਨਹੀਂ ਇਸ ਵਾਰ ਤੀਜੇ ਨੂੰ ਕਿਤੇ ਪਹਿਲ ਦੇ ਦੇਣਗੇ, ਦੋਵੇਂ ਹੀ ਦੋਸ਼ੀ ਪਾਈ ਬੈਠੇ? ਨਹੀਂ ਜੀ, ਤੁਸੀਂ ਦੇਖੋ ਜਿਹੜਾ ਵੀ ਮੁੱਖ ਮੰਤਰੀ ਹੈ ਉਹ ਜ਼ਿੰਮੇਵਾਰ ਹੈ। ਜੇ ਕੋਈ ਗੋਲੀ ਚੱਲਦੀ ਹੈ, ਜੇ ਕੋਈ ਬੇਅਦਬੀ ਹੁੰਦੀ ਹੈ ਪਹਿਲੇ ਉਹਨਾਂ ਦੇ ਰਾਜ ਦੇ ਵਿੱਚ ਹੋਈ, ਤਾਂ ਜ਼ਿੰਮਾ ਉਹਨਾਂ ਨੂੰ ਲੈਣਾ ਪਊਗਾ।
ਉਹਦੇ ਉੱਤੇ ਜਿਹੜੀ ਪੁਲਿਸ ਨੇ ਗੋਲੀ ਚਲਾਈ ਬਰਗਾੜੀ ਦੇ ਵਿੱਚ ਨਿਹੱਥਿਆਂ ਦੇ ਉੱਤੇ, ਉਹ ਬਿਨਾਂ ਮੁੱਖ ਮੰਤਰੀ ਦੇ ਕਹੇ ਤੇ ਕਿਵੇਂ ਚੱਲ ਗਈ? ਔਰ ਜੇ ਚੱਲੀ ਸੀ ਤੇ ਦੋਸ਼ੀ ਕਿਉਂ ਨਹੀਂ ਫੜਿਆ? ਟੰਗਿਆ ਕਿਉਂ ਨਹੀਂ? ਜਿਹੜਾ ਅਕਾਲ ਤਖ਼ਤ ਤੇ ਹਮਲਾ ਹੋਇਆ ਉਹ ਵੀ ਉਸ ਸਮੇਂ ਦੀ ਸਰਕਾਰ ਦੋਸ਼ੀ ਸੀ? ਦੇਖੋ ਜੀ, ਉਦੋਂ ਹੋਰ ਗੱਲ ਸੀਗੀ। ਉਦੋਂ ਕੀ ਹੋਇਆ ਸੀਗਾ, ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਸੰਤ ਭਿੰਦਰਾਂਵਾਲਾ ਜੀ ਜਦ ਅੰਦਰ ਗਏ ਸੀਗੇ ਆਪਣੇ ਦਰਬਾਰ ਸਾਹਿਬ ਦੇ ਵਿੱਚ, ਉੱਥੇ ਡੇਰਾ ਬਣਾਇਆ ਸੀ, ਉਹਨਾਂ ਨੂੰ ਬਣਾਉਣਾ ਨਹੀਂ ਦੇਣਾ ਚਾਹੀਦਾ ਸੀ। ਉਹ ਬਣੀ ਗਿਆ ਗੜ੍ਹ ਜਿਵੇਂ, ਅਤੇ ਇੰਦਰਾ ਗਾਂਧੀ ਦੀ ਗਲਤੀ ਸੀ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਉਸ ਤੋਂ ਚੰਗਾ ਸੀਗਾ ਕਿ ਸਿੱਖਾਂ ਨੂੰ ਭੇਜ ਦੇ ਗੁਰਦੁਆਰੇ ਨੂੰ ਕਿ ਖਾਲੀ ਕਰੋ। ਬਰਾੜ ਸਾਹਿਬ ਨੇ ਤਾਂ ਕਿਹਾ ਵੀ ਸੀ, ਬਰਾੜ ਸਾਹਿਬ ਨੇ ਇਹ ਗੱਲ ਖਾਸ ਕਹੀ ਸੀਗੀ ਜਾ ਕੇ ਇੰਦਰਾ ਗਾਂਧੀ ਜੀ ਨੂੰ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਭੇਜੋ, ਜੇ ਗੋਲੀ ਮਾਰਨਗੇ ਸਾਨੂੰ ਮਾਰਨਗੇ, ਅਤੇ ਇੱਥੇ ਆਪਾਂ ਆਪਣੇ ਗੁਰਦੁਆਰੇ ਨੂੰ ਦੇ ਉੱਤੇ ਹਮਲਾ ਨਹੀਂ ਕਰਵਾਉਣ ਦੇਣਾ। ਮਗਰ ਇੱਕ ਗੱਲ ਤੁਸੀਂ ਯਾਦ ਰੱਖੋ, ਇਹ ਪਹਿਲਾ ਹਮਲਾ ਨਹੀਂ ਸੀ ਜੀ। ਬਿਲਕੁਲ, ਮਤਲਬ ਕਾਫੀ ਹਮਲੇ ਹੋਏ ਨੇ, ਹਮੇਸ਼ਾ ਅਕਾਲ ਤਖ਼ਤ ਨੂੰ ਟਾਰਗੇਟ ਕੀਤਾ ਗਿਆ, ਅਕਾਲ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ, ਮਾਣ ਮਰਿਆਦਾ ਜਿਹੜੀ ਉੱਥੋਂ ਦੀ ਹੈ ਉਹਨੂੰ ਬਹਾਲ ਰੱਖਣ ਦੇ ਵਿੱਚ ਕਿਸੇ ਨੇ ਵੀ ਰੱਖਿਆ। ਇਤਿਹਾਸ ਦੀ ਗੱਲ ਕਰ ਰਹੀ ਹਾਂ, ਬਹੁਤ ਪਹਿਲੇ ਕਿੰਨੀ ਵਾਰੀ ਤਾਂ ਉੱਥੇ ਹਮਲੇ ਹੋਏ ਨੇ, ਜਿੰਨੇ ਵੀ ਹਮਲਾ ਕੀਤਾ ਖਤਮ। ਇਹ ਵੀ ਗੱਲ ਕਲੀਅਰ, 153 ਦਿਨ ਤੋਂ ਉੱਤਰ ਜ਼ਿੰਦਗੀ ਵੀ ਨਹੀਂ ਜਿਉਣ ਪਾਇਆ। ਬਿਲਕੁਲ ਗੱਲ ਸਹੀ। ਦੇਖੋ ਜੀ, ਕਿਸੇ ਧਰਮ ਦੇ ਉੱਤੇ ਕਿਸੇ ਨੂੰ ਇਹ ਨਹੀਂ ਕਰਨਾ ਚਾਹੀਦਾ, ਵਾਰ ਨਹੀਂ ਕਰਨਾ ਚਾਹੀਦਾ। ਧਰਮ ਜਿਹੜਾ ਹੈਗਾ ਉਹ ਤੁਹਾਡਾ ਅਤੇ ਤੁਹਾਡੇ ਰੱਬ ਨਾਲ, ਇਹਦੇ ਵਿੱਚ ਸਿਆਸਤ ਨਹੀਂ ਹੈ। 1984 ਦਾ ਇਨਸਾਫ ਨਹੀਂ ਮਿਲਿਆ, ਨਸਲ ਕੁਛ ਵੀ ਬਹੁਤ ਜ਼ਿਆਦਾ ਹੋਈ ਹੈ, 2015 ਦਾ ਇਨਸਾਫ ਵੀ ਲੜਕ ਰਿਹਾ। ਸਰਕਾਰ, ਤੁਹਾਡੇ ਕੋਲ ਮੌਕਾ ਸੀ, ਦਵਾ ਸਕਦੇ ਹੋ, ਸਮਾਂ ਹੈਗਾ, ਹਜੇ ਵੀ ਦਵਾ ਸਕਦੇ ਹੋ। ਕੈਪਟਨ ਸਾਹਿਬ ਨੇ ਤਾਂ ਕਿਹਾ ਕਿ ਦਵਾਉਣਾ ਹੈਗਾ, ਉਹਨਾਂ ਨੇ ਇਹ ਵੀ ਕਿਹਾ ਸੀਗਾ ਜੇ ਹਾਈਕੋਰਟ ਨਹੀਂ ਕਰਦਾ ਅਸੀਂ ਸੁਪਰੀਮ ਕੋਰਟ ਤੱਕ ਜਾ ਕੇ ਇਹ ਦਵਾ ਕੇ ਰਵਾਂਗੇ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹਨਾਂ ਕਿਸੇ ਨੇ ਇਨਸਾਫ ਨਹੀਂ ਦਵਾਉਣਾ, ਅਸੀਂ ਦਵਾਵਾਂਗੇ, ਸਾਨੂੰ ਮੌਕਾ ਦਿਓ। ਆਮ ਆਦਮੀ ਪਾਰਟੀ ਨੇ ਬਹੁਤ ਕੁਛ ਕਿਹਾ ਜੀ, ਉਹ ਤਾਂ ਸਾਨੂੰ 300 ਯੂਨਿਟ ਬਿਜਲੀ ਵੀ ਮੁਫਤ ਦੇ ਰਹੀ ਹੈ, ਦਿੱਲੀ ਦੇ ਵਿੱਚ ਬੁਰਾ ਹਾਲ ਕੀਤਾ ਹੋਇਆ ਅਤੇ ਉੱਥੇ ਕਹਿੰਦੇ ਨੇ ਦਿੱਲੀ ਮਾਡਲ ਆਪਾਂ ਇੱਥੇ ਲੈ ਕੇ ਆਵਾਂਗੇ, ਆਪਾਂ ਤਾਂ ਮਾਰੇ ਜਾਵਾਂਗੇ ਜੇ ਦਿੱਲੀ ਮਾਡਲ ਇੱਥੇ ਆਈ। ਮੈਂ ਦਿੱਲੀ ਜਾਂਦੀ ਹਾਂ, ਰਹਿੰਦੀ ਹਾਂ, ਦੇਖਿਆ ਉੱਥੇ ਕੀ ਹਾਲ ਹੈ, ਇਹ ਤਾਂ ਗੱਲਾਂ ਹੈ ਕਹਿਣ ਦੀਆਂ। ਔਰ ਦੂਜੀ ਗੱਲ, ਕੇਜਰੀਵਾਲ ਸਾਹਿਬ ਆਪਣਾ ਪੰਜਾਬ ਜਿਹੜਾ ਸੀ, ਪੰਜਾਬੀ ਸੂਬਾ ਕਿਉਂ ਲਿਆ ਸੀ? ਕਿ ਇੱਥੇ ਸਿੱਖ ਇੱਕ ਨੰਬਰ 'ਤੇ ਹੋਵੇ। ਇਹਨਾਂ ਦਾ ਮੁੱਖ ਮੰਤਰੀ ਕੌਣ ਹੈ? ਮੁੱਖ ਮੰਤਰੀ ਸ਼ਕਲ ਵਾਲਾ ਕੌਣ ਹੈ ਇਹਨਾਂ ਦਾ, ਮੈਨੂੰ ਦੱਸੋ। ਕੇਜਰੀਵਾਲ ਕੇਸਵਾਲ ਸਿੱਖ ਚਿਹਰਾ ਦੇਣਾ ਸੀ ਪੰਜਾਬ, ਆਇਆ ਕੋਈ? 5 ਸਾਲ ਲੰਘ ਗਏ, ਉਹ ਤੋਂ ਪਹਿਲੇ 5 ਸਾਲ ਲੰਘ ਗਏ ਜਦ ਇਹਨਾਂ ਨੇ ਪਹਿਲੇ ਰੌਲਾ ਪਾਇਆ ਸੀ। 10 ਸਾਲ ਦੇ ਵਿੱਚ ਇਹਨਾਂ ਨੂੰ ਕੋਈ ਚੱਜ ਦਾ ਸਿੱਖ ਚਿਹਰਾ ਲੱਭਿਆ ਨਹੀਂ, ਕਿਉਂ ਨਹੀਂ ਲੱਭਿਆ? ਸੋਚਣ ਵਾਲੀ ਗੱਲ। ਮੈਡਮ, ਵੈਸੇ ਗੱਲ ਇਹ ਵੀ ਹੈਗੀ ਆ, ਤੁਹਾਡਾ ਜ਼ਿਲ੍ਹਾ ਪ੍ਰਧਾਨ ਵੀ ਰਹੇ ਆ ਕਾਫੀ ਟਾਈਮ, ਖੁੱਡੀਆਂ ਪਰਿਵਾਰ, ਬੇਦਾਗ ਪਰਿਵਾਰ ਮੰਨਿਆ ਜਾਂਦਾ, ਜਿਵੇਂ ਤੁਹਾਡੇ ਪਰਿਵਾਰ ਦੀ ਮਿਸਾਲ ਦਿੰਦੇ ਉਸ ਤਰ੍ਹਾਂ ਹੀ ਉਹਨਾਂ ਦੀ ਦਿੰਦੇ ਆ ਮੁਕਤਸਰ ਦੇ 2 ਪਰਿਵਾਰਾਂ ਦੀ, ਉਹਨਾਂ ਨੂੰ ਉਹ ਪਾਰਟੀ ਦੇ ਵਿੱਚ ਲਿਜਾਣ ਦੇ ਵਿੱਚ ਕਾਮਯਾਬ ਹੋ ਗਏ। ਮੈਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ ਜੀ, ਕਿਉਂਕਿ ਇਹ ਸਾਡੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਅਤੇ ਜਿਵੇਂ ਇਹਨਾਂ ਨੇ ਕੰਮ ਕੀਤਾ ਸੀ ਸਾਫ਼ ਸੁਥਰੇ, ਬਿਲਕੁਲ ਸਾਡੇ ਵਰਗੇ ਜਿੱਦਾਂ ਤੁਸੀਂ ਕਿਹਾ। ਮੈਂ ਸਗੋਂ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਕਿ ਮੈਨੂੰ ਬਹੁਤ ਦੁੱਖ ਲੱਗਿਆ ਕਿ ਤੁਸੀਂ ਸਾਡੀ ਪਾਰਟੀ ਛੱਡੀ ਹੈ। ਇਹੋ ਜਿਹੇ ਬੰਦੇ ਲੱਗਦਾ ਨਹੀਂ ਗਾ ਕਿ ਕਾਂਗਰਸ ਨੇ ਬਹੁਤ ਵੱਡੀ ਗਲਤੀ ਕੀਤੀ, ਉਹਨੂੰ ਮਨਾ ਲੈਂਦੇ ਅਤੇ ਕਿਤੇ ਨਾ ਕਿਤੇ ਇਹਨਾਂ ਦਾ, ਕਿਉਂਕਿ ਐਡਾ ਵੱਡਾ ਜਿਹੜਾ ਚਿਹਰਾ ਹੈ ਆਮ ਆਦਮੀ ਪਾਰਟੀ 'ਚ ਗਏ ਦਾ, ਬਾਏ ਚਾਂਸ ਕੱਲ੍ਹ ਨੂੰ ਜੇ ਮੌਕਾ ਮਿਲ ਜਾਂਦਾ ਉਹਨੂੰ ਅਤੇ ਉਹ ਤਾਂ ਫਿਰ ਮੁੱਖ ਮੰਤਰੀ ਚਿਹਰਾ ਤਾਂ ਫਿਰ ਸਿੱਖ ਚਿਹਰਾ ਆ ਗਿਆ। ਖੁੱਡੀਆਂ ਸਾਹਿਬ ਦੇਖੋ, ਐਮਐਲਏ ਜਿੱਦੇ ਆ ਕਿਉਂਕਿ ਮੁੱਖ ਮੰਤਰੀ ਪਰਿਵਾਰ ਨੂੰ ਟਾਰਗੇਟ ਕਰੀ ਬੈਠੇ ਆ, ਤਾਂ ਹੈਗੇ ਨੇ ਉਹਨਾਂ ਦੇ ਬਥੇਰੇ ਬੈਠੇ, ਭਗਵੰਤ ਮਾਨ ਵੀ ਤਾਂ ਬੈਠਾ ਹੀ ਹੈ। ਤੁਹਾਡੇ ਹਿਸਾਬ ਨਾਲ ਬੰਦ ਦੇਣਗੇ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਅੱਗੇ ਆਉਂਦੇ? ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਜੀ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੀ ਪੋਲੀਟਿਕਸ ਦੇ ਬਾਰੇ ਕੱਖ ਨਹੀਂ ਜਾਣਦੀ, ਮੈਂ ਐਵੇਂ ਕਹਾਂ। ਆਮ ਆਦਮੀ ਪਾਰਟੀ ਦਾ ਰੋਲ ਕੀ ਦੇਖਦੇ ਹੋ ਪੰਜਾਬ ਦੇ ਵਿੱਚ ਅਤੇ ਆਪਣੇ ਮੁਕਤਸਰ ਹਲਕੇ ਦੀ ਖਾਸ ਕਰਕੇ? ਦੇਖੋ ਜੀ, ਆਮ ਆਦਮੀ ਪਾਰਟੀ ਇੱਕ ਤੀਜਾ ਧੜਾ ਜਿਹੜਾ ਬਣਿਆ ਹੈਗਾ, ਹੁਣ ਢੀਂਡਸਾ ਸਾਹਿਬ ਦਾ ਵੀ ਇੱਕ ਚੌਥਾ ਬਣਿਆ ਹੈਗਾ। ਇਹ ਬਣੇ ਨੇ ਕਿਉਂਕਿ ਲੋਕ ਖੁਸ਼ ਨਹੀਂ ਹੈ ਜਿਹੜੇ 2 ਪਾਰਟੀਆਂ ਸੀਗੀਆਂ ਉਹਨਾਂ ਦੀ ਸਿਸਟਮ ਦੇ ਨਾਲ। ਇਹ ਤਾਂ ਸਾਰੇ ਨੌਰਥ ਇੰਡੀਆ ਦੇ ਵਿੱਚ ਵੀ ਆ, ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਇਸੇ ਕਰਕੇ ਆਈ ਸੀ ਕਿਉਂਕਿ ਲੋਕ ਖੁਸ਼ ਨਹੀਂ ਸੀਗੇ, ਬੀਜੇਪੀ ਨਾਲ ਨਹੀਂ ਖੁਸ਼ ਸੀ ਅਤੇ ਆਪਣੇ ਕਾਂਗਰਸ ਨਾਲ ਖੁਸ਼ ਨਹੀਂ ਸੀ। ਇਹ ਕੋਈ ਨਵੀਂ ਚੀਜ਼ ਲੱਭਦੇ ਨੇ, ਮਗਰ ਆਮ ਆਦਮੀ ਪਾਰਟੀ ਦੀ ਏਜੰਡਾ ਜਿਹੜੀ ਹੈ ਨਾ, ਗੱਲਾਂ ਜ਼ਿਆਦਾ ਕੰਮ ਘੱਟ ਹੈ ਇਹਦੇ ਵਿੱਚ। ਤੁਸੀਂ ਕਹੋ ਨਾ ਜੇ ਕੋਈ ਸਿਸਟਮੈਟਿਕਲੀ ਕੰਮ ਕਰੋ, ਹੁਣ ਤੁਸੀਂ ਦੇਖੋ ਦਿੱਲੀ ਦੀ ਗੱਲ ਕਰੋ, ਕਹਿੰਦੇ ਨੇ ਅਸੀਂ ਕੁਛ ਕਰ ਹੀ ਨਹੀਂ ਸਕਦੇ, ਇੱਥੇ ਸੈਂਟਰ ਦਾ ਸਾਰਾ ਲੋਅ ਹੈ। ਜੇ ਤੁਸੀਂ ਕਿਸੇ ਗੱਲ ਦਾ ਬਹਾਨਾ ਬਣਾਉਣਾ ਜਾਂ ਐਕਸਕਿਊਜ਼ ਲੱਭਣਾ ਤਾਂ 100 ਲੱਭ ਜਾਂਦੇ ਨੇ, ਮਗਰ ਜਿਹੜਾ ਮੁੱਖ ਮੰਤਰੀ ਹੈ ਉਹ ਮੁੱਖ ਮੰਤਰੀ ਹੈ। ਸ਼ੀਲਾ ਦੀਕਸ਼ਿਤ ਵੀ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਕਾਂਗਰਸ ਦੀ, ਉਹਦੇ ਹੱਥ ਦੇ ਵਿੱਚ ਹਕੂਮਤ ਸੀ, ਉਹਨੇ ਬਹੁਤ ਕੁਛ ਕੀਤਾ ਸੀਗਾ ਦਿੱਲੀ ਦੇ ਲਈ। ਜਿੰਨੇ ਉੱਥੇ ਓਵਰਬ੍ਰਿਜ ਬਣੇ, ਜਿਹੜੀ ਉਹਦੀ ਉੱਥੇ ਮੈਟਰੋ ਸਿਸਟਮ ਲੱਗੀ, ਉਹ ਸਾਰੇ ਉਹਨਾਂ ਦੇ ਟਾਈਮ 'ਚ। ਕੇਜਰੀਵਾਲ ਨੇ ਹੁਣ ਕੀ ਕੀਤਾ ਆਪਣੇ ਦਿੱਲੀ ਦੇ ਲਈ? ਕੁਛ ਵੀ ਨਹੀਂ ਕੀਤਾ। ਕੋਈ ਨਵੀਂ ਚੀਜ਼ ਦੱਸ ਦਿਓ।
आम आदमी पार्टी हुण हलकियां च पूरी सरगर्म है, जिथे देखदे आ पोस्टर आम आदमी पार्टी दा मिलदा, सरायना का परिवार दा किते लभदा नहीं। देखो जी, साडी काम करन दा तरीका हो रहा है। ਤੁਸੀਂ ਹੁਣ ਦੇਖੇ ਹੋਣੇ ਹੋ ਕਿ ਮੈਂ ਜ਼ਰੂਰ ਪੋਸਟਰ ਲਾਏ ਨੇ ਕਿ ਜਦ ਨਵਜੋਤ ਸਿੱਧੂ ਨਿਯੁਕਤ ਹੋਏ ਨੇ ਕਿ ਅਸੀਂ ਸਵਾਗਤ ਕਰਦੇ ਹਾਂ ਸੋਨੀਆ ਗਾਂਧੀ ਜੀ ਦਾ ਇਸ ਡਿਸੀਜਨ ਦਾ, ਜਗ੍ਹਾ ਜਗ੍ਹਾ ਲਗਾਏ ਹੋਏ ਨੇ, ਔਰ ਮੈਂ ਇਕੱਲੀ ਨਹੀਂ ਲਾਏ, ਮੇਰੀ ਸਾਰੀ ਪੰਚਾਇਤਾਂ ਨੇ ਲਾਏ ਨੇ, ਸਪੋਰਟਰਾਂ ਨੇ ਲਾਏ ਨੇ ਕਿ ਦੋਨੋਂ ਚਿਹਰੇ ਨੇ। ਅਸੀਂ ਇਹ ਨਹੀਂ ਕਹਿੰਦੇ, ਮੈਂ ਨਹੀਂ ਕਹਿੰਦੀ ਮੈਂ ਸਿੱਧੂ ਦੇ ਪੱਖ 'ਚ ਹੈ, ਮੈਂ ਕੈਪਟਨ ਦੇ ਪੱਖ ਦੇ ਵਿੱਚ ਹੈ, ਅਸੀਂ ਹੈਗੇ ਕਾਂਗਰਸੀ, ਔਰ ਜਿਹੜਾ ਵੀ ਅਹੁਦੇਦਾਰ ਬਣਦਾ ਹੈ ਅਸੀਂ ਉਹਦੀ ਸਵਾਗਤ ਕਰਦੇ ਹਾਂ। ਫਰਕ ਇੰਨਾ ਹੈਗਾ ਕਿ ਅਸੀਂ ਟਾਂਚੇ ਦੇ ਵਿੱਚ ਕੰਮ ਕਰਦੇ ਹਾਂ, ਅਸੀਂ ਆਊਟ ਆਫ ਦਾ ਬੋਕਸ ਕਦੇ ਨਹੀਂ ਜਾਂਦੇ, ਅਸੀਂ ਆਪਣੀ ਪਾਰਟੀ ਦੇ ਵਫ਼ਾਦਾਰ ਹੈ। ਔਰ ਜਿੱਥੇ ਔਰ ਪਾਰਟੀ ਦੇ ਵਿੱਚ ਕਿਉਂ ਹੈ ਕਿ ਅਸੀਂ ਕਿਸੇ ਦਾ ਫਾਇਦਾ ਕਰਾ ਦਈਏ। ਰੱਬ ਕਰੇ ਤੁਸੀਂ ਆ ਕੇ ਮੇਰੇ ਪਿੰਡ ਦੇਖੋ ਜੀ, ਪਹਿਲੇ ਇੱਥੇ ਇੱਕ ਸੱਕਾਂ ਵਾਲੀ ਸੀ, ਤੁਹਾਡਾ ਪਿੰਡ ਹੀ ਦੇਖ ਲਓ ਕਿੰਨਾ ਫਰਕ ਹੈ ਤੁਹਾਡੇ ਪਿੰਡ ਦੇ ਵਿੱਚ। ਮੈਨੂੰ ਯਾਦ ਹੈ 4 ਸਾਲ ਪਹਿਲੇ ਜਦ ਮੈਂ ਪਹਿਲੇ ਗਈ ਹਾਂ ਉੱਥੇ, ਅਤੇ ਗਲੀਆਂ ਬੰਦ ਸੀਗੀਆਂ ਕੁਛ, ਅਤੇ ਮੈਨੂੰ ਮੈਂ ਪੁੱਛਿਆ ਜੀ ਕਿ ਗੁਰਦੁਆਰੇ ਜਾਣਾ ਸੀਗਾ, ਭੋਗ ਸੀਗਾ ਕਿ ਜੀ ਗੁਰਦੁਆਰੇ ਕਿਵੇਂ ਜਾਈ। ਮੈਨੂੰ ਕਹਿੰਦਾ ਇੱਕ ਬਜ਼ੁਰਗ ਖੜਿਆ ਸੀ, ਕਹਿੰਦਾ ਬੀਬੀ ਉਹ ਜਿਹੜੀ ਲੋਕ ਟਾਇਲ ਤੁਸੀਂ ਲਵਾਈ ਨਾ, ਤੁਰੇ ਚੱਲੋ ਉਹਦੇ ਉੱਤੇ, ਉਹ ਗੁਰਦੁਆਰੇ ਹੀ ਪਹੁੰਚ ਜਾਓ। ਅਤੇ ਮੇਰਾ ਦਿਲ ਖੁਸ਼ ਹੋਇਆ ਕਿ ਕਿਸੇ ਨੂੰ ਕਿਸੇ ਨੇ ਯਾਦ ਤਾਂ ਕੀਤਾ ਕਿ ਅਸੀਂ ਲਗਵਾਈ ਹੈ। ਅਤੇ ਹੁਣ ਤੁਸੀਂ ਆਪਣਾ ਪਿੰਡ ਹੀ ਦੇਖ ਲਓ, ਉੱਥੇ ਪਾਰਕ ਬਣੀ ਹੋਈ ਹੈ, ਤੁਹਾਡੀ ਮੰਡੀ ਅਸੀਂ ਠੀਕ ਕਰ ਦਿੱਤੀ ਹੈ, ਫੜ ਵਧਾ ਤਾ, ਠੀਕ ਹੈ, ਗਲੀਆਂ ਨਾਲੀਆਂ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਅਤੇ ਕੀ ਹਾਲ ਸੀ ਖਪਿਆਵਾਰੀ ਦਾ, ਅਤੇ ਕੀ ਹਾਲ ਹੈ ਹੁਣ। ਉੱਦਾਂ ਹੀ ਤੁਸੀਂ ਜਾ ਕੇ ਇੱਥੇ ਮੋਤਲੇ ਵਾਲੇ ਦੇਖ ਲਓ, ਚੜੇਵਾਨ ਪਿੰਡ ਦੇਖ ਲਓ, ਮੰਗਟ ਕੇਰ ਦੇਖ ਲਓ, ਜਗ੍ਹਾ ਜਗ੍ਹਾ ਦੇ ਵਿੱਚ ਹੈ ਜੀ। ਜਿੱਥੇ ਤੱਕ ਮੇਰਾ ਫਰਕ ਇੰਨਾ ਹੈ ਜੀ, ਮੇਰੇ ਪਰਿਵਾਰ ਦਾ ਫਰਕ ਹੀ ਸਮਝ ਲਓ, ਕਿ ਜਦ ਸਾਡੇ ਹੱਥ ਕੁਛ ਆਉਂਦਾ ਹੈ ਅਸੀਂ ਕਹਿੰਦੇ ਹਾਂ ਲੱਗੇ ਇਲਾਕੇ 'ਚ। ਜਦ ਮੈਂ MLA ਸੀਗੀ ਉਦੋਂ ਇੱਥੇ ਹੜ੍ਹ ਆਇਆ ਸੀ 13 ਦੇ ਵਿੱਚ, ਅਤੇ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਕੀਤਾ ਸੀਗਾ ਸਾਰੇ ਆਪਣੇ ਇਲਾਕੇ ਦੇ ਵਿੱਚ, ਅਤੇ ਰੇਡੀਓ ਕੈਨੇਡਾ ਦੇ ਵਿੱਚੋਂ ਰਾਤ ਮੈਨੂੰ ਫੋਨ ਆਇਆ ਕਿ ਬੀਬੀ ਜੀ ਤੁਸੀਂ MLO? ਮੈਂ ਹਾਂਜੀ, ਮੈਂ MLA ਬੋਲ ਰਹੀ ਹਾਂ। ਬੀਬੀ ਜੀ ਤੁਹਾਡੇ ਬਰੀਵਾਲਾ ਜ਼ੈਲ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਏ, ਉਹਨਾਂ ਨੇ 20 ਲੱਖ ਦਾ ਚੈੱਕ ਫੜਾਇਆ ਸਰਪੰਚ ਨੂੰ, ਅਤੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦੇ ਵੇ ਸਰਪੰਚ ਆ ਕੁਛ ਲਾ ਦੀ ਪਿੰਡ 'ਤੇ, ਇਹਦਾ ਤੁਹਾਡਾ ਕੀ ਕਹਿਣਾ? ਕੁਝ ਲਾ ਦੀ ਪਿੰਡ 'ਤੇ, ਬਾਕੀ ਬਾਕੀ ਖਾ ਜਾ। ਹੁਣ ਫਰਕ ਇੰਨਾ ਹੈ ਮੇਰੇ ਬਾਰੇ ਕੀ ਦੁਨੀਆ ਕਹਿੰਦੀ ਹੈ ਕਿ ਬੀਬੀ ਨਾਲ ਕੀ ਕਰਨਾ, ਨਾ ਖਾਂਦੀ ਹੈ ਨਾ ਖਾਣ ਦਿੰਦੀ ਹੈ। ਜੋ ਇੱਥੇ ਆਉਂਦਾ ਪਾਈ ਪਾਈ ਲੱਗ ਰਿਹਾ, ਤੁਸੀਂ ਜਾ ਕੇ ਦੇਖੋ, ਮਟੀਰੀਅਲ ਕੋਈ ਰੱਦੀ ਮਟੀਰੀਅਲ ਨਹੀਂ ਲੱਗਦਾ। ਆਪ ਮੈਂ ਜਾ ਕੇ ਇੰਸਪੈਕਸ਼ਨ ਕਰਦੀ ਕਿ ਕੀ ਲਾਇਆ, ਕਿੱਥੇ ਆਇਆ, ਸਪਲਾਇਰ ਕੌਣ ਹੈ, ਕੀ ਇੱਥੇ ਆ ਰਿਹਾ, ਕੋਈ ਗਲਤ ਚੀਜ਼ ਜੇ ਕੋਈ ਗਲਤ ਇੱਟਾਂ ਦੀ, ਮੈਂ ਕਹਿੰਦੀ ਹਾਂ ਵਾਪਸ ਕਰ ਦਿਉ, ਉਹ ਸ਼ੋਰੇ ਵਾਲੀਆਂ ਨਹੀਂ ਅਸੀਂ ਲਾਉਣੀਆਂ, ਸਾਰਾ ਕੁਛ। ਮੈਨੂੰ ਇਸ ਦੇ ਉੱਤੇ ਬੜੀ ਤਸੱਲੀ ਹੈ ਕਿ ਜੋ ਬਰਾੜ ਸਾਹਿਬ ਨੇ ਕੰਮ ਸ਼ੁਰੂ ਕੀਤੇ ਮੈਂ ਪੂਰੇ ਤਾਂ ਨਹੀਂ ਕਰ ਸਕਦੀ, ਮਗਰ ਜਿੱਥੇ ਤੱਕ ਮੈਂ ਕਰ ਸਕਦੀ ਮੈਂ ਅੱਗੇ ਜ਼ਰੂਰ ਲਿਜਾ ਰਹੀ ਹਾਂ ਕਿ ਆਪਾਂ ਇੱਥੇ ਕੁਛ ਸੁਧਾਰ ਕਰ ਸਕੀਏ। ਮੇਰਾ ਪਿੰਡ ਹੀ ਦੇਖ ਲਓ ਮੁਕਤਸਰ ਦੇ ਵਿੱਚ, ਚਲੋ ਪਿੰਡਾਂ ਦੀ ਆਪਾਂ ਹੁਣ ਗੱਲ ਛੱਡ ਦਿੰਦੇ, ਵਾਕਈ ਤੁਹਾਡੀ ਹੁਣ ਗਲੀ ਮੈਂ 2 ਸਾਲ ਪਹਿਲਾਂ ਲੰਘਿਆ ਸੀ ਅਤੇ ਬੁਰਾ ਹਾਲ ਸੀ, ਅੱਜ ਠੀਕ ਲੱਭਦੀ ਹੈ। ਜੋ ਮੁਕਤਸਰ ਦੇ ਵਿੱਚ ਪਾਰਕਾਂ ਦਾ ਹੁਣ ਹਾਲ ਹੈ, ਉਹਦੇ ਗੇਟਾਂ ਦੇ ਵਿੱਚ ਕੂੜਾ ਪਿਆ, ਕੋਈ ਨਸ਼ੇ ਕਰੀਆਂ ਸਰਿੰਜਾਂ ਵਿੱਚ ਸੱਟੀਆਂ ਪਈਆਂ, ਤੁਸੀਂ ਮੇਰੇ ਨਾਲ ਚਲੋ ਸਭ ਕੁਛ ਦਿਖਾ ਦਿੰਦੇ ਹਾਂ, ਕੂੜੇ ਦੇ ਢਿੱਗ ਜਿਹੜੇ ਕਹਿ ਲਓ, ਜਿੱਥੇ ਸਬਜ਼ ਮੰਡੀ ਹੈ ਸਾਰੇ ਪਿੰਡ ਨੇ ਉੱਥੋਂ ਸ਼ਹਿਰ ਨੇ ਆ ਕੇ ਸਾਰੇ ਪਿੰਡਾਂ ਨੇ ਉੱਥੋਂ ਸਬਜ਼ੀ ਲੈਣੀ ਹੈ, ਉੱਥੋਂ ਦਾ ਬੁਰਾ ਹਾਲ ਹੈ। ਸਿਟੀ ਥਾਣੇ ਦੇ ਸਾਹਮਣੇ ਦੀ ਗੱਲ ਕਰ ਰਿਹਾ, ਅਤੇ ਨਾਲ ਹੀ ਜਿਹੜਾ ਉਹਦੇ ਨਾਲ ਇਤਿਹਾਸਿਕ ਪਾਰਕ ਹੈ ਉਹਦੀ ਵੀ ਮੈਂ ਗੱਲ ਕਰ ਰਿਹਾ, ਉੱਥੋਂ ਦਾ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੈ ਕਿ ਉੱਥੋਂ ਇਹਦੇ ਤੋਂ ਲੱਗਦਾ ਕਿ ਜਿਹੜਾ ਗੰਦੇ ਸ਼ਹਿਰਾਂ ਦੇ ਵਿੱਚ ਨਾਂ ਪਾਇਆ ਸੀਗਾ, ਅਤੇ ਵਾਕਈ ਉਹਨਾਂ ਨੇ ਕੋਈ ਸੋਚ ਸਮਝ ਕੇ ਪਾਇਆ ਹੋਊਗਾ, ਹਾਲੇ ਤੱਕ ਵੀ ਉਹਦਾ ਜਿਹੜਾ ਹੈ ਨਾ ਤਾਂ ਉਹਨੂੰ ਇਨਸਾਫ਼ ਮਿਲ ਰਿਹਾ ਕਹਿ ਸਕਦੇ ਅਤੇ ਨਾ ਵਿਕਾਸ ਹੋ ਰਿਹਾ। ਇੱਕ ਗੱਲ ਮੈਂ ਜ਼ਰੂਰ ਕਹੂੰਗੀ ਜੀ, ਅਸੀਂ ਉਪਰਾਲਾ ਜ਼ਰੂਰ ਕੀਤਾ ਕਿ ਗੰਦੇ ਸ਼ਹਿਰ ਦੇ ਲਿਸਟ ਦੇ ਵਿੱਚੋਂ ਨਿਕਲ ਜਾਈਏ, ਅਤੇ ਅਸੀਂ ਨੰਬਰ 4 'ਤੇ ਆ ਗਏ ਸੀ ਸਫਾਈ 'ਤੇ। ਸਾਡੇ MC ਜਿਹੜੇ ਸੀਗੇ, ਇਹ ਹੁਣ ਅਕਾਲੀਆਂ ਦੇ ਰਾਜ ਦੀ ਮੈਂ ਗੱਲ ਕਰਨੀ ਹੈ, ਸਾਡਾ ਸੀਗਾ ਇੱਕ ਤਾਂ ਜਿਮੀ ਫੱਤਨ ਵਾਲਾ, ਇੱਕ ਯਾਦਵਿੰਦਰ ਯਾਦੂ, ਇਹਨਾਂ ਨੇ ਟੀਮਾਂ ਬਣਾਈਆਂ ਸੀ, ਜਗ੍ਹਾ ਜਗ੍ਹਾ ਜਾ ਕੇ ਆਪ ਕੰਮ ਕਰਦੇ ਸੀ। ਉਸ ਟਾਈਮ ਦੇ ਵਿੱਚ ਜਿੰਨਾ ਵੀ ਇਹਨਾਂ ਦੀਆਂ ਮਸ਼ੀਨਾਂ ਸੀਗੀਆਂ ਸਕਸ਼ਨ ਵਗੈਰਾ ਦੀ, ਸਾਰੀਆਂ ਫੁਕੀਆਂ ਪਈਆਂ ਸੀ, ਸਾਰੀਆਂ ਮੁਰੰਮਤ ਹੋਈਆਂ। ਇਹਨਾਂ ਦੇ ਜਿਹੜਾ ਇਹਨਾਂ ਨੇ ਇੱਕ ਨਵਾਂ ਲਿਆ ਹੈਗਾ, ਉਹ ਬੈਂਡਿਟ ਕਹਿੰਦੇ ਨੇ ਉਹਨੂੰ, ਇਹਨਾਂ ਨਾ ਹੋਵੇ ਮੁਰੰਮਤ ਕਰਾ ਕੇ ਅਤੇ ਉਹਨਾਂ 'ਚ ਉਹਨੂੰ ਸਮਾਂ ਕਿਤੇ ਫਿਰ ਪਲਟੀ ਵੱਜ ਜਾਵੇ, ਅਤੇ ਫਿਰ ਜਿੰਨੇ ਜੋਗੇ ਅਸੀਂ ਕੋਸ਼ਿਸ਼ ਕਰਦੇ ਹਾਂ। ਹੁਣ ਜਿਹੜਾ ਸਾਡਾ ਪ੍ਰਧਾਨ ਵੀ ਹੈ ਸ਼ੰਮੀ ਤੇਰੀ, ਉਹਦਾ ਵੀ ਆਈ ਥਿੰਕ ਪਹਿਲੀ ਉਹਦੀ 1 ਪੁਆਇੰਟ ਪ੍ਰੋਗਰਾਮ ਇਹੀ ਹੈ ਕਿ ਮੈਂ ਮੁਕਤਸਰ ਨੂੰ ਸਾਫ਼ ਕਰਨਾ। ਨਗਰ ਕੌਂਸਲ ਦੇ ਬਾਹਰ ਵੇਖੀਏ ਨਾ, ਐਡੇ ਐਡੇ ਕੂੜੇ ਦੇ ਢੇਰ ਲੱਗੇ ਪਏ। ਤੁਸੀਂ ਇਹ ਵੀ ਤਾਂ ਭੁੱਲ ਗਏ ਹੋ ਜੀ ਕਿ ਇੱਥੇ ਸਫਾਈ ਕਰਮਚਾਰੀ ਸਾਰੇ ਹੜਤਾਲ ਦੇ ਉੱਤੇ ਸੀ, ਕਿੰਨੀ ਦੇਰ ਤਾਂ ਹੜਤਾਲ 'ਤੇ ਰਹੇ ਨੇ, ਅਤੇ ਹੁਣ ਸਫਾਈਆਂ ਹੋ ਰਹੀਆਂ।
पहले विचे तो बहुत बुरा हाल सीगा जी, सारे पंजाब दे विच सी, खाली मुक्तसर तो नहीं सी, तुसी वड्डे शहरां नूं भी जाके देखियो सी, उत्थे भी यही हाल सीगा। ते कोशिश अपनी पूरी है कि असी करिए, रब करे कि हो जाए। इत्थे जे तुसी मेरा ये इंटरव्यू करोगे एयर, मैं जरूर एक गल कहूँगी मुक्तसर वालियां नूं भी, इलाके वालियां नूं भी, प्लास्टिक नूं छड्डो। ਜਿੰਨੀ ਸਾਡੀ ਸੀਵਰੇਜ ਕੋਲ ਜਿਹੜਾ ਬੈਂਡਿਟ ਕਹਿੰਦੇ ਨੇ ਨਾ, ਜਿਹੜੀ ਉਹ ਮਸ਼ੀਨ ਕੱਢ ਕੇ ਵਿੱਚ ਪਾਉਂਦੇ ਨੇ ਸੀਵਰੇਜ ਦੇ ਢੱਕਣਾਂ ਨੂੰ ਚੁੱਕ ਕੇ, ਪਹਿਲੇ ਬੰਦੇ ਜਾਂਦੇ ਸੀ ਤੇ ਗੈਸ ਪੈ ਜਾਂਦੀ ਸੀ ਕਦੀ ਕਦਾਈ, ਤੇ ਉੱਥੇ ਹਾਦਸਾ ਹੋ ਜਾਂਦਾ ਸੀ ਕਾਫੀ ਹਾਦਸੇ। ਹਾਂਜੀ, ਉਹ ਜਦ ਮੈਂ ਪਹਿਲੀ ਜਦ ਚੱਲਿਆ ਇੱਥੇ ਆਪਣਾ ਮੋੜ ਰੋਡ ਦੇ ਉੱਤੇ ਮੁਕਤੀਸਰ ਗੈਸਟ ਹਾਊਸ ਦੇ ਸਾਹਮਣੇ ਇੱਕ ਉਹ ਖੋਲ੍ਹ ਕੇ ਉਹਦੇ ਵਿੱਚੋਂ ਸੀਵਰੇਜ ਦਾ ਢੱਕਣ ਅਸੀਂ ਕੱਢ ਰਹੇ ਸੀਗੇ, ਤੁਸੀਂ ਯਕੀਨ ਨਹੀਂ ਕਰੋਗੇ ਜੀ, ਐਡਾ ਢੇਰ ਪਲਾਸਟਿਕ ਦਾ ਲੱਗਿਆ ਸੀ। ਮੇਰੇ ਉੱਥੇ ਖੜ੍ਹੇ ਇੱਕ ਲੇਡੀ ਆਈ, ਉਹਦੇ ਹੱਥ ਦੇ ਵਿੱਚ ਇੱਕ ਪਲਾਸਟਿਕ ਦਾ ਲਿਫਾਫਾ, ਵਿੱਚ ਉੱਥੇ ਗੰਦ ਪਾਇਆ, ਉਹਨੇ ਇੱਕ ਹੋਰ ਢੱਕਣ ਛੁੱਟ ਖੋਲ੍ਹ ਕੇ ਉਹਦੇ ਵਿੱਚ ਸਿੱਟਤਾ ਕਿ ਕੂੜਾਦਾਨੀ ਬਣਾਈ ਹੋਈ ਸੀਗੀ ਸੀਵਰੇਜ ਸਿਸਟਮ। ਅਤੇ ਫਿਰ ਕਰੀਏ ਦੀ ਤੁਸੀਂ ਗੱਲ ਕਰ ਰਹੇ ਹੋ, ਮੋੜ ਰੋਡ ਤੋਂ ਲੈ ਕੇ ਜਲਾਲਾਬਾਦ ਰੋਡ ਬਾਈਪਾਸ ਤੱਕ, ਪਰਲੇ ਪਾਸੇ ਬਾਹਰ ਸੇਮਨਲ ਨੂੰ ਜਾਂਦਾ ਸਭ ਕੁਛ, ਉੱਥੋਂ ਲੈ ਕੇ ਸਾਰਾ ਸੀਵਰੇਜ ਪੱਟਿਆ ਪਿਆ। ਤੁਰੀ ਜਾਂਦੀ ਗੱਡੀ ਐਤਾਂ ਬੈਠ ਜਾਂਦੀ ਹੈ ਜਿਵੇਂ ਕਿਤੇ ਵੀ ਉਹਨੂੰ ਪੂਰੀ ਥੱਲੇ ਕਵਰ ਕਰਨੀ ਹੁੰਦੀ ਹੈ, ਕੋਠੇ ਬਣੇ ਪਏ ਥੱਲੇ ਧਰਤੀ ਦੇ ਵਿੱਚ, ਇੰਨਾ ਕੁ ਜ਼ਿਆਦਾ ਬੁਰਾ ਹਾਲ ਹੈ, ਵਿਕਾਸ ਨਹੀਂ ਹੋ ਰਿਹਾ, ਸੜਕ ਜਿਉਂ ਦੀ ਤਿਉਂ ਪੱਟੀ ਪਈ ਹੈ। ਹੁਣ ਬਰਸਾਤ ਦੇ ਕਰਕੇ ਵੀ ਉਹ ਕੰਮ ਰੁਕਿਆ ਪਿਆ ਸੀਗਾ ਕਾਫੀ ਸਮੇਂ ਦਾ, ਮੈਡਮ ਉਹ ਨਾ ਕਾਫੀ ਜ਼ਿਆਦਾ ਸਮਾਂ ਹੋ ਚੁੱਕਾ। ਪਾਈ ਸੀ ਮੈਨੂੰ ਯਾਦ ਹੈ, ਉਹਦੇ ਬਾਰੇ ਮੈਨੂੰ ਪਤਾ ਹੈ। ਅੰਦੋਲਨ ਤੋਂ ਪਹਿਲਾਂ ਦੀ ਗੱਲ ਆ, ਇਹਦਾ ਅਸੀਂ ਕੋਸ਼ਿਸ਼ ਕਰ ਰਹੇ ਸੀ ਜੀ ਕਿ ਕਿਸੇ ਪਾਸੇ ਪਹਿਲੇ ਉਹਦੀ ਨਿਕਾਸੀ ਨਿਕਲੇ ਕਿ ਇਹ ਯੱਬ ਹੀ ਖਤਮ ਹੋ ਜਾਏ। ਵੱਡੀ ਗੱਲ ਤਾਂ ਸਾਡੇ ਮੁਕਤਸਰ ਦੇ ਵਿੱਚ ਇਹ ਵੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਹੇਠਲਾ ਪਾਣੀ ਉੱਤੇ ਆਇਆ ਹੋਇਆ, ਤੁਸੀਂ ਜੇ ਕੋਈ ਪਾਈਪ ਲਗਾਓ ਉਹ ਪਾਈਪ ਹਿੱਲ ਜਾਂਦੀ ਹੈ। ਕੋਟਕਪੂਰਾ ਰੋਡ ਦੇ ਉੱਤੇ ਕਿਉਂ ਠੀਕ ਹੈ, ਕਿਉਂਕਿ ਅਸੀਂ ਲਿੰਟਲ ਪਾਇਆ, ਤੁਸੀਂ ਉੱਥੇ ਦੇਖੋ ਉੱਥੇ ਤਾਂ ਨਹੀਂ ਕੋਈ ਯੱਬ ਹੀ ਹੈ ਨਹੀਂ, ਮਗਰ ਇਹ ਜਿਹੜੀ ਪਾਈਪ ਤਾਂ ਹੈਗਾ ਨਾ ਜੀ, ਇਹਦੇ ਨੀਚੇ ਫਿਰ ਪੂਰੇ ਥੰਮਲੇ ਲਾਉਣੇ ਪੈਂਦੇ ਨੇ ਜਿਹੜੇ ਹਿੱਲਣ ਨਾ, ਉਹਨਾਂ ਨੂੰ ਜਾਣਾ ਪੈਂਦਾ ਹੈਗਾ ਬੇਸ ਤੱਕ, ਉਹ ਕੋਈ ਕਰ ਨਹੀਂ ਰਿਹਾ, ਇਹ ਮਹਿਕਮੇ ਦੀ ਗਲਤੀ ਹੈ ਜੀ। ਆਹ ਜਲਾਲਾਬਾਦ ਰੋਡ ਨੂੰ ਦੇਖੋ, ਮੇਰਾ ਖਿਆਲ 3 ਜਾਂ 4 ਵਾਰੀ ਉਹ ਤੋੜ ਕੇ ਉਹਨਾਂ ਨੇ ਪਾਈਪਾਂ ਫਿਰ ਪਾਈਆਂ। ਸੜਕ ਹਜੇ ਵੀ ਅਧੂਰੀ ਪਈ ਹੈ, ਇਸੇ ਕਰਕੇ ਪਈ ਹੈ ਕਿ ਸੀਵਰੇਜ, ਜਿੱਦਾਂ ਸੜਕ ਬਣਦੀ ਹੈ ਉਦੋਂ ਬਾਅਦ ਸੀਵਰੇਜ ਦਾ ਚੇਤਾ ਆ ਜਾਂਦਾ, ਫਿਰ ਸੜਕਾਂ ਪੱਟ ਕੇ ਸਭ ਬੁਰਾ ਹੱਲ ਕੀਤਾ। ਉਹ ਇੱਕ ਗੱਲ ਨਹੀਂ ਸਮਝ ਆਉਂਦੀ, ਇਹ ਸੜਕ ਦੇ ਵਿੱਚ ਕਿਉਂ ਪਾ ਰਹੇ ਨੇ, ਪਾਸੇ 'ਤੇ ਕਿਉਂ ਨਹੀਂ ਪਾਉਂਦੇ ਸੜਕ 'ਤੇ? ਤੁਸੀਂ ਸਰਕਾਰ ਦੇ ਵਿੱਚ ਉਹ ਗੱਲ ਰੱਖ ਸਕਦੇ ਹੋ? ਸਰਕਾਰ ਦੇ ਵਿੱਚ ਨਹੀਂ ਹੈ, ਮੈਂ ਐਕਸ MLA ਹਾਂ। ਸਰਕਾਰ ਦਾ ਮਤਲਬ ਸਰਕਾਰ ਕਾਂਗਰਸ ਦੀ ਹੈ ਨਾ ਜੀ, ਮੈਂ ਕਾਂਗਰਸ ਮੈਂਬਰ ਜ਼ਰੂਰ ਹੈ, ਮੈਂ ਗੱਲ ਰੱਖੀ ਜਾ ਸਕਦੀ ਹੈ ਇਸ ਚੀਜ਼ ਦੀ ਕਿ ਇਹਦਾ ਪੱਕੇ ਤੌਰ ਤੇ ਹੱਲ, ਗੱਲਾਂ ਕਰਦੀ ਹਾਂ ਮੈਂ ਜੀ, ਮਗਰ ਮੇਰੀ ਗੱਲ ਜੇ ਕੋਈ ਸੁਣੂਗਾ ਤਾਂ ਨਾ, ਮੈਂ ਆਪਣੇ XCN ਨਾਲ, SDO ਨਾਲ, ਉੱਤੇ ਜਾ ਕੇ SC ਨਾਲ, ਮੰਤਰੀ ਤੱਕ ਗਈ ਹੈ ਇਸ ਗੱਲ ਦੇ ਬਾਰੇ, ਇਹ ਗੱਲ ਕੀਤੀ ਹੋਈ ਹੈ, ਤੁਸੀਂ ਇਹ ਨਾ ਸਮਝੋ ਕਿ ਨਹੀਂ ਗੱਲਾਂ ਹੁੰਦੀਆਂ, ਮਗਰ ਅੱਗੇ ਅਖੀਰ ਦੇ ਵਿੱਚ ਤਾਂ ਉਹਨਾਂ ਨੇ ਕੰਮ ਕਰਨਾ ਨਾ, ਅਸੀਂ ਤਾਂ ਸੁਜੈਸ਼ਨ ਹੀ ਦੇ ਸਕਦੇ ਹਾਂ। ਮੈਂ ਜੇ MLA ਵੀ ਹੁੰਦੀ ਤਾਂ ਵੀ ਮੈਂ ਚੁੱਕਦੀ ਮੁੱਦਾ, ਰੋਜ਼ੀ ਨੂੰ ਚੁੱਕਣਾ ਚਾਹੀਦਾ, ਕਿਉਂ ਨਹੀਂ ਚੁੱਕਦਾ? ਜਿੰਨੀ ਦੇਰ ਮੈਂ MLA ਸੀ, 5 ਸਾਲ, ਹਰੇਕ ਵਿਧਾਨ ਸਭਾ ਦੇ ਵਿੱਚ ਮੈਂ ਬੋਲੀ ਹਾਂ ਮੁਕਤਸਰ ਦੇ ਬਾਰੇ, ਆਪਣੇ ਇਲਾਕੇ ਦੇ ਬਾਰੇ। ਰੋਜ਼ੀ ਨੇ ਤਾਂ ਇੱਕ ਵਾਰੀ ਜ਼ਰੂਰ ਗੱਲ ਕੀਤੀ ਹੈ, ਜਦ ਇਹਨੇ ਕਿਹਾ ਕਿ ਸਾਡਾ ਝੂਠਾ ਪਰਚਾ ਕੀਤਾ ਜਾਂ ਜਾਦੂ ਦਾ ਸਿਰ ਫਾੜਿਆ, ਅਤੇ ਉਦੋਂ ਸੁਖਜਿੰਦਰ ਰੰਧਾਵਾ ਨੇ ਫੋਟੋ ਕੱਢ ਕੇ ਦੱਸੀ ਸੀ ਕਿ ਤੁਸੀਂ ਇਹਦੀ ਗੱਲ ਕਰ ਰਹੇ ਹੋ, ਇਹ ਝੂਠਾ ਪਰਚਾ, ਉਹਦੇ ਸਾਰਾ ਲੱਤ ਪੱਤ ਖੂਨ ਨਹੀਂ ਖੂਨ ਸੀਗਾ ਸਿਰ ਦੇ ਉੱਤੇ ਉਦੋਂ। ਹਾਂਜੀ, ਨਹੀਂ ਤਾਂ ਉਹ ਤੋਂ ਬਜਾਏ ਤਾਂ ਮੁਰਦਾਬਾਦ ਹੀ ਕੀਤੀ। ਮੈਨੂੰ ਨਹੀਂ ਖਿਆਲ ਕਿ ਰੋਜ਼ੀ ਬਰਕੰਦੀ ਨੇ ਇੱਕ ਵੀ ਮੁਕਤਸਰ ਦਾ ਕੋਈ ਮੁੱਦਾ ਚੁੱਕਿਆ ਹੋਵੇ ਵਿਧਾਨ ਸਭਾ 'ਚ। ਜਦ ਬਾਦਲ ਸਾਹਿਬ ਮੁੱਖ ਮੰਤਰੀ ਸੀ, ਮੈਂ ਕਈ ਵਾਰ ਜਾ ਕੇ ਉਹਨਾਂ ਨੂੰ ਆਪ ਮਿਲੀ ਆਪਣੇ ਇਲਾਕੇ ਦੇ ਬਾਰੇ, ਮੈਂ ਪੁੱਛਦੀ ਹਾਂ ਰੋਜ਼ੀ ਬਰਕੰਦੀ ਕੈਪਟਨ ਨੂੰ ਮਿਲਿਆ, ਕੈਪਟਨ ਦੇ ਕਿਸੇ ਮੰਤਰੀ ਨੂੰ ਵੀ ਮਿਲਿਆ? ਅਸੀਂ ਤਾਂ ਸੈਕਰੇਟੇਰੀਏਟ ਰੋਜ਼ ਜਾ ਕੇ ਕਰਦੇ ਸੀ, ਉਹ ਜੀ ਫਲਾਣੇ ਦਾ ਆਹ ਕੰਮ ਕਰਵਾਉਣਾ। ਭਾਈ ਤਾਂ ਬਰਾੜ ਸਾਹਿਬ ਨੇ ਕਿਹਾ, ਦੇਖੋ ਜਦ KPS ਗਿੱਲ ਨਿਯੁਕਤ ਹੋਏ ਸੀਗੇ ਉਹਨੂੰ ਲੋੜ ਸੀ, ਅਸੈਮ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ, ਮਗਰ ਜਦ ਟੈਰੋਰਿਜ਼ਮ ਖਤਮ ਹੋ ਰਹੀ ਸੀ ਉਹਨਾਂ ਨੂੰ ਮਹਿਸੂਸ ਹੋਇਆ ਕਿ ਮੇਰੀ ਲੋੜ ਹੁਣ ਨਹੀਂ ਰਹਿਣੀ, ਅਤੇ ਇਹਨਾਂ ਨੇ ਆਪ ਹੀ ਕੁਛ ਹੋਰ ਸ਼ੁਰੂ ਕਰਤਾ ਸੀਗਾ ਆਪਣੀ ਸੀਟ ਰੱਖਣ ਲਈ। ਅਤੇ ਬਰਾੜ ਸਾਹਿਬ ਨੇ ਪਹਿਲਾਂ ਕੰਮ ਇਹੀ ਕੀਤਾ ਸੀ ਨਾ ਕਿ ਉਹਨਾਂ ਨੂੰ ਛੁੱਟੀ ਕਰਤਾ ਸੀ, ਅਤੇ ਉਹ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਬਰਾੜ ਸਾਹਿਬ ਨੇ ਕੋਈ ਡੰਡਾ ਤਾਂ ਨਹੀਂ ਚਲਾਇਆ? ਲੋਕ ਭੁੱਲ ਗਏ ਕਿ ਇੱਥੇ ਟੈਰਰਿਜ਼ਮ ਸੀ, ਕੋਈ ਬੇਕਸੂਰ ਨਹੀਂ ਮਰਿਆ, ਕੋਈ ਪੁਲਿਸ ਵਾਲਾ ਨਹੀਂ ਮਿਲਿਆ, ਕੋਈ ਖਾਲਿਸਤਾਨੀ। ਤੁਸੀਂ ਇਹ ਵੀ ਦੇਖੋ ਉਸ ਤੋਂ ਬਾਅਦ ਬਰਾੜ ਪਰਿਵਾਰ ਨੂੰ ਵੀ ਕਿਸੇ ਨੇ ਟਾਰਗੇਟ ਤਾਂ ਨਹੀਂ ਕੀਤਾ? ਕਦੀ ਵੀ ਨਹੀਂ ਕੀਤਾ ਜੀ, ਨਹੀਂ, ਬੱਸ ਸਟੈਂਡਾਂ ਦੇ ਵਿੱਚ ਸਾਡੇ ਨਾਮ ਲਿਖੇ ਹੋਏ ਸੀਗੇ, ਜਦ ਹਿੱਟ ਲਿਸਟ ਲਿਖਦੇ ਸੀ ਨਾ ਉਹਦੇ ਉੱਤੇ ਨਾਮ ਸੀ, ਮੇਰੇ ਮਦਰ ਇਨ ਲਾਅ ਦਾ ਵੀ ਸੀ, ਫਾਦਰ ਇਨ ਲਾਅ ਦਾ ਵੀ ਸੀ।
ਮਗਰ ਸਾਨੂੰ ਕਦੀ ਕੋਈ ਖਤਰਾ ਨਹੀਂ। ਮੈਨੂੰ ਯਾਦ ਹੈ ਲੋਕੀ ਤਾਂ ਇੱਥੋਂ ਤੁਰ ਗਏ ਸੀ, ਬਾਦਲ ਸਾਹਿਬ ਦਾ ਪਰਿਵਾਰ ਸਾਰਾ ਬਾਹਰ ਨਿਕਲ ਗਿਆ ਸੀ, ਅਸੀਂ ਇੱਥੇ ਹੀ ਰਹੇ, ਅਸੀਂ ਆਪਣੇ ਘੋੜੇ ਪਾਲ ਰਹੇ ਸੀ। ਮੈਨੂੰ ਯਾਦ ਹੈ ਇੱਥੇ ਬਰੀਵਾਲਾ ਦੇ ਵਿੱਚ ਜਦ ਗੋਲੀਆਂ ਚੱਲੀਆਂ, ਬਰਾੜ ਸਾਹਿਬ ਇੱਥੇ ਹੀ ਬੈਠੇ ਸੀ, ਮੈਨੂੰ ਕਹਿੰਦੇ ਬੇਟਾ ਮੇਰਾ ਖਿਆਲ ਤੁਸੀਂ ਅੰਦਰ ਚਲੇ ਜਾਓ ਹੁਣ। ਮਤਲਬ ਇੱਥੇ ਤੱਕ ਅਸੀਂ ਆਪਣਾ ਘਰ ਨਹੀਂ ਛੱਡਿਆ, ਕਿਉਂਕਿ ਸਾਡੀ ਰੋਜ਼ੀ ਰੋਟੀ ਕਮਾਈ ਇੱਥੇ ਹੈ, ਇੱਕ ਤੇ ਨਾਲ ਸਾਨੂੰ ਡਰ। ਸਵਾਲ ਇਹ ਵੀ ਸੀ ਮੈਡਮ, ਚਲੋ ਨਾਲ ਲੱਗਦਾ ਕਰ ਹੀ ਲੈਂਦੇ, ਗੱਲਾਂ ਛੇੜ ਲਈਆਂ ਵੈਸੇ ਡੂੰਘੀਆਂ। ਜਦੋਂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੁੰਦਾ, ਉੱਥੇ ਤਾਂ ਸੰਤ ਜਰਨੈਲ ਸਿੰਘ ਬੈਠੇ ਸੀ, ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਸੀ, ਤੁਹਾਡੀ ਸਟੇਟਮੈਂਟ। ਪਰ ਹੋਰ ਸੈਂਤੀ ਗੁਰਦੁਆਰੇ ਸੀ, ਉੱਥੇ ਕਿਹੜੇ ਬੈਠੇ ਸੀ, ਉਹਨਾਂ ਨੂੰ ਕਿਉਂ ਟਾਰਗੇਟ ਕਰ ਲਿਆ ਗਿਆ? ਮੁਕਤਸਰ ਸਾਹਿਬ ਵੀ ਹੈ, ਤੁਸੀਂ ਗੱਲ ਕਰ ਰਹੇ ਹੋ ਕਿ ਮੁਕਤਸਰ ਸਾਹਿਬ ਵੀ ਹਮਲਾ ਹੋਇਆ, ਇੱਥੇ ਵੀ ਹਮਲਾ ਹੋਇਆ, ਇੱਥੇ ਕੌਣ ਬੈਠਾ? ਦੇਖੋ ਜੀ, ਜਿੱਥੇ ਵੀ ਸੀ ਨਾ ਇਹਨਾਂ ਨੇ, ਜਦ ਇਹ ਤਾਂ ਆਪਾਂ ਤਾਂ ਨਹੀਂ ਨਾ ਕੀਤਾ, ਇਹ ਤਾਂ ਸੈਂਟਰ ਦੀ ਪੋਲਿਸੀ ਦੇ ਉੱਤੇ ਜੋ ਹੋਇਆ ਸੀ ਹੋਇਆ ਸੀ। ਇਹ ਹੀ ਸੀ ਕਿ ਰੀਪਰਕਸ਼ਨ ਜੇ ਹੋ ਗਿਆ ਤਾਂ ਸਾਰਾ ਪੰਜਾਬ ਸੜ ਜੂਗਾ। ਉਹਨਾਂ ਨੇ ਜੋ ਕੀਤਾ, ਉਹਨਾਂ ਨੇ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਕੰਟਰੋਲ ਰੱਖੀਏ, ਗਲਤ ਸੀ। ਮੈਂ ਤਾਂ ਕਹਿੰਦੀ ਕਿਸੇ ਵੀ, ਜ਼ਿਆਦਾਤਰ ਨੌਜਵਾਨ ਜਿਹੜੇ ਸੀ ਹਥਿਆਰਬੰਦ ਤਾਂ ਹੋ ਗਏ ਸੀ ਕਿਉਂਕਿ ਬੇਕਸੂਰ ਗੁਰੂ ਘਰਾਂ ਦੇ ਵਿੱਚ ਬਿਨਾਂ ਗੱਲ ਤੋਂ ਫੌਜ ਵੜ ਜਾਣੀ, ਆਰਮੀ ਦੇ ਪੈਰਾਂ 'ਚ ਬੂਟ ਆ, ਮਰਿਆਦਾ ਬਹਾਲ ਨਹੀਂ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਗੋਲੇ ਮਾਰੇ ਜਾਂਦੇ ਨੇ, ਉੱਥੇ ਸਰੇਆਮ ਗੁਰੂ ਸਾਹਿਬ ਦੀਆਂ ਬੀੜਾਂ ਜਿਹੜੀਆਂ ਨੇ ਉਹਨਾਂ ਨੂੰ ਅੱਗ ਲੱਗ ਜਾਂਦੀ, ਅਗਨ ਭੇਟ ਹੋ ਜਾਂਦੀਆਂ, ਅਤੇ ਫਿਰ ਉਹ ਕਿਤੇ ਨਾ ਕਿਤੇ ਜਿਨ੍ਹਾਂ ਦੇ ਸਿੱਖੀ ਦੇ ਪ੍ਰਤੀ ਜਜ਼ਬਾ ਸੀ ਉਹਨਾਂ ਹਥਿਆਰ ਚੱਕ ਲਏ। ਜਿਹੜੇ ਤਾਂ ਸਿੱਖੀ ਦੇ ਪ੍ਰਤੀ ਜਜ਼ਬਾ ਸੀ ਉਹਨਾਂ ਨਾਲ ਤਾਂ ਮੈਂ ਮੰਨਦੀ ਹਾਂ ਕਿ ਇਹ ਬਿਲਕੁਲ ਸਹੀ ਕੀਤਾ, ਮਗਰ ਉਹਨਾਂ ਦੇ ਨਾਲ ਕਈ ਗੁੰਡੇ ਲੋਕ, ਕਈ ਗਲਤ ਲੋਕ ਨਾਲ ਜੁੜ ਕੇ ਆਪਣੇ ਫਾਇਦਾ ਲੈ ਰਹੇ ਸੀ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਰੋਟੀਆਂ ਖਾ ਕੇ, ਉਹਨਾਂ ਦੀ ਕੁੜੀਆਂ ਦੇ ਨਾਲ ਵੀ ਬਦਤਮੀਜ਼ੀਆਂ ਕੀਤੀਆਂ, ਹਾਂ ਗੋਲੀਆਂ ਮਾਰੀਆਂ, ਆਪਾਂ ਦੇਖਿਆ ਇੱਥੇ ਸਾਰੇ ਇਲਾਕੇ ਦੇ ਵਿੱਚ ਕਿ ਸਾਰਾ ਪੰਜਾਬ ਸੜ ਗਿਆ ਸੀ ਇਹਦੇ ਉੱਤੋਂ। ਇੱਥੇ ਕਈ ਗੁੱਡਾ ਕਾਇੰਡ ਆਫ ਜਿਹੜੇ ਲੋਕ ਸੀਗੇ, ਜਿਹੜੇ ਚੋਰ ਮਚੱਕੇ ਸੀ, ਉਹਨਾਂ ਨੇ ਇਸ ਗੱਲ ਦਾ ਫਾਇਦਾ ਲਿਆ। ਜੀ, ਬਹੁਤ ਬਹੁਤ ਧੰਨਵਾਦ, ਤੁਹਾਡੇ ਨਾਲ ਮੁਲਾਕਾਤ ਹੋਈ, ਬਹੁਤ ਬਹੁਤ ਸਵਾਗਤ। ਹਾਂਜੀ ਹਾਂਜੀ, ਥੈਂਕ ਯੂ ਜੀ। ਹਾਂਜੀ, ਇਹ ਸਨ ਮੈਮ ਕਰਨ ਕੌਰ ਬਰਾੜ, ਕਾਫੀ ਗੱਲਾਂ ਬਾਤਾਂ ਹੋਈਆਂ, ਇੰਟਰਵਿਊ ਕਾਫੀ ਲੰਮੀ ਗਈ ਚਲੀ ਹੈ, ਹਲਕਾ ਮੁਕਤਸਰ ਸਾਹਿਬ ਬਾਰੇ ਵੀ ਗੱਲਬਾਤ ਹੋਈ ਹੈ, ਮੁਕਤਸਰ ਸਾਹਿਬ ਦੇ ਇਲਾਕੇ ਬਾਰੇ ਵੀ ਗੱਲਬਾਤ ਹੋਈ ਹੈ, ਪੰਜਾਬ ਬਾਰੇ ਵੀ ਗੱਲਬਾਤ ਹੋਈ ਹੈ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ 'ਤੇ 15 ਦੀ ਵੀ ਗੱਲ ਹੋਈ ਹੈ, 1984 ਦੀ ਵੀ ਗੱਲ ਹੋਈ ਹੈ, ਇਹਨਾਂ ਦੀ ਖਾਸ ਗੱਲਬਾਤ ਹੋਈ ਹੈ। ਇਹ ਸਨ ਕਰਨ ਕੌਰ ਬਰਾੜ, ਦਿਓ ਜਾਇਤ, ਮੈਨੂੰ, ਮੈਂ ਜਗਮੀਤ ਸਿੰਘ ਖੱਪਿਆਂ ਵਾਲੀ, ਮੇਰੇ ਨਾਲ ਸਹਿਯੋਗੀ ਕਾਕਾ ਜੀ, ਦਿਓ ਜਾਇਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।